तस्वीरां दे विच दिखाई दे रहा गुरु घर का लंगर हाल जो देखते ही देखते जंग का मैदान बन गया। इत्थे दो धड़ियां दे विच पहला तू तू मैं हुई फिर हथों पाई। हद तो उदों हो गई जदों इत्थे जम के इट्टां रोड़े चले। इन्हां दो धड़ियां का पूरा कारनामा किसी तीजे ने अपने मोबाइल फोन दे विच कैद किया। तस्वीरां डेरा बाबा नानक दे इतिहासक स्थान गुरद्वारा बाबा श्री चंद जी पिंड चंदू नंगल दियां ने जिथे महंत अते पिंड वाले आमो सामने हो गए। इस मौके इन्होंने एक दूजे ते गंभीर आरोप लगाए ने। इस मामले नूं लैके दूजी धिर पिंड चंदू नंगल दे लोकां ने किसान आगुआं अते सत्कार कमेटी दे सहयोग दे नाल गुरद्वारा बाबा श्री चंद जी टाली साहिब दे मुख सेवादार अते पुलिस थाना डेरा बाबा नानक दे सामने रोस मुजहरा किया। मंग की गई कि महंत दे खिलाफ धार्मिक भावनावां नूं ठेस पहुंचाउण दे आरोपां तहत मामला दर्ज किया जाए। कारण है जी साडा जिहड़ा जिहड़ा झगड़ा सीगा महंत नाल चलदा सीगा इत्थे ना बाबा श्री चंद दी मूर्ति दी स्थापना सीगी ते एक पासे गुरु ग्रंथ साहिब जी दे सरूप सीगे प्रकाश किया सी महाराज दा। अकाल तख्त साहब दे हुक्मनामे जिहड़े जारी होए ने जिथे मूर्ति पूजा हुंदी आ उत्थे गुरु ग्रंथ साहिब दा प्रकाश नहीं हो सकदा। बस इस संबंध च जिहड़ा सारा महंत नाल साडा झगड़ा वधदा गया कलेश वधदा गया हुण जिहड़ा 21 तरीक नूं इन्हां ने साडे नाल कीता वी साडियां बीबियां उत्थे सुखमनी साहिब दा जाप करदियां पईआं सी ते महंतां ने उत्थे आण के गुंडागर्दी कीती आ ਤੇ ਬੀਬੀਆਂ ਤੇ ਕੁੱਟਮਾਰ ਕੀਤੀ ਆ ਉਹਦੇ ਸੰਬੰਧ 'ਚ ਜਿਹੜਾ ਸੀਗਾ ਇਨਸਾਫ ਲੈਣ ਵਾਸਤੇ ਉਹ ਧਰਨਾ ਸੀਗਾ ਠਾਣਾ ਡੇਰਾ ਬਾਬਾ ਨਾਨਕ ਦੇ ਅੱਗੇ ਲੱਗਾ ਸੀਗਾ ਉਸ ਸੰਬੰਧ 'ਚ ਇੱਥੇ ਸਾਰੇ ਕੁਝ ਪੁਰਾਤਨ ਤੇ ਉੱਥੇ ਚੱਲਦਾ ਸੀਗਾ ਮਹੰਤਾਂ ਦੇ ਕਬਜ਼ੇ 'ਚ ਸ਼ੁਰੂ ਤੋਂ ਸ਼ੁਰੂ ਰਹੇ ਨੇ ਇਹ ਹੁਣ ਪਿੰਡ ਵਾਲਿਆਂ ਨੇ ਸੰਘਰਸ਼ ਕਰਕੇ ਜਿਸ ਤਰ੍ਹਾਂ ਮਹੰਤਾਂ ਦੇ ਕਬਜ਼ਿਆਂ ਤੋਂ ਮਹਾਰਾਜ ਦੇ ਸਰੂਪ ਛਡਵਾਏ ਨੇ ਸਾਰੇ ਪਿੰਡੋ ਪਿੰਡੀ ਇਹ ਗੱਲ ਚੱਲੀ ਹੈ ਉਸੇ ਤਰੀਕਾ ਸਾਡੇ ਪਿੰਡ ਨੇ ਵੀ ਇਹ ਮਹਾਰਾਜ ਦਾ ਸਰੂਪ ਜਿਹੜਾ ਮਹੰਤਾਂ ਦੇ ਕਬਜ਼ੇ 'ਚ ਛਡਾਉਣ ਦੀ ਕੋਸ਼ਿਸ਼ ਕੀਤੀ ਆ ਉਹ ਐਸਜੀਪੀਸੀ ਨੂੰ ਬਕਾਇਦਾ ਲੈ ਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕਿ ਸਾਡੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਬੇਅਦਬੀ ਹੁੰਦੀ ਆ ਇੱਥੇ ਮਹਾਰਾਜ ਦਾ ਸਤਿਕਾਰ ਨਹੀਂ ਹੁੰਦਾ ਤੇ ਇਹਦੇ ਜਿਹੜੇ ਪ੍ਰਬੰਧ ਨੇ ਜਿਹੜੇ ਵੱਖਰੇ ਤੌਰ ਤੇ ਵੱਖਰੇ ਹਾਲ ਚ ਕੀਤੇ ਜਾਣ। ਕਾਰਨ ਉਹ ਜਮੰਤ ਜੀ ਸੁਖਮਨੀ ਸਾਹਿਬ ਦਾ ਜਾਪ ਹੋਣ ਡਿਆ ਸੀਗਾ ਤੇ ਉੱਥੇ ਆਣ ਕੇ ਉਹਨਾਂ ਨੇ ਜਿਹੜਾ ਸਾਡੀਆਂ ਬੀਬੀਆਂ ਨੂੰ ਕੁੱਟਮਾਰ ਕੀਤੀ ਆ ਉਹ ਸਾਰੀ ਗੱਲਬਾਤ ਉਸੇ ਸੰਬੰਧ ਚ ਸਾਰੀ ਗੱਲ ਚੱਲੀ ਆ ਉਹ ਤੋਂ ਇੱਕ ਪੱਤ ਵਧਿਆ ਤੇ ਹੁਣ ਇਹ ਧਰਨੇ ਲੱਗੇ ਨੇ। ਮੇਰੀ ਬੇਨਤੀ ਸੁਣੋ ਜਦੋਂ ਸਾਡਾ ਇਹਨਾਂ ਦਾ ਟਾਈਮ ਹੈ 12 ਤੋਂ 2 ਸੁਖਮਨੀ ਸਾਹਿਬ ਦਾ ਜਾਪ ਕਰਨ ਦਾ ਸਾਡਾ 2 ਤੋਂ 4 ਆ ਇਹਨਾਂ ਨੂੰ ਪਤਾ ਜਦੋਂ 2 ਤੋਂ 4 ਸੁਖਮਨੀ ਸਾਹਿਬ ਦਾ ਜਾਪ ਚੱਲਣਾ ਇਹ 2 ਤੋਂ 4 ਵਜੇ ਤੋਂ ਬਾਅਦ ਆ ਜਾਂਦੇ ਤੇ ਆਪਣੇ ਲੈ ਜਾਂਦੇ ਭਾਂਡੇ ਇਹ 3 ਵਜੇ 18ਵੇਂ ਅਸਪਰੀ ਚੱਲਣ ਦੀ ਸੁਖਮਨੀ ਸਾਹਿਬ ਜੀ ਦੀ ਉਹਦੇ ਵਿੱਚ ਆ ਕੇ ਨੇ ਤੇ ਉਹਦੇ ਵਿੱਚ ਆਉਣ ਦਾ ਇਹਨਾਂ ਦਾ ਮਤਲਬ ਨਹੀਂ ਸੀ ਬੰਦਾ ਭਾਂਡੇ ਫਿਰ ਬੀਬੀਆਂ ਸਾਡੀਆਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਾਪ ਖਤਮ ਹੁੰਦਾ ਵਾ ਤੇ ਸਾਡੇ ਕਮੇਟੀ ਦੇ ਮੈਂਬਰ ਆ ਜਾਂਦੇ ਨੇ ਤੁਸੀਂ ਉਹਨਾਂ ਕੋਲ ਭਾਂਡੇ ਲੈ ਲਓ ਕੋਈ ਭਾਂਡੇ 'ਚ ਕੋਈ ਇਤਰਾਜ਼ ਹੈ ਕਿ ਨਹੀਂ ਇਹਨਾਂ ਨੇ ਉਹ ਗੱਲ ਉਹਨਾਂ ਦੀ ਸੁਣੀ ਨਹੀਂ ਤੇ ਬਸ ਕਹਿੰਦੇ ਜੇ ਅਸੀਂ ਹੁਣੇ ਖੜਨੇ ਬਸ ਇਸੇ ਗੱਲ ਦਾ ਰੌਲਾ ਪੈ ਗਿਆ ਬੀਬੀਆਂ ਕਹਿਣ ਵੀ ਅਸੀਂ ਭਾਂਡੇ ਦੇ ਨਹੀਂ ਸਕਦੇ ਵੀ ਪ੍ਰਬੰਧਕ ਕਮੇਟੀ ਜਿਹੜੀ ਉਹ ਭਾਂਡੇ ਤੁਹਾਨੂੰ ਦੇ ਸਕਦੀ ਇਸ ਤਰ੍ਹਾਂ ਭਾਂਡੇ ਨਹੀਂ ਮਿਲਦੇ ਬਸ ਇਸੇ ਗੱਲ ਦਾ ਰੌਲਾ ਚੱਲ ਰਿਹਾ। ਪੁਲਿਸ ਨੇ ਕਾਰਵਾਈ ਕੀਤੀ ਜੀ ਸਾਡੇ ਤੇ ਵੀ ਮਤਲਬ ਜੋ ਧਾਰਾ ਲਾਈ ਆ ਸੇਮ ਉਹਨਾਂ ਦੀਆਂ ਦੋ ਧਾਰਾ ਵੱਧ ਲਾ ਕੇ ਤੇ ਸਾਡੇ ਤੇ ਵੀ ਕ੍ਰਾਸ ਕੇਸ ਕਰਤਾ ਜਦਕਿ ਬਣਦਾ ਮੰਤ ਸਾਡੇ ਵੱਲ ਆਏ ਨੇ ਉਹਨਾਂ ਨੇ ਸਾਰੀ ਗੱਲ ਕੀਤੀ ਆ ਤੇ ਬਣਦਾ ਤੇ ਉਹਨਾਂ ਦੇ ਸੀ ਪਰ ਇਹਨਾਂ ਨੇ ਸਾਰੀ ਸਾਡੇ ਤੇ ਵੀ ਕਾਰਵਾਈ ਬਰਾਬਰ ਕਰ ਦਿੱਤੀ। ਫਿਰ ਧਰਨਾ ਕਿਸ ਸੰਬੰਧ 'ਚ ਲਾਇਆ ਗਿਆ ਰੇਟ ਸਾਡੇ ਉੱਥੇ ਧਰਨਾ ਇਸ ਸੰਬੰਧ 'ਚ ਲੱਗਾ ਸੀ ਵੀ ਉਹਨਾਂ ਨੇ ਧਾਰਾ 295 ਨਹੀਂ ਸੀ 295 ਇਹ ਧਾਰਾ ਬਣਦੀ ਸੀ ਉਹ ਨਹੀਂ ਸੀ ਲਾਈ ਉਸ ਸੰਬੰਧ 'ਚ ਧਰਨਾ ਲੱਗਾ ਸੀਗਾ ਸੰਗਤ ਵੱਲੋਂ। ਪਰ ਇੱਕ ਵੀ ਮੇਰੀ ਬੇਨਤੀ ਸੁਣ ਲਓ ਉਸ ਵੀਡੀਓ ਦੇ ਵਿੱਚ ਦੱਸ ਦਿਓ ਕਿਤੇ ਬੂੜ ਜਰਾਬਾਂ ਪਈਆਂ ਹੋਣ ਅਸੀਂ ਉਸ ਗੱਲ ਦਾ ਸਾਰੀ ਸੰਗਤ ਨੇ ਸੁੱਖ ਆਸਣ ਕਰਕੇ ਮਹਾਰਾਜ ਦੇ ਚੰਦੋਆ ਸਾਹਿਬ ਦੇ ਥੱਲੇ ਜਿਹੜਾ ਸੀਗਾ ਉਹਨੂੰ ਥੜੇ ਨੂੰ ਪੱਕਾ ਕਰਨ ਦੇ ਵਾਸਤੇ ਉਹ ਸਾਰੀ ਕਾਰਵਾਈ ਚੱਲਦੀ ਪਈ ਸੀਗੀ। ਮਹਾਰਾਜ ਦਾ ਸਤਨਾਮ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਸੀਗਾ ਜਿਹੜੀ ਉਹ ਬੀਬੀ ਨੇ ਆਣ ਕੇ ਉੱਥੇ ਸਾਰੇ ਅੰਮ੍ਰਿਤਧਾਰੀ ਸਿੰਘਾਂ ਨੂੰ ਚੋਰ ਕਿਹਾ ਉਹਦੇ ਸੰਬੰਧ ਵਿੱਚ ਸਾਰੀ ਅਸੀਂ ਉਸ ਦੀ ਵੀ ਦਰਖਾਸਤ ਦਿੱਤੀ ਆ ਪੁਲਿਸ ਪ੍ਰਸ਼ਾਸਨ ਨੇ ਉਸ 'ਤੇ ਵੀ ਕੋਈ ਕਾਰਵਾਈ ਨਹੀਂ ਸੀ ਕੀਤੀ। ਹਾਲੇ ਤੱਕ ਕੁਛ ਨਹੀਂ ਮਿਲਿਆ ਜੀ ਸਾਨੂੰ ਕੁਛ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਉਸੇ ਤਰ੍ਹਾਂ ਗੁੰਗਲਾਂ ਤੋਂ ਮਿੱਟੀ ਝਾੜੀ ਜਾਂਦੀ ਆ ਜੀ। ਅੱਜ ਕੁਛ ਇਹਨਾਂ ਦੀ ਸਹਿਮਤੀ ਬਣਦੀ ਪਈ ਆ ਵੇਖੋ ਕਿ ਸਿਰੇ ਚੜ੍ਹਦੀ ਆ ਕਿ ਨਹੀਂ ਚੜ੍ਹਦੀ ਸਿੰਮ ਚੱਲਦੀ ਪਈ ਆ। ਜਦਕਿ ਮਹੰਤਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਆਖਿਆ ਕਿ ਬੀਤੇ ਦਿਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾਣਾ ਸੀ। ਇਸ ਨੂੰ ਲੈ ਕੇ ਸਾਡੇ ਪਰਿਵਾਰਕ ਮੈਂਬਰ ਗੁਰਦੁਆਰਾ ਸਾਹਿਬ ਵਿਖੇ ਬਣੇ ਲੰਗਰ ਹਾਲ ਦੇ ਵਿੱਚ ਬਰਤਨ ਲੈਣ ਗਏ ਸਨ। ਕੁਝ ਬੀਬੀਆਂ ਨੇ ਜਾਨੋ ਮਾਰਨ ਦੀ ਨੀਅਤ ਨਾਲ ਸੇਵਾਦਾਰ ਬੀਬੀਆਂ ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਬਚਾਅ ਦੇ ਲਈ ਸਾਡੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ। ਉੱਥੇ ਹੀ ਇਸ ਸੰਬੰਧੀ ਸੇਵਾਦਾਰ ਬੀਬੀ ਪ੍ਰਭਜੋਤ ਕੌਰ ਅਤੇ ਉਸ ਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਤੇ ਹੋਏ ਹਮਲੇ ਦੀ ਪੂਰੀ ਹੱਡਬੀਤੀ ਬਿਆਨ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਮੇਰਾ ਨਾਮ ਭਗਵਾਨ ਦਾਸ ਦਰਬਾਰ ਬਾਬਾ ਸ਼੍ਰੀ ਚੰਦ ਜੀ ਪਿੰਡ ਜੌੜੀਆਂ ਖੁਰਦ
ਇਹ ਸਰ ਮੇਰੀ ਜਿਹੜੀ ਛੋਟੇ ਭਰਾ ਦੀ ਘਰਵਾਲੀ ਸੀ ਭਜਾਈ ਸਾਡੀ ਉਹ ਵੀ ਸ਼ਹੀਦੀ ਦਿਹਾੜਾ ਮਨਾਉਣਾ ਸੀ ਆਪਾਂ ਇੱਕ ਦਿਨ ਪਹਿਲਾਂ ਅਤੇ 40 ਦਿਨ ਸਾਡੇ ਪੂਰੇ ਹੋ ਚੁੱਕੇ ਸ਼੍ਰੀ ਅਖੰਡਪੁਰ ਸਾਹਿਬ ਨੂੰ ਸੁਖਮਨੀ ਸਾਹਿਬ ਦੇ ਚੱਲ ਰਹੇ ਸੀ ਪਾਠ ਉਸ ਤੋਂ ਬਾਅਦ ਭਾਂਡਿਆਂ ਦੀ ਮੰਗ ਕੀਤੀ ਗਈ ਭਾਂਡਿਆਂ ਦੀ ਮੰਗ ਕਰਨ ਗਈ ਆ ਇਹਨਾਂ ਬੀਬੀਆਂ ਨੇ ਅੰਦਰ ਵਾਲ ਲਿਆ ਵਾ ਕੁਝ ਹੋਰ ਬੰਦੇ ਵੀ ਆ ਗਏ ਇਹਨਾਂ ਦੇ ਬੰਦੇ ਇਕੱਠੇ ਹੋ ਗਏ ਜਗਦੀਪ ਸਿੰਘ ਸਰਪੰਚ ਪਿੰਡ ਚੰਦੂ ਨੰਗਲ ਇਹਦੀ ਜਿਹੜੀ ਵਾਈਫ ਆ ਜਸਬੀਰ ਕੌਰ ਉਹਨੇ ਮੇਰੀ ਛੋਟੀ ਭਰਜਾਈ ਦੇ ਹੱਥ 'ਤੇ ਦੰਦੀਆਂ ਵੀ ਵੱਡੀਆਂ ਨੇ ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੀ ਭਰਜਾਈ ਨੇ ਬਾਅਦ ਵਿੱਚ ਮੇਰੀ ਬੇਟੀ ਨੇ ਚੀਕਾਂ ਮਾਰਦੀ ਉਸ ਹਾਲ ਦੇ ਵਿੱਚ ਆਈ ਆ ਵੀ ਮੇਰੀ ਚਾਚੀ ਨੂੰ ਅੰਦਰ ਬੰਦ ਕਰ ਲਿਆ ਗਿਆ ਅਤੇ ਮੈਂ ਸ਼ਹਿਰੋਂ ਆ ਰਿਹਾ ਸੀ ਅਤੇ ਛੋਟਾ ਭਰਾ ਮੇਰਾ ਉੱਧਰ ਨੂੰ ਜਾ ਰਿਹਾ ਸੀ ਆਪਾਂ ਦੋਨਾਂ ਜਾਣਿਆਂ ਵੀ ਇਕੱਠੇ ਜਾ ਕੇ ਇਹਨਾਂ ਨੂੰ ਸਾਡੇ ਛਡਾਵਾ ਕਰਵਾਉਣ ਦਾ ਮਤਲਬ ਛਡਾਉਣ ਗਏ ਆਪਾਂ ਬੀਬੀਆਂ ਦੀ ਲੜਾਈ ਤੋਂ ਅਤੇ ਬਾਅਦ ਦੇ ਵਿੱਚ ਮੇਰੇ 'ਤੇ ਇਹਨਾਂ ਨੇ ਹਮਲਾ ਕੀਤਾ ਬੀਬੀ ਨਰਿੰਦਰ ਕੌਰ ਜੋ ਬਾਬੇ ਸੁਖਦੇਵ ਸਿੰਘ ਦੀ ਵਾਈਫ ਜੋ ਮੱਸਿਆ ਲੈ ਕੇ ਜਾਂਦਾ ਹੈ ਮੈਂ ਛਡਾਉਣ ਦੀ ਨੀਤੀ 'ਚ ਗਿਆ ਸੀ ਮੈਂ ਕਿਸੇ ਦੀ ਲੜਨ ਦੀ ਨੀਤੀ 'ਚ ਨਹੀਂ ਗਿਆ ਮੈਂ ਛਡਾਉਂਦਿਆਂ ਬਾਹਰ ਨੂੰ ਆ ਰਿਹਾ ਸੀ ਇਹਨਾਂ ਮੇਰੇ 'ਤੇ ਹਮਲਾ ਕੀਤਾ ਮੇਰੇ 'ਤੇ ਸਰੀਏ ਵੀ ਲੱਤਾਂ 'ਤੇ ਮਾਰੇ ਹਨ ਅਤੇ ਹੋਰ ਮੁੜ ਕੇ ਇਹਨਾਂ ਨੇ ਕੁੱਟਮਾਰ ਮੇਰੀ ਕੀਤੀ ਉੱਥੇ ਅੰਦਰ ਅਤੇ ਬਾਅਦ ਦੇ ਵਿੱਚ ਮੈਂ ਵੀ ਇਹਨਾਂ ਦੇ ਗਲ ਪਿਆ ਮੈਂ ਵੀ ਝੂਠ ਨਹੀਂ ਮਾਰਨਾ ਨਹੀਂ ਪਿਆ ਬਾਅਦ ਦੇ ਵਿੱਚ ਜਦੋਂ ਆਪਾਂ ਛੜੇ ਛਡਾਵਾ ਕਰਕੇ ਆਪਾਂ ਘਰ ਨੂੰ ਆਪਣੇ ਆ ਗਏ ਹਾਂ ਸਾਰੇ ਨਗਰ ਨਿਵਾਸੀਆਂ ਇਕੱਠਿਆਂ ਹੋ ਕੇ ਸਾਰਿਆਂ ਇਕੱਤਰ ਹੋ ਕਰਕੇ ਮੇਰੀ ਗੱਡੀ ਵੀ ਤੋੜੀ ਮੇਰੇ ਭਰਾ ਦੇ ਘਰ ਦੇ ਸ਼ੀਸ਼ੇ ਵੀ ਤੋੜੇ ਆ ਹੋਰ ਸਾਡੇ 'ਤੇ ਜਾਨਲੇਵਾ ਹਮਲੇ ਵੀ ਕੀਤੇ ਆ ਕਿਉਂਕਿ ਇਲੈਕਸ਼ਨ ਚੱਲ ਰਹੀ ਆ ਕਮੇਟੀ ਦੀ ਇਹਨਾਂ ਦੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ ਜੇ ਇਹਨਾਂ ਕੋਲ ਹਥਿਆਰ ਹੁੰਦੇ ਤਾਂ ਸਾਡੇ 'ਤੇ ਗੋਲੀਆਂ ਵੀ ਮਾਰ ਸਕਦੇ ਸੀ ਪਰ ਕਾਫੀ ਸਮੇਂ ਤੋਂ ਸਾਡੇ ਬਜ਼ੁਰਗ ਹੀ ਸੇਵਾ ਕਰਦੇ ਆ ਰਹੇ ਨੇ ਇੱਥੇ ਇਸ ਅਸਥਾਨ 'ਤੇ ਬਾਬਾ ਸ਼੍ਰੀ ਚੰਦ ਜੀ ਦੇ ਸੇਵਾ ਕਰਦਿਆਂ ਇਹ ਜਿਹੜੀ ਜਗ੍ਹਾ ਜਿਹੜੇ ਆਪਾਂ ਕਿਹੜੇ ਮਹਾਂਪੁਰਸ਼ਾਂ ਦੀ ਹੈ ਇਹ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ ਨੇ ਹਾਂਜੀ ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਦੇ ਜੀ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਮਤਲਬ ਇੱਥੇ ਕੋਈ ਟਾਈਮ ਕੱਢਿਆ ਸੀ ਸਮਾਂ ਕੱਢਿਆ ਸੀ ਉਹਨਾਂ ਦੇ ਮਤਲਬ ਦਰਬਾਰ 'ਤੇ ਆਪਾਂ ਸੇਵਾ ਕਰਦੇ ਹਾਂ ਸਾਡੇ ਬਜ਼ੁਰਗ ਵੀ ਕਰਦੇ ਆ ਰਹੇ ਨੇ ਅਤੇ ਜਦੋਂ ਆਪਾਂ ਇਸ ਦਰਬਾਰ ਦੀ ਉਸਾਰੀ ਕਰਨ ਲੱਗੇ ਸਾਂ ਅਤੇ ਮਹਾਰਾਜਾ ਸਰੂਰ ਛੋਟੇ ਹਾਲ ਦੇ ਵਿੱਚ ਖੜਿਆ ਸੀ ਸੰਗਤ ਆਉਂਦੀ ਜਾਂਦੀ ਰਹੀ ਉਸਾਰੀ ਚੱਲਦੀ ਰਹੀ ਕੁਝ ਚਿਰ ਬਾਅਦ ਉਸਾਰੀ ਪੂਰੀ ਹੋ ਗਈ ਆ ਅਤੇ ਆਪਾਂ ਉਸੇ ਬੁੰਗੇ ਨੂੰ ਸੋਹਣਾ ਅਤੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਮਹਾਰਾਜ ਸਰੂਪ ਉੱਥੇ ਬਿਰਾਜਮਾਨ ਕਰ ਦਿੱਤਾ ਗਿਆ ਹੈ ਇਹ ਇਸੇ ਗੱਲ ਤੋਂ ਵਿਵਾਦ ਖੜਾ ਕਰ ਲਿਆ ਇਹਨਾਂ ਨੇ ਕਿ ਸਰੂਪ ਖੁੱਲ੍ਹੇ ਥਾਂ ਕੀਤਾ ਜਾਵੇ ਅਤੇ ਜਾਂ ਮਤਲਬ ਇਹਨੂੰ ਮਤਲਬ ਸਰੂਪ ਜਿਹੜਾ ਇੱਥੋਂ ਚੁਕਾ ਦਿੱਤਾ ਜਾਵੇ ਕਿਉਂਕਿ ਇੱਥੋਂ ਸਦੀਆਂ ਤੋਂ ਹੀ ਇੱਥੇ ਪਿਆ ਹੈ ਦਰਬਾਰ ਸਾਹਿਬ ਮਹਾਰਾਜਾ ਸਰੂਪ ਜੋ ਵੀ ਇੱਥੇ ਸੰਗਰਾਂਦ ਚੱਲਦੀ ਹੈ ਇੱਥੇ ਹੀ ਨਗਰ ਨਿਵਾਸੀ ਆਣ ਕੇ ਮੇਲਾ ਮਸਾਦੀ ਮਨਾਉਂਦੇ ਹਨ ਸਰ ਕਾਰਵਾਈ ਹੋਈ ਆ ਉਹ ਕਾਰਵਾਈ ਦੇ ਹੋਣ ਦੇ ਨਾਤੇ ਇਹਨਾਂ ਜ਼ੋਰ ਪਾ ਕੇ ਮਤਲਬ ਨਾਅਰੇਬਾਜ਼ੀ ਕਰਕੇ ਉਹ ਕਾਰਵਾਈ ਦੇ ਮਤਲਬ ਜਿਹੜੇ ਧਾਰਾਵਾਂ ਤੋੜਨ ਦਾ ਮਤਲਬ ਇਹਨਾਂ ਨੇ ਯਤਨ ਕੀਤਾ ਵਾ ਇਕੱਤਰ ਹੋ ਕਰਕੇ ਅੱਜ ਜੋ ਵੀ ਇਹਨਾਂ ਨਾਅਰੇਬਾਜ਼ੀ ਕੀਤੀ ਆ ਅਤੇ ਦਰਬਾਰ ਦੀ ਜ਼ਮੀਨ ਜਿਹੜੀ ਆ ਹੜੱਪਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜੇ ਇਹ 100% ਸਿੱਖ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ 100% ਇਹ ਹਿੰਦੂ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ ਇਹ ਦਰਬਾਰ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਉਹ ਸਾਂਝਾ ਵਾ ਜੋ ਵੀ ਸਾਰੇ ਨਗਰ ਵਾਸੀਆਂ ਦਾ ਡੇਰਾ ਬਾਬਾ ਨਾਨਕ ਦਾ ਵੀ ਸਾਂਝਾ ਵਾ ਇਹ ਨਹੀਂ ਵੀ ਇੰਨਾ ਇਕੱਲਿਆਂ ਦਾ ਆ ਇਹ 3-4 ਘਰ ਜਿਹੜੇ ਨੇ ਇਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਅਤੇ ਮਤਲਬ ਦਰਬਾਰ ਦੀ ਜ਼ਮੀਨ ਜਿਹੜੀ ਹੜੱਪਣ ਨੂੰ ਤਿਆਰ ਬੈਠੀ ਜੀ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕੀਤੀ ਆ ਕਿ ਜਿੱਦਾਂ ਮੇਲਾ ਮਸਾਦੀ ਪਹਿਲਾਂ ਮਨਾ ਰਿਹਾ ਜਾ ਰਿਹਾ ਜਾਂ ਪਹਿਲਾਂ ਸਾਂਝੇ ਤੌਰ 'ਤੇ ਆਪਾਂ ਇਕੱਤਰ ਹੋ ਕੇ ਸਾਰੇ ਕੰਮ ਕਰਦੇ ਹਾਂ ਉਹ ਕੀਤੇ ਜਾਣ ਮੇਰਾ ਨਾਮ ਪ੍ਰਭਜੋਤ ਕੌਰ ਹੈ ਜੀ ਕਿਹੜਾ ਸਥਾਨ ਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਆ ਜੀ ਇੱਥੇ ਅਸੀਂ ਰਹਿੰਦੇ ਹਾਂ ਸੇਵਾਦਾਰ ਹਾਂ ਸੇਵਾ ਕਰਦੇ ਹਾਂ ਕਿੰਨੇ ਕੁ ਸਾਲਾਂ ਤੋਂ ਸਦੀਆਂ ਤੋਂ ਚੱਲਦੇ ਆ ਰਹੇ ਹਾਂ ਸਾਡੇ ਸਹੁਰਾ ਸਾਹਿਬ ਦਾਦਾ ਜੀ ਸ਼ੁਰੂ ਤੋਂ ਕਰਦੇ ਆ ਰਹੇ ਨੇ ਹੁਣ ਮੇਰੇ ਜੇਠ ਮਹੰਤ ਭਗਵਾਨ ਦਾਸ ਜਿਹੜੇ ਉਹ ਸੇਵਾਦਾਰ ਨੇ ਇੱਥੇ ਸੇਵਾ ਕਰਦੇ ਆ ਜੀ ਉਹ ਅਸੀਂ ਨਾ 40 ਦਿਨਾਂ ਲੜੀ ਸਟਾਰਟ ਕੀਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧਿਤ ਅਸੀਂ ਉਹਦਾ ਲੰਗਰ ਕਰਨਾ ਸੀ 22 ਤਰੀਕ ਨੂੰ ਅਤੇ 21 ਤਰੀਕ ਨੂੰ ਕਰੀਬ 3:30 ਦੇ ਕਰੀਬ ਮੈਂ ਉੱਧਰ ਗਈ ਹਾਂ ਮੈਂ ਕਿਹਾ ਲੰਗਰ ਹਾਲ ਸਭ ਦਾ ਸਾਂਝਾ ਸੰਗਤ ਦੇ ਬਣਾਏ ਹੋਏ ਬਰਤਨ ਆ ਬਰਤਨ ਲੈਣ ਵਾਸਤੇ ਗਈ ਹਾਂ ਅਤੇ ਉੱਥੋਂ ਪਹਿਲਾਂ ਤੋਂ ਮੌਜੂਦ ਸੰਦੀਪ ਕੌਰ ਰਵਿੰਦਰ ਕੌਰ ਅਰਸ਼ਦੀਪ ਕੌਰ ਅਤੇ ਜਸਬੀਰ ਕੌਰ ਇਹ ਉੱਥੇ ਮੌਜੂਦ ਸਨ ਤਾਂ ਮੈਂ ਜਾ ਕੇ ਕਿਹਾ ਮੈਂ ਕਿਹਾ ਅਸੀਂ ਨਾ 50 ਥਾਲ ਇੰਨੇ ਕੁ ਬਰਤਨ ਲੈਣੇ ਸਾਨੂੰ ਬਰਤਨ ਚਾਹੀਦੇ ਆ ਜਸਬੀਰ ਕੌਰ ਨੇ ਪੈਂਦਿਆਂ ਮੈਨੂੰ ਹੱਥੀਂ ਪੈਣ ਲੱਗ ਪਈ ਅਤੇ ਕਹਿੰਦੀ ਕਿ ਸਾਰੀਆਂ ਬੀਬੀਆਂ ਬਾਹਰ ਚਲ ਜਾਓ ਇਹਨੂੰ ਤਾਲਾ ਮਾਰ ਕੇ ਅੰਦਰ ਬੰਦ ਕਰ ਦਿੰਦੇ ਹਾਂ ਜਦੋਂ ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਜਸਬੀਰ ਕੌਰ ਨੇ ਮੇਰੇ ਹੱਥ 'ਤੇ ਦੰਦੀ ਵੱਢ ਦਿੱਤੀ
ਤੇ ਬਾਹਰ ਆ ਗਈ ਮੇਰੇ ਨਾਲ ਮੇਰੇ ਜੇਠ ਦੀ 12 ਸਾਲਾਂ ਦੀ ਬੇਟੀ ਸ਼ਮੀਤ ਕੌਰ ਨਾਲ ਗਈ ਉਹ ਚੀਕਾਂ ਮਾਰਦੀ ਉੱਥੋਂ ਆ ਗਈ ਕਿ ਚਾਚੂ ਛੇਤੀ ਆਓ ਚਾਚੀ ਨੂੰ ਉਹਨਾਂ ਨੇ ਅੰਦਰ ਬੰਦ ਕਰ ਦਿੱਤਾ ਜਦੋਂ ਇਹ ਇੱਥੇ ਗਏ ਤੇ ਅੰਦਰ ਸੁਖਦੇਵ ਸਿੰਘ ਪੱਪਾ ਵੀ ਚਲਾ ਗਿਆ ਜਿਹੜਾ ਕਿ ਬਾਬਾ ਹੈ ਮੱਸਿਆ ਲੈ ਕੇ ਜਾਂਦਾ ਅੰਮ੍ਰਿਤਸਰ ਉਹਨੇ ਜਾਂਦੇ ਨੇ ਮੇਰੇ ਥੱਪੜ ਮਾਰੇ ਨੇ ਅੰਦਰ ਰਸੋਈ ਬੰਦ ਕਰਨ ਦੀ ਕੋਸ਼ਿਸ਼ ਕੀਤੀ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਜਦੋਂ ਮੈਂ ਅੱਗੇ ਮੇਰੇ ਹਸਬੰਡ ਗਏ ਮੈਂ ਇਹਨਾਂ ਨੂੰ ਜਾ ਕੇ ਦੱਸਿਆ ਕਿ ਇਹਨਾਂ ਨੇ ਇਹ ਕਹਿੰਦੇ ਕਿੰਨੇ ਹੱਥ ਲਾਇਆ ਤੈਨੂੰ ਮੈਂ ਕਿਹਾ ਇਹਨਾਂ ਦੋਨਾਂ ਨੇ ਤਾਂ ਮੇਰੇ ਹਸਬੰਡ ਉਹਨਾਂ ਗੱਲ ਕਰਦੇ ਰਹੇ ਬੈਸ ਬਸਾਈਆ ਚੱਲ ਗਿਆ ਸੀ ਇਹਨਾਂ ਨੂੰ ਧੁੰਦੇ ਧਰਾਂਦੇ ਉਹ ਸਾਨੂੰ ਮੇਰੇ ਵਾਲ ਵੀ ਖੁੱਲ ਗਏ ਇਹਨਾਂ ਨੇ ਸਾਨੂੰ ਉੱਥੇ ਧੁੰਦੇ ਰਹੇ ਨੇ ਮੈਨੂੰ ਤੇ ਮੇਰੀ ਜਠਾਣੀ ਨੂੰ ਜਦੋਂ ਅਸੀਂ ਬਾਹਰ ਤੱਕ ਆ ਗਏ ਤਾਂ ਨਰਿੰਦਰ ਕੌਰ ਜਿਹੜੀ ਹੈ ਉਹਨੇ ਆਣ ਕੇ ਮੇਰੇ ਮਹੰਤ ਜੇਠ ਜਿਹੜੇ ਨੇ ਉਹਨਾਂ ਦੇ ਆਣ ਕੇ ਥੱਪੜ ਮਾਰਿਆ ਫਿਰ ਅਸੀਂ ਵੀ ਆਪਣੇ ਬਚਾਅ ਵਾਸਤੇ ਕੀਤਾ ਅਸੀਂ ਉਹਨਾਂ ਦੇ ਛੁੱਟਦੇ ਛੁੜਾਉਂਦੇ ਆ ਗਏ ਸੁਖਦੇਵ ਸਿੰਘ ਪੱਪਾ ਜਿਹੜਾ ਮਹਾਰਾਜ ਦੀ ਹਜ਼ੂਰੀ ਵਿੱਚੋਂ ਨੰਗੇ ਸਿਰ ਗਿਆ ਤੇ ਕਿਰਪਾਨ ਚੁੱਕ ਕੇ ਸਾਡੇ ਪਿੱਛੇ ਦੌੜਿਆ ਜਦੋਂ ਸਾਡੇ ਪਿੱਛੇ ਆਣਾ ਅਸੀਂ ਬਸ ਪਿੱਛੇ ਨੂੰ ਕਰਨ ਵਾਸਤੇ ਦੋ ਤਿੰਨ ਰੋੜੇ ਫੜੇ ਕਿ ਅਸੀਂ ਮਾਰਨਾਂਗੇ ਜੇ ਸਾਡੇ ਕਿਰਪਾਨ ਲੱਗ ਗਈ ਤੇ ਅਸੀਂ ਭੱਜੇ ਆ ਗਏ ਤੇ ਬਾਕੀ ਸਾਡਾ ਪਰਿਵਾਰ ਅੰਦਰ ਚਲਾ ਗਿਆ ਤੇ ਛੋਟਾ ਜਿਹਾ ਬੱਚਾ ਇੱਕ ਬਾਹਰ ਹੈ ਕਿ ਸਾਡੇ ਸੱਸ ਬਜ਼ੁਰਗ ਨੇ ਉਹ ਬਾਹਰ ਮੌਕੇ ਤੇ ਫਿਰ ਪੁਲਿਸ ਪਹੁੰਚੀ ਪੁਲਿਸ ਦਾ ਰਵਈਆ ਕਿਦਾਂ ਮੈਂ ਤੁਹਾਨੂੰ ਦੱਸਦੀ ਹਾਂ ਭਾਜੀ ਤੇ ਇਹ ਸਾਡੇ ਘਰ ਆ ਗਏ ਮੇਰੇ ਜੇਠ ਜਿਹੜੇ ਆਪਣੇ ਘਰ ਜਾਣ ਲੱਗੇ ਤਾਂ ਸ਼ਮਸ਼ੇਰ ਸਿੰਘ ਤੇ ਵਿੱਕੀ ਜਿਹੜਾ ਇਹਨਾਂ ਨੇ ਆ ਕੇ ਹਿੱਟ ਮਾਰੀ ਇਹਨਾਂ ਦੀ ਛਾਤੀ ਤੇ ਵੱਜ ਗਈ ਬਾਹਰ ਰਹਿ ਗਏ ਡਿੱਗ ਗਏ ਇਹਨਾਂ ਤੇ ਸਰੀਏ ਨਾਲ ਹਮਲਾ ਕੀਤਾ ਗਿਆ ਲੰਗਰ ਹਾਲ ਵਿੱਚ ਵੀ ਨਰਿੰਦਰ ਕੌਰ ਨੇ ਸਰੀਏ ਨਾਲ ਹਮਲਾ ਕੀਤਾ ਫਿਰ ਨਾ ਮੈਂ ਆਪਣੀ ਮਾਤਾ ਜੀ ਨੂੰ ਵੇਖਣ ਵਾਸਤੇ ਬਾਹਰ ਗਈ ਤੇ ਜਗਦੀਪ ਸਿੰਘ ਭੋਲੂ ਜੋ ਕਿ ਚੰਦੂ ਨੰਗਲ ਦਾ ਸਾਬਕਾ ਸਰਪੰਚ ਹੈ ਤੇ ਪੱਪਾ ਜਿਹੜਾ ਹੈ ਤੇ ਜਸਬੀਰ ਕੌਰ ਤੇ ਅਰਸ਼ਦੀਪ ਕੌਰ ਇਹਨਾਂ ਦੋਵਾਂ ਨੇ ਮੇਰੇ ਥੱਪੜ ਵੀ ਮਾਰੇ ਇਹਨਾਂ ਦੀ ਬੀਬੀਆਂ ਨੇ ਤੇ ਇਹਨਾਂ ਦੇ ਬੰਦਿਆਂ ਨੇ ਮੇਰੀ ਬੇਇੱਜ਼ਤੀ ਕਰਨ ਦੀ ਨੀਅਤ ਨਾਲ ਮੇਰੇ ਕੱਪੜੇ ਪਾੜੇ ਮੇਰੇ ਝਰੀਟਾਂ ਮਾਰੀਆਂ ਮੈਨੂੰ ਨੋਚਿਆ ਗਿਆ ਚੰਗ ਤੇ ਉਸੇ ਟਾਈਮ ਪੁਲਿਸ ਆ ਗਈ ਆ ਸਾਡੇ ਸ਼ੀਸ਼ੇ ਤੋੜੇ ਗਏ ਨੇ ਪੁਲਿਸ ਆ ਗਈ ਪੁਲਿਸ ਜਦੋਂ ਇਹਨਾਂ ਨੂੰ ਇੱਥੋਂ ਜਾਂਦਿਆਂ ਦੀ ਵੀਡੀਓ ਬਣਾਉਂਦੀ ਤੇ ਪੁਲਿਸ ਨੂੰ ਵੀ ਇਹ ਕਹਿੰਦੇ ਨੇ ਕਿ ਤੁਸੀਂ ਕੌਣ ਹੁੰਦੇ ਹੋ ਵੀਡੀਓ ਬਣਾਉਣ ਵਾਲੇ ਇਹਨਾਂ ਨੂੰ ਕਿਹਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਪੁਲਿਸ ਆ ਚਲੋ ਇਹ ਚਲੇ ਗਏ ਨੇ ਫਿਰ ਇਹਨਾਂ ਨੇ ਸਾਡੇ ਤੇ ਝੂਠੇ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਗੁਟਕਾ ਸਾਹਿਬ ਫੜੇ ਨੇ ਤਾਂ ਸਾਡੇ ਪੁਲਿਸ ਕੋਲ DVR ਆ ਉਹ 'ਚ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਿੱਧਾ ਰਸੋਈ ਘਰ ਵਿੱਚ ਜਾਂਦੇ ਹਾਂ ਤੇ ਉੱਥੋਂ ਹੀ ਬਾਹਰ ਆਉਂਦੇ ਹਾਂ ਅਸੀਂ ਉੱਥੇ ਗਏ ਨੇ ਇਹਨਾਂ ਨੇ ਉੱਥੇ ਕੈਮਰਾ ਲਾਏ ਨੇ ਕਿਤੇ ਕਿਸੇ ਕਿਤੇ ਵੀ ਇਹ ਸਾਬਿਤ ਨਹੀਂ ਹੁੰਦਾ ਕਿ ਅਸੀਂ ਗੁਟਕਾ ਸਾਹਿਬ ਨੂੰ ਹੱਥ ਵੀ ਲਾਇਆ ਇਹ ਝੂਠੀ ਕਰਕੇ ਝੂਠੀਆਂ ਵਿੱਚ ਸਿੱਖ ਜਥੇਬੰਦੀਆਂ ਨੂੰ ਝੂਠ ਬੋਲ ਕੇ ਸਾਡੇ ਖਿਲਾਫ਼ ਭੜਕਾ ਰਹੇ ਨੇ ਇਹਨਾਂ ਦੀ ਬਸ ਇਹ ਹੈ ਕਿ ਇਹ ਸ਼ੁਰੂ ਤੋਂ ਇਹਨਾਂ ਨੂੰ ਜੈਦੀਪ ਸਿੰਘ ਭੋਲੂ ਨੇ ਇੱਕ ਸੋਨਾ ਮੁੰਡਾ ਹੈ ਹੁਣ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਜੀ ਇਹਨਾਂ ਨੂੰ ਨਹੀਂ ਦੇ ਰਹੇ ਪੈਸੇ ਬਾਬਾ ਨੇ ਕਿਹਾ ਕਿ ਪਹਿਲਾਂ ਹਿਸਾਬ ਦਿਓ ਇਹਨਾਂ ਨੇ ਲੈਂਟਰ ਪਿਆ ਹੋਇਆ ਤਿੰਨ ਮਹੀਨੇ ਬਿਲਡਿੰਗ ਨੂੰ ਇੱਦਾਂ ਰਹਿਣ ਦਿੱਤਾ ਬੇਦੀਆਂ ਸਾਰੇ ਰਲ ਕੇ ਬਾਬਾ ਸੁਖਦੀਪ ਸਿੰਘ ਜੀ ਨੇ ਉਪਰਾਲਾ ਕੀਤਾ ਇਹਨਾਂ ਨੇ ਸੋਹਣੀ ਬਿਲਡਿੰਗ ਤਿਆਰ ਕੀਤੀ ਆ ਇਹਨਾਂ ਕੋਲ ਬਾਬਾ ਜੀ ਨੇ ਹਿਸਾਬ ਮੰਗਿਆ ਹਿਸਾਬ ਨਹੀਂ ਦੇਣਾ ਚਾਹੁੰਦੇ ਅਤੇ ਪ੍ਰਧਾਨਗੀ ਕਰਨਾ ਚਾਹੁੰਦੇ ਨੇ ਕੁਝ ਘਰ ਪ੍ਰਧਾਨਗੀ ਕਰਨ ਦੀ ਨੀਅਤ ਨਾਲ ਮਾਲ ਮਾਰਨ ਦੀ ਨੀਅਤ ਨਾਲ ਇਹ ਸਾਰਾ ਕੁਝ ਕਰਦੇ ਨੇ ਧਮਕੀਆਂ ਦਿੱਤੀਆਂ ਨੇ ਮੈਨੂੰ ਕਿ ਮੇਰੇ ਦੋ ਬੇਟੇ ਨੇ 9 ਸਾਲ ਦਾ 5 ਸਾਲ ਦਾ ਕਿ ਤੇਰੇ ਬੇਟਿਆਂ ਨੂੰ ਗੋਲੀਆਂ ਮਾਰ ਦਾਂਗੇ ਜਗਦੀਪ ਸਿੰਘ ਨੇ ਤੁਹਾਡਾ ਘਰ ਉਜਾੜ ਦਾਂਗਾ ਤੁਹਾਨੂੰ ਇੱਥੋਂ ਕੱਢ ਕੇ ਦੱਸਾਂਗੇ ਇਹ ਸਿਰਫ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਨੇ ਜੀ ਹੋਰ ਇਹਨਾਂ ਦਾ ਕੋਈ ਨਹੀਂ ਮੰਗੇ ਆ ਕਿ ਇਹਨਾਂ ਦੀ ਧਾਰਾ ਲੱਗਣੀ ਚਾਹੀਦੀ ਸੀ ਸਰ 452 ਵੀ ਲੱਗਣੀ ਚਾਹੀਦੀ ਸੀ ਸਾਡੇ ਘਰ ਆ ਕੇ ਪਏ ਮੇਰੀ ਬੇਇੱਜ਼ਤੀ ਕੀਤੀ ਆ ਮੇਰੀ ਇੱਜ਼ਤ ਨੂੰ ਹੱਥ ਪਾਇਆ ਵਾ ਇਹਨਾਂ ਨੇ ਇਹਨਾਂ ਤੇ ਕੋਈ ਧਾਰਾ ਨਹੀਂ ਲੱਗੀ ਇਹ ਸਿੱਖ ਜਥੇਬੰਦੀਆਂ ਦੇ 5 ਕੁ ਪਰ ਬੰਦਿਆਂ ਨੂੰ ਬੁਲਾ ਲੈਂਦੇ ਆ ਨਾਲ ਕਹਿੰਦੇ ਅਸੀਂ ਕਿਸਾਨ ਯੂਨੀਅਨ ਬੁਲਾ ਲਈ ਆ ਤੁਸੀਂ ਦੱਸੋ ਕਿ ਉਹ ਸਾਡੀ ਇੱਜ਼ਤ ਵਾਪਸ ਕਰ ਸਕਦੇ ਆ ਜਿਹੜਾ ਇਹਨਾਂ ਨੇ ਸਾਡੇ ਤੇ ਹੱਥ ਚੁੱਕੇ ਆ ਕੋਈ ਦੂਜਾ ਬੰਦਾ ਸਾਡੇ ਤੇ ਹੱਥ ਚੁੱਕ ਸਕਦਾ ਹੈ ਜੇ ਤਾਂ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਕਿ ਹਾਂ ਇਹ ਜਾਇਜ਼ ਹੈਗਾ ਹੈ ਫਿਰ 195 ਤੇ ਸੁਖਦੇਵ ਸਿੰਘ ਪੱਪਾ ਦੇ ਵੀ ਲੱਗਣੀ ਚਾਹੀਦੀ ਜਿਨ੍ਹਾਂ ਨੰਗੇ ਸਿਰ ਮਹਾਰਾਜ ਦੇ ਹਜ਼ੂਰ ਚੋਂ ਕਿਰਪਾਨ ਚੁੱਕੀ ਆ ਇਹਨਾਂ ਦੀਆਂ ਬੀਬੀਆਂ ਆਪ ਸੁਖਮਨੀ ਸਾਹਿਬ ਦਾ ਜਾਪ ਛੱਡ ਕੇ ਆਈਆਂ ਜੀ ਉਧਰ ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਇੰਚਾਰਜ ਦਿਲਪ੍ਰੀਤ ਕੌਰ ਨੇ ਕਿਹਾ ਕਿ ਝਗੜੇ ਦੇ ਮਾਮਲੇ ਦੇ ਵਿੱਚ ਦੋਵੇਂ ਧਿਰਾਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਨੁਸਾਰ ਮਾਮਲਾ ਦਰਜ ਕੀਤਾ ਗਿਆ ਜਦੋਂ ਕਿ ਬੇਅਦਬੀ ਦੇ ਆਰੋਪ ਲਗਾਏ ਜਾ ਰਹੇ ਨੇ ਉਹ ਆਰੋਪ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਇਸ ਲਈ ਕੋਈ ਅਜਿਹੀ ਧਾਰਾ ਮਾਮਲੇ ਨੂੰ ਲੈ ਕੇ ਨਹੀਂ ਦਰਜ ਕੀਤੀ ਗਈ ਇਹਦੇ ਵਿੱਚ ਹੀ 21 ਤਰੀਕ ਦੀ ਇਹ ਗੱਲ ਹੈਗੀ ਹੈ ਪਿੰਡ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋਇਆ ਸੀਗਾ ਮੰਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਇੱਕ ਸਾਈਡ 'ਤੇ ਸਾਰੇ ਪਿੰਡ ਵਾਲੇ ਸੀਗੇ ਜਿਹਦੇ ਰਿਲੇਟਡ ਦੋਨਾਂ ਪਾਰਟੀਜ਼ ਨੇ ਸਾਡੇ ਕੋਲ MLR ਆਈਆਂ ਉਸ MLR 'ਤੇ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਦੋਨੋਂ ਸਾਈਡ 'ਤੇ ਮੇਨ ਕੇਸ ਕ੍ਰੋਸ ਕੇਸ ਜਿਹੜੇ ਹੈਗੇ ਆਪਾਂ ਰਜਿਸਟਰ ਕਰਤੇ ਸੀ ਦੇਖੋ ਜੀ ਉਹਨਾਂ ਨੇ ਧਰਨਾ ਇਸ ਗੱਲ 'ਤੇ ਲਾਇਆ ਕਿ 295A ਲਗਾਈ ਜਾਏ ਜੋ ਕਿ ਅਕੋਰਡਿੰਗ ਟੂ ਲੋਅ ਜਿਹੜੀ ਧਾਰਾ ਬਣਦੀ ਸੀ ਉਹਦੇ ਤਹਿਤ ਅਸੀਂ ਪਰਚਾ ਦੇ ਚੁੱਕੇ ਸੀਗੇ 295A ਬਾਰੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਨਾ ਹੀ ਇਹਨਾਂ ਵੱਲੋਂ ਕੋਈ ਸਬੂਤ ਪੇਸ਼ ਕੀਤਾ ਗਿਆ 295A ਦਾ ਇਨ ਕੇਸ ਇਹਨਾਂ ਕੋਲ ਕੋਈ ਸਬੂਤ ਹੈਗਾ 295A ਜਸਟੀਫਾਈ ਹੁੰਦੀ ਆ ਅਤੇ ਅਕੋਰਡਿੰਗ ਟੂ ਲੋਅ ਜਿਹੜੀ ਵੀ ਧਾਰਾ ਬਣਦੀ ਹੋਊਗੀ ਅਸੀਂ ਉਹ ਲਗਾ ਦਾਂਗੇ ਹਾਲੇ ਤੱਕ ਦੋਨਾਂ ਪਾਰਟੀਜ਼ ਵੱਲੋਂ ਕੁਛ ਵੀ ਇੱਦਾਂ ਦੇ ਸਾਨੂੰ ਪੇਸ਼ ਨਹੀਂ ਕੀਤਾ ਗਿਆ ਹਾਲੇ ਤੱਕ ਤਾਂ ਸਾਡੇ ਕੋਲ ਕੋਈ ਸਬੂਤ ਨਹੀਂ ਆਇਆ ਜਦੋਂ ਸਬੂਤ ਜੇ ਬਣਦੀ ਹੋਊਗੀ ਅਕੋਰਡਿੰਗ ਟੂ ਲੋਅ ਲਾ ਦਾਂਗੇ ਹਾਲੇ ਤੱਕ ਨਹੀਂ ਆਇਆ ਅਤੇ ਇਹ ਮੰਗ ਹਾਲੇ ਜਾਇਜ਼ ਨਹੀਂ ਹੈ
ब्यूरो रिपोर्ट न्यूज 18 पंजाब। ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਗੁਰੂ ਘਰ ਦਾ ਲੰਗਰ ਹਾਲ ਜੋ ਦੇਖਦੇ ਹੀ ਦੇਖਦੇ ਜੰਗ ਦਾ ਮੈਦਾਨ ਬਣ ਗਿਆ। ਇੱਥੇ ਦੋ ਧੜਿਆਂ ਦੇ ਵਿੱਚ ਪਹਿਲਾਂ ਤੂੰ ਤੂੰ ਮੈਂ ਮੈਂ ਹੋਈ, ਫਿਰ ਹੱਥੋਂ ਪਾਈ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਥੇ ਜੰਮ ਕੇ ਇੱਟਾਂ ਰੋੜੇ ਚੱਲੇ। ਇਹਨਾਂ ਦੋ ਧੜਿਆਂ ਦਾ ਪੂਰਾ ਕਾਰਨਾਮਾ ਕਿਸੇ ਤੀਜੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕੀਤਾ। ਤਸਵੀਰਾਂ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਚੰਦੂ ਨੰਗਲ ਦੀਆਂ ਨੇ, ਜਿੱਥੇ ਮਹੰਤ ਅਤੇ ਪਿੰਡ ਵਾਲੇ ਆਹਮੋ ਸਾਹਮਣੇ ਹੋ ਗਏ। ਇਸ ਮੌਕੇ ਇਹਨਾਂ ਨੇ ਇੱਕ ਦੂਜੇ ਤੇ ਗੰਭੀਰ ਆਰੋਪ ਲਗਾਏ ਨੇ। ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਪਿੰਡ ਚੰਦੂ ਨੰਗਲ ਦੇ ਲੋਕਾਂ ਨੇ ਕਿਸਾਨ ਆਗੂਆਂ ਅਤੇ ਸਤਿਕਾਰ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਮੰਗ ਕੀਤੀ ਗਈ ਕਿ ਮਹੰਤ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਕਾਰਨ ਇਹ ਜੀ, ਸਾਡਾ ਜਿਹੜਾ ਝਗੜਾ ਸੀਗਾ ਮਹੰਤ ਨਾਲ ਚੱਲਦਾ ਸੀਗਾ। ਇੱਥੇ ਨਾ ਬਾਬਾ ਸ੍ਰੀ ਚੰਦ ਦੀ ਮੂਰਤੀ ਦੀ ਸਥਾਪਨਾ ਸੀਗੀ ਅਤੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀਗੇ, ਪ੍ਰਕਾਸ਼ ਕੀਤਾ ਸੀ ਮਹਾਰਾਜ ਦਾ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ ਜਾਰੀ ਹੋਏ ਨੇ, ਜਿੱਥੇ ਮੂਰਤੀ ਪੂਜਾ ਹੁੰਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਬਸ ਇਸ ਸੰਬੰਧ 'ਚ ਜਿਹੜਾ ਸਾਰਾ ਮਹੰਤ ਨਾਲ ਸਾਡਾ ਝਗੜਾ ਵੱਧਦਾ ਗਿਆ, ਕਲੇਸ਼ ਵੱਧਦਾ ਗਿਆ। ਹੁਣ ਜਿਹੜਾ 21 ਤਰੀਕ ਨੂੰ ਇਹਨਾਂ ਨੇ ਸਾਡੇ ਨਾਲ ਕੀਤਾ ਵੀ ਸਾਡੀਆਂ ਬੀਬੀਆਂ ਉੱਥੇ ਸੁਖਮਨੀ ਸਾਹਿਬ ਦਾ ਜਾਪ ਕਰਦੀਆਂ ਪਈਆਂ ਸੀ ਅਤੇ ਮਹੰਤਾਂ ਨੇ ਉੱਥੇ ਆਣ ਕੇ ਗੁੰਡਾਗਰਦੀ ਕੀਤੀ ਆ ਅਤੇ ਬੀਬੀਆਂ 'ਤੇ ਕੁੱਟਮਾਰ ਕੀਤੀ ਆ। ਉਹਦੇ ਸੰਬੰਧ 'ਚ ਜਿਹੜਾ ਸੀਗਾ ਇਨਸਾਫ ਲੈਣ ਵਾਸਤੇ ਉਹ ਧਰਨਾ ਸੀਗਾ ਠਾਣਾ ਡੇਰਾ ਬਾਬਾ ਨਾਨਕ ਦੇ ਅੱਗੇ ਲੱਗਾ ਸੀਗਾ। ਉਸ ਸੰਬੰਧ 'ਚ ਇੱਥੇ ਸਾਰੇ ਕੁਝ ਪੁਰਾਤਨ ਤਾਂ ਉੱਥੇ ਚੱਲਦਾ ਸੀਗਾ, ਮਹੰਤਾਂ ਦੇ ਕਬਜ਼ੇ 'ਚ ਸ਼ੁਰੂ ਤੋਂ ਸ਼ੁਰੂ ਰਹੇ ਨੇ। ਇਹ ਹੁਣ ਪਿੰਡ ਵਾਲਿਆਂ ਨੇ ਸੰਘਰਸ਼ ਕਰਕੇ ਜਿਸ ਤਰ੍ਹਾਂ ਮਹੰਤਾਂ ਦੇ ਕਬਜ਼ਿਆਂ ਤੋਂ ਮਹਾਰਾਜ ਦੇ ਸਰੂਪ ਛਡਵਾਏ ਨੇ, ਸਾਰੇ ਪਿੰਡੋ ਪਿੰਡੀ ਇਹ ਗੱਲ ਚੱਲੀ ਹੈ। ਉਸੇ ਤਰੀਕਾ ਸਾਡੇ ਪਿੰਡ ਨੇ ਵੀ ਮਹਾਰਾਜ ਦਾ ਸਰੂਪ ਜਿਹੜਾ ਮਹੰਤਾਂ ਦੇ ਕਬਜ਼ੇ 'ਚ ਛਡਾਉਣ ਦੀ ਕੋਸ਼ਿਸ਼ ਕੀਤੀ ਆ। ਉਹ SGPC ਨੂੰ ਬਕਾਇਦਾ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਸਾਡੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਬੇਅਦਬੀ ਹੁੰਦੀ ਆ, ਇੱਥੇ ਮਹਾਰਾਜ ਦਾ ਸਤਿਕਾਰ ਨਹੀਂ ਹੁੰਦਾ, ਅਤੇ ਇਹਦੇ ਜਿਹੜੇ ਪ੍ਰਬੰਧ ਨੇ ਜਿਹੜੇ ਵੱਖਰੇ ਤੌਰ 'ਤੇ ਵੱਖਰੇ ਹਾਲ 'ਚ ਕੀਤੇ ਜਾਣ। ਕਾਰਨ ਉਹ ਜੀ, ਮਹੰਤ ਜੀ ਸੁਖਮਨੀ ਸਾਹਿਬ ਦਾ ਜਾਪ ਹੋਣ ਡਿਆ ਸੀਗਾ ਅਤੇ ਉੱਥੇ ਆਣ ਕੇ ਉਹਨਾਂ ਨੇ ਜਿਹੜਾ ਸਾਡੀਆਂ ਬੀਬੀਆਂ ਨੂੰ ਕੁੱਟਮਾਰ ਕੀਤੀ ਆ, ਉਹ ਸਾਰੀ ਗੱਲਬਾਤ ਉਸੇ ਸੰਬੰਧ 'ਚ ਸਾਰੀ ਗੱਲ ਚੱਲੀ ਆ। ਉਹ ਤੋਂ ਇੱਕ ਪੱਤ ਵਧਿਆ ਅਤੇ ਹੁਣ ਇਹ ਧਰਨੇ ਲੱਗੇ ਨੇ। ਮੇਰੀ ਬੇਨਤੀ ਸੁਣੋ, ਜਦੋਂ ਸਾਡਾ ਇਹਨਾਂ ਦਾ ਟਾਈਮ ਹੈ 12 ਤੋਂ 2 ਸੁਖਮਨੀ ਸਾਹਿਬ ਦਾ ਜਾਪ ਕਰਨ ਦਾ, ਸਾਡਾ 2 ਤੋਂ 4 ਆ। ਇਹਨਾਂ ਨੂੰ ਪਤਾ ਜਦੋਂ 2 ਤੋਂ 4 ਸੁਖਮਨੀ ਸਾਹਿਬ ਦਾ ਜਾਪ ਚੱਲਣਾ, ਇਹ 2 ਤੋਂ 4 ਵਜੇ ਤੋਂ ਬਾਅਦ ਆ ਜਾਂਦੇ ਤਾਂ ਆਪਣੇ ਲੈ ਜਾਂਦੇ ਭਾਂਡੇ। ਇਹ 3 ਵਜੇ 18ਵੇਂ ਅਸਪਰੀ ਚੱਲਣ ਦੀ ਸੁਖਮਨੀ ਸਾਹਿਬ ਜੀ ਦੀ, ਉਹਦੇ ਵਿੱਚ ਆ ਗਏ ਨੇ। ਉਹਦੇ ਵਿੱਚ ਆਉਣ ਦਾ ਇਹਨਾਂ ਦਾ ਮਤਲਬ ਨਹੀਂ ਸੀ ਬਣਦਾ ਭਾਂਡੇ। ਫਿਰ ਬੀਬੀਆਂ ਸਾਡੀਆਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਾਪ ਖਤਮ ਹੁੰਦਾ ਵਾ, ਇੱਥੇ ਸਾਡੇ ਕਮੇਟੀ ਦੇ ਮੈਂਬਰ ਆ ਜਾਂਦੇ ਨੇ, ਤੁਸੀਂ ਉਹਨਾਂ ਕੋਲ ਭਾਂਡੇ ਲੈ ਲਓ, ਕੋਈ ਭਾਂਡੇ 'ਚ ਕੋਈ ਤਰਾਜੀ ਕਿ ਨਹੀਂ। ਇਹਨਾਂ ਨੇ ਉਹ ਗੱਲ ਉਹਨਾਂ ਦੀ ਸੁਣੀ ਨਹੀਂ ਅਤੇ ਬਸ ਕਹਿੰਦੇ ਜੀ ਅਸੀਂ ਹੁਣੇ ਖੜਨੇ, ਬਸ ਇਸੇ ਗੱਲ ਦਾ ਰੌਲਾ ਪੈ ਗਿਆ। ਬੀਬੀਆਂ ਕਹਿਣ ਵੀ ਅਸੀਂ ਭਾਂਡੇ ਦੇ ਨਹੀਂ ਸਕਦੇ, ਵੀ ਪ੍ਰਬੰਧਕ ਕਮੇਟੀ ਜਿਹੜੀ ਉਹ ਭਾਂਡੇ ਤੁਹਾਨੂੰ ਦੇ ਸਕਦੀ, ਇਸ ਤਰ੍ਹਾਂ ਭਾਂਡੇ ਨਹੀਂ ਮਿਲਦੇ, ਬਸ ਇਸੇ ਗੱਲ ਦਾ ਰੌਲਾ ਚੱਲਿਆ। ਪੁਲਿਸ ਨੇ ਕਾਰਵਾਈ ਕੀਤੀ ਜੀ ਸਾਡੇ 'ਤੇ ਵੀ, ਮਤਲਬ ਜੋ ਧਾਰਾ ਲਾਈ ਆ ਸੇਮ ਉਹਨਾਂ ਦੀਆਂ 2 ਧਾਰਾ ਵੱਧ ਲਾ ਕੇ ਸਾਡੇ 'ਤੇ ਵੀ ਕ੍ਰਾਸ ਕੇਸ ਕਰਤਾ, ਜਦਕਿ ਬਣਦਾ ਮੰਤ ਸਾਡੇ ਵੱਲ ਆਏ ਨੇ, ਉਹਨਾਂ ਨੇ ਸਾਰੀ ਗੱਲ ਕੀਤੀ ਅਤੇ ਬਣਦਾ ਤਾਂ ਉਹਨਾਂ ਦੇ ਸੀ, ਪਰ ਇਹਨਾਂ ਨੇ ਸਾਰੀ ਸਾਡੇ 'ਤੇ ਵੀ ਕਾਰਵਾਈ ਬਰਾਬਰ ਕਰ ਦਿੱਤੀ। ਸਾਡੇ ਉੱਥੇ ਧਰਨਾ ਇਸ ਸੰਬੰਧ 'ਚ ਲੱਗਾ ਸੀ ਵੀ ਉਹਨਾਂ ਨੇ ਧਾਰਾ 295 ਨਹੀਂ ਸੀ, 295 ਇਹ ਧਾਰਾ ਬਣਦੀ ਸੀ ਉਹ ਨਹੀਂ ਸੀ ਲਾਈ, ਉਸ ਸੰਬੰਧ 'ਚ ਧਰਨਾ ਲੱਗਾ ਸੀਗਾ ਸੰਗਤ ਵੱਲੋਂ। ਮੇਰੀ ਬੇਨਤੀ ਸੁਣ ਲਓ, ਉਸ ਵੀਡੀਓ ਦੇ ਵਿੱਚ ਦੱਸ ਦਿਓ ਕਿਤੇ ਬੋਰਡ ਜਰਾਬਾਂ ਪਈਆਂ ਹੋਣ, ਅਸੀਂ ਉਸ ਗੱਲ ਦਾ ਸਾਰੀ ਸੰਗਤ ਨੇ ਸੁੱਖ ਆਸਣ ਕਰਕੇ ਮਹਾਰਾਜ ਦੇ ਚੰਦੋਆ ਸਾਹਿਬ ਦੇ ਥੱਲੇ ਜਿਹੜਾ ਸੀਗਾ ਉਹਨੂੰ ਥੜੇ ਨੂੰ ਪੱਕਾ ਕਰਨ ਦੇ ਵਾਸਤੇ ਉਹ ਸਾਰੀ ਕਾਰਵਾਈ ਚੱਲਦੀ ਪਈ ਸੀਗੀ। ਮਹਾਰਾਜ ਦਾ ਸਤਨਾਮ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਸੀਗਾ, ਜਿਹੜੀ ਬੀਬੀ ਨੇ ਆਣ ਕੇ ਉੱਥੇ ਸਾਰੇ ਅੰਮ੍ਰਿਤਧਾਰੀ ਸਿੰਘਾਂ ਨੂੰ ਚੋਰ ਕਿਹਾ, ਉਹਦੇ ਸੰਬੰਧ ਵਿੱਚ ਸਾਰੀ ਅਸੀਂ ਉਸ ਦੀ ਵੀ ਦਰਖਾਸਤ ਦਿੱਤੀ ਆ ਪੁਲਿਸ ਪ੍ਰਸ਼ਾਸਨ ਨੇ, ਉਸ 'ਤੇ ਵੀ ਕੋਈ ਕਾਰਵਾਈ ਨਹੀਂ ਸੀ ਕੀਤੀ। ਹਾਲੇ ਤੱਕ ਕੁਛ ਨਹੀਂ ਮਿਲਿਆ ਜੀ ਸਾਨੂੰ, ਕੁਛ ਨਹੀਂ, ਪੁਲਿਸ ਪ੍ਰਸ਼ਾਸਨ ਵੱਲੋਂ ਉਸੇ ਤਰ੍ਹਾਂ ਗੁੰਗਲਾਂ ਤੋਂ ਮਿੱਟੀ ਝਾੜੀ ਜਾਂਦੀ ਆ ਜੀ। ਅੱਜ ਕੁਛ ਇਹਨਾਂ ਦੀ ਸਹਿਮਤੀ ਬਣਦੀ ਪਈ ਆ, ਵੇਖੋ ਕਿ ਸਿਰੇ ਚੜ੍ਹਦੀ ਆ ਕਿ ਨਹੀਂ ਚੜ੍ਹਦੀ, ਸਿਮ ਚੱਲਦੀ ਪਈ ਆ। ਜੀ
ਜਦਕਿ ਮਹੰਤਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਆਖਿਆ ਕਿ ਬੀਤੇ ਦਿਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾਣਾ ਸੀ। ਇਸ ਨੂੰ ਲੈ ਕੇ ਸਾਡੇ ਪਰਿਵਾਰਕ ਮੈਂਬਰ ਗੁਰਦੁਆਰਾ ਸਾਹਿਬ ਵਿਖੇ ਬਣੇ ਲੰਗਰ ਹਾਲ ਦੇ ਵਿੱਚ ਬਰਤਨ ਲੈਣ ਗਏ ਸਨ। ਕੁਝ ਬੀਬੀਆਂ ਨੇ ਜਾਨੋ ਮਾਰਨ ਦੀ ਨੀਅਤ ਨਾਲ ਸੇਵਾਦਾਰ ਬੀਬੀਆਂ ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਬਚਾਅ ਦੇ ਲਈ ਸਾਡੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ। ਉੱਥੇ ਹੀ ਇਸ ਸੰਬੰਧੀ ਸੇਵਾਦਾਰ ਬੀਬੀ ਪ੍ਰਭਜੋਤ ਕੌਰ ਅਤੇ ਉਸਦੇ ਆਪਣੇ ਹੀ ਪਰਿਵਾਰਕ ਮੈਂਬਰਾਂ ਤੇ ਹੋਏ ਹਮਲੇ ਦੀ ਪੂਰੀ ਹੱਡਬੀਤੀ ਬਿਆਨ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਮੇਰਾ ਨਾਮ ਭਗਵਾਨ ਦਾ ਦਰਬਾਰ ਬਾਬਾ ਸ਼੍ਰੀ ਚੰਦ ਜੀ ਪਿੰਡ ਜੌੜੀਆਂ ਖੁਰਦ। ਕੀ ਮਾਮਲਾ ਹੈ ਜਿਹੜਾ ਤੁਹਾਡਾ ਡਿਸਪਿਊਟ ਹੋਇਆ ਤੇ ਪਿੰਡ ਵਾਲਿਆਂ ਨਾਲ? ਇਹ ਸਰ ਮੇਰੀ ਜਿਹੜੀ ਛੋਟੇ ਭਰਾ ਦੀ ਘਰਵਾਲੀ ਸੀ ਭਰਜਾਈ ਸਾਡੀ, ਉਹ ਵੀ ਸ਼ਹੀਦੀ ਦਿਹਾੜਾ ਮਨਾਉਣਾ ਸੀ ਆਪਾਂ ਇੱਕ ਦਿਨ ਪਹਿਲਾਂ, ਅਤੇ 40 ਦਿਨ ਸਾਡੇ ਪੂਰੇ ਹੋ ਚੁੱਕੇ ਸ਼੍ਰੀ ਅਖੰਡਪੁਰ ਸਾਹਿਬ ਨੂੰ ਸੁਖਮਨੀ ਸਾਹਿਬ ਦੇ ਚੱਲ ਰਹੇ ਸੀ ਪਾਠ। ਉਸ ਤੋਂ ਬਾਅਦ ਭਾਂਡਿਆਂ ਦੀ ਮੰਗ ਕੀਤੀ ਗਈ, ਭਾਂਡਿਆਂ ਦੀ ਮੰਗ ਕਰਨ ਗਈ ਆ, ਇਹਨਾਂ ਬੀਬੀਆਂ ਨੇ ਅੰਦਰ ਵਾਲ ਲਿਆ ਵਾ, ਕੁਝ ਹੋਰ ਬੰਦੇ ਵੀ ਆ ਗਏ, ਇਹਨਾਂ ਦੇ ਬੰਦੇ ਇਕੱਠੇ ਹੋ ਗਏ। ਜਗਦੀਪ ਸਿੰਘ ਸਰਪੰਚ ਪਿੰਡ ਚੰਦੂ ਨੰਗਲ, ਇਹਦੀ ਜਿਹੜੀ ਵਾਈਫ ਆ ਜਸਵੀਰ ਕੌਰ, ਉਹਨੇ ਮੇਰੀ ਛੋਟੀ ਭਰਜਾਈ ਦੇ ਹੱਥ 'ਤੇ ਦੰਦੀਆਂ ਹੀ ਵੱਡੀਆਂ ਨੇ, ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੀ ਭਰਜਾਈ ਨੇ, ਬਾਅਦ ਵਿੱਚ ਮੇਰੀ ਬੇਟੀ ਨੇ ਚੀਕਾਂ ਮਾਰਦੀ ਉਸ ਹਾਲ ਦੇ ਵਿੱਚ ਆਈ ਆ ਵੀ ਮੇਰੀ ਚਾਚੀ ਨੂੰ ਅੰਦਰ ਬੰਦ ਕਰ ਲਿਆ ਗਿਆ, ਅਤੇ ਮੈਂ ਸ਼ਹਿਰੋਂ ਆ ਰਿਹਾ ਸੀ ਅਤੇ ਛੋਟਾ ਭਰਾ ਮੇਰਾ ਉੱਧਰ ਨੂੰ ਜਾ ਰਿਹਾ ਸੀ, ਆਪਾਂ ਦੋਨਾਂ ਜਾਣਿਆਂ ਵੀ ਇਕੱਠੇ ਜਾ ਕੇ ਇਹਨਾਂ ਨੂੰ ਸਾਡੇ ਛਡਾਵਾ ਕਰਵਾਉਣ ਦਾ ਮਤਲਬ ਛਡਾਉਣ ਗਏ ਆਪਾਂ ਬੀਬੀਆਂ ਦੀ ਲੜਾਈ ਤੋਂ। ਅਤੇ ਬਾਅਦ ਦੇ ਵਿੱਚ ਮੇਰੇ 'ਤੇ ਇਹਨਾਂ ਨੇ ਹਮਲਾ ਕੀਤਾ, ਬੀਬੀ ਨਰਿੰਦਰ ਕੌਰ ਜੋ ਬਾਬੇ ਸੁਖਦੇਵ ਸਿੰਘ ਦੀ ਵਾਈਫ ਜੋ ਮੱਸਿਆ ਲੈ ਕੇ ਜਾਂਦਾ ਹੈ, ਮੈਂ ਛਡਾਉਣ ਦੀ ਨੀਤੀ 'ਚ ਗਿਆ ਸੀ, ਮੈਂ ਕਿਸੇ ਦੀ ਲੜਨ ਦੀ ਨੀਤੀ 'ਚ ਨਹੀਂ ਗਿਆ, ਮੈਂ ਛਡਾਉਂਦਿਆਂ ਬਾਹਰ ਨੂੰ ਆ ਰਿਹਾ ਸੀ, ਇਹਨਾਂ ਮੇਰੇ 'ਤੇ ਹਮਲਾ ਕੀਤਾ, ਮੇਰੇ 'ਤੇ ਸਰੀਏ ਵੀ ਲੱਤਾਂ 'ਤੇ ਮਾਰੇ ਹਨ ਅਤੇ ਹੋਰ ਮੁੜ ਕੇ ਇਹਨਾਂ ਨੇ ਕੁੱਟਮਾਰ ਮੇਰੀ ਕੀਤੀ ਉੱਥੇ ਅੰਦਰ। ਅਤੇ ਬਾਅਦ ਦੇ ਵਿੱਚ ਮੈਂ ਵੀ ਇਹਨਾਂ ਦੇ ਗਲ ਪਿਆ, ਮੈਂ ਵੀ ਝੂਠ ਨਹੀਂ ਮਾਰਨਾ ਨਹੀਂ ਪਿਆ। ਬਾਅਦ ਦੇ ਵਿੱਚ ਜਦੋਂ ਆਪਾਂ ਛੜੇ ਛਡਾਵਾ ਕਰਕੇ ਆਪਾਂ ਘਰ ਨੂੰ ਆਪਣੇ ਆ ਗਏ ਹਾਂ, ਸਾਰੇ ਨਗਰ ਨਿਵਾਸੀਆਂ ਇਕੱਠਿਆਂ ਹੋ ਕੇ ਸਾਰਿਆਂ ਇਕੱਤਰ ਹੋ ਕਰਕੇ ਮੇਰੀ ਗੱਡੀ ਵੀ ਤੋੜੀ, ਮੇਰੇ ਭਰਾ ਦੇ ਘਰ ਦੇ ਸ਼ੀਸ਼ੇ ਵੀ ਤੋੜੇ ਆ, ਹੋਰ ਸਾਡੇ 'ਤੇ ਜਾਨਲੇਵਾ ਹਮਲੇ ਵੀ ਕੀਤੇ ਆ, ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਕਮੇਟੀ ਦੀ, ਇਹਨਾਂ ਦੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ, ਜੇ ਇਹਨਾਂ ਕੋਲ ਹਥਿਆਰ ਹੁੰਦੇ ਤਾਂ ਸਾਡੇ 'ਤੇ ਗੋਲੀਆਂ ਵੀ ਮਾਰ ਸਕਦੇ ਸੀ। ਪਰ ਕਾਫੀ ਸਮੇਂ ਤੋਂ ਸਾਡੇ ਬਜ਼ੁਰਗ ਹੀ ਸੇਵਾ ਕਰਦੇ ਆ ਰਹੇ ਨੇ ਇੱਥੇ ਇਸ ਅਸਥਾਨ 'ਤੇ ਬਾਬਾ ਸ਼੍ਰੀ ਚੰਦ ਜੀ ਦੇ ਸੇਵਾ ਕਰਦੇ ਹਾਂ। ਇਹ ਜਿਹੜੀ ਜਗ੍ਹਾ ਜਿਹੜੇ ਆਪਾਂ ਕਿਹੜੇ ਮਹਾਂਪੁਰਸ਼ਾਂ ਦੀ ਹੈ? ਇਹ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ ਨੇ, ਹਾਂਜੀ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਦੇ। ਜੀ ਜੀ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਮਤਲਬ ਇੱਥੇ ਕੁਝ ਟਾਈਮ ਕੱਢਿਆ ਸੀ, ਸਮਾਂ ਕੱਢਿਆ ਸੀ, ਉਹਨਾਂ ਦੇ ਮਤਲਬ ਦਰਬਾਰ 'ਤੇ ਆਪਾਂ ਸੇਵਾ ਕਰਦੇ ਹਾਂ, ਸਾਡੇ ਬਜ਼ੁਰਗ ਵੀ ਕਰਦੇ ਆ ਰਹੇ ਨੇ। ਅਤੇ ਜਦੋਂ ਆਪਾਂ ਇਸ ਦਰਬਾਰ ਦੀ ਉਸਾਰੀ ਕਰਨ ਲੱਗੇ ਸਾਂ ਤਾਂ ਮਹਾਰਾਜਾ ਸਰੂਰ ਛੋਟੇ ਹਾਲ ਦੇ ਵਿੱਚ ਖੜਿਆ ਸੀ, ਸੰਗਤ ਆਉਂਦੀ ਜਾਂਦੀ ਰਹੀ, ਉਸਾਰੀ ਚੱਲਦੀ ਰਹੀ, ਕੁਝ ਚਿਰ ਬਾਅਦ ਉਸਾਰੀ ਪੂਰੀ ਹੋ ਗਈ ਆ ਅਤੇ ਆਪਾਂ ਉਸੇ ਬੁੰਗੇ ਨੂੰ ਸੋਹਣਾ ਅਤੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਮਹਾਰਾਜ ਸਰੂਪ ਉੱਥੇ ਬਿਰਾਜਮਾਨ ਕਰ ਦਿੱਤਾ ਗਿਆ ਹੈ। ਇਹ ਇਸੇ ਗੱਲ ਤੋਂ ਵਿਵਾਦ ਖੜਾ ਕਰ ਲਿਆ ਇਹਨਾਂ ਨੇ ਕਿ ਸਰੂਪ ਖੁੱਲ੍ਹੇ ਥਾਂ ਕੀਤਾ ਜਾਵੇ ਅਤੇ ਜਾਂ ਮਤਲਬ ਇਹਨੂੰ ਮਤਲਬ ਸਰੂਪ ਜਿਹੜਾ ਇੱਥੋਂ ਚੁਕਾ ਦਿੱਤਾ ਜਾਵੇ, ਕਿਉਂਕਿ ਇੱਥੋਂ ਸਦੀਆਂ ਤੋਂ ਹੀ ਇੱਥੇ ਪਿਆ ਹੈ ਦਰਬਾਰ ਸਾਹਿਬ ਮਹਾਰਾਜਾ ਸਰੂਪ, ਜੋ ਵੀ ਇੱਥੇ ਸੰਗਰਾਂਦ ਚੱਲਦੀ ਹੈ ਇੱਥੇ ਹੀ ਨਗਰ ਨਿਵਾਸੀ ਆਣ ਕੇ ਮੇਲਾ ਮਸਾਦੀ ਮਨਾਉਂਦੇ ਹਨ। ਸਰ ਉਹ ਕਾਰਵਾਈ ਹੋਈ ਆ, ਉਹ ਕਾਰਵਾਈ ਦੇ ਹੋਣ ਦੇ ਨਾਤੇ ਇਹਨਾਂ ਜ਼ੋਰ ਪਾ ਕੇ ਮਤਲਬ ਨਾਅਰੇਬਾਜ਼ੀ ਕਰਕੇ ਉਹ ਕਾਰਵਾਈ ਦੇ ਮਤਲਬ ਜਿਹੜੇ ਧਾਰਾਵਾਂ ਤੋੜਨ ਦਾ ਮਤਲਬ ਇਹਨਾਂ ਨੇ ਯਤਨ ਕੀਤਾ ਵਾ, ਇਕੱਤਰ ਹੋ ਕਰਕੇ ਅੱਜ ਜੋ ਵੀ ਇਹਨਾਂ ਨਾਅਰੇਬਾਜ਼ੀ ਕੀਤੀ ਆ ਅਤੇ ਦਰਬਾਰ ਦੀ ਜ਼ਮੀਨ ਜਿਹੜੀ ਆ ਹੜੱਪਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਜੇ ਇਹ 100% ਸਿੱਖ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ, 100% ਇਹ ਹਿੰਦੂ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ, ਇਹ ਦਰਬਾਰ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਉਹ ਸਾਂਝਾ ਵਾ, ਜੋ ਵੀ ਸਾਰੇ ਨਗਰ ਵਾਸੀਆਂ ਦਾ, ਡੇਰਾ ਬਾਬਾ ਨਾਨਕ ਦਾ ਵੀ ਸਾਂਝਾ ਵਾ, ਇਹ ਨਹੀਂ ਵੀ ਇੰਨਾ ਇਕੱਲਿਆਂ ਦਾ ਆ, ਇਹ 3-4 ਘਰ ਜਿਹੜੇ ਨੇ ਇਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਅਤੇ ਮਤਲਬ ਦਰਬਾਰ ਦੀ ਜ਼ਮੀਨ ਜਿਹੜੀ ਹੜੱਪਣ ਨੂੰ ਤਿਆਰ ਬੈਠੀ ਜੀ। ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕੀਤੀ ਆ ਕਿ ਜਿੱਦਾਂ ਮੇਲਾ ਮਸਾਦੀ ਪਹਿਲਾਂ ਮਨਾ ਰਿਹਾ ਜਾ ਰਿਹਾ ਜਾਂ ਪਹਿਲਾਂ ਸਾਂਝੇ ਤੌਰ 'ਤੇ ਆਪਾਂ ਇਕੱਤਰ ਹੋ ਕੇ ਸਾਰੇ ਕੰਮ ਕਰਦੇ ਹਾਂ,
ਉਹ ਕੀਤੇ ਜਾਣ। ਮੇਰਾ ਨਾਮ ਪ੍ਰਭਜੋਤ ਕੌਰ ਹੈ ਜੀ। ਕਿਹੜਾ ਸਥਾਨ ਤੇ? ਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਹੈ ਜੀ। ਇੱਥੇ ਅਸੀਂ ਰਹਿੰਦੇ ਸੇਵਾਦਾਰ ਹਾਂ, ਸੇਵਾ ਕਰਦੇ ਹਾਂ। ਕਿੰਨੇ ਕੁ ਸਾਲਾਂ ਤੋਂ ਸਰ? ਸਦੀਆਂ ਤੋਂ ਚੱਲਦੇ ਆ ਰਹੇ ਹਾਂ, ਸਾਡੇ ਸਹੁਰਾ ਸਾਹਿਬ ਦਾਦਾ ਜੀ ਸ਼ੁਰੂ ਤੋਂ ਕਰਦੇ ਆ ਰਹੇ ਨੇ। ਹੁਣ ਮੇਰੇ ਜੇਠ ਮਹੰਤ ਭਗਵਾਨ ਦਾਸ ਜਿਹੜੇ ਉਹ ਸੇਵਾਦਾਰ ਨੇ ਤੇ ਸੇਵਾ ਕਰਦੇ ਆ ਜੀ। ਉਹ ਸੀ ਨਾ 40 ਦਿਨਾਂ ਲੜੀ ਸਟਾਰਟ ਕੀਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧਿਤ। ਅਸੀਂ ਉਹਦਾ ਲੰਗਰ ਕਰਨਾ ਸੀ 22 ਤਰੀਕ ਨੂੰ ਤੇ 21 ਤਰੀਕ ਨੂੰ ਕਰੀਬ 3:30 ਦੇ ਕਰੀਬ ਮੈਂ ਉੱਧਰ ਗਈ ਹਾਂ। ਮੈਂ ਕਿਹਾ ਲੰਗਰ ਹਾਲ ਸਭ ਦਾ ਸਾਂਝਾ, ਸੰਗਤ ਦੇ ਬਣਾਏ ਹੋਏ ਬਰਤਨ ਆ, ਬਰਤਨ ਲੈਣ ਵਾਸਤੇ ਗਈ ਹਾਂ ਤੇ ਉੱਥੋਂ ਪਹਿਲਾਂ ਤੋਂ ਮੌਜੂਦ ਸੰਦੀਪ ਕੌਰ, ਰਵਿੰਦਰ ਕੌਰ, ਅਰਸ਼ਦੀਪ ਕੌਰ ਤੇ ਜਸਬੀਰ ਕੌਰ ਇਹ ਉੱਥੇ ਮੌਜੂਦ ਸਨ। ਤਾਂ ਮੈਂ ਜਾ ਕੇ ਕਿਹਾ, ਮੈਂ ਕਿਹਾ ਅਸੀਂ ਨਾ 50 ਥਾਲ ਇੰਨੇ ਕੁ ਬਰਤਨ ਲੈਣੇ, ਸਾਨੂੰ ਬਰਤਨ ਚਾਹੀਦੇ ਆ। ਜਸਬੀਰ ਕੌਰ ਨੇ ਪੈਂਦਿਆਂ ਮੈਨੂੰ ਹੱਥੀ ਪੈਣ ਲੱਗ ਪਈ ਤੇ ਕਹਿੰਦੀ ਕਿ ਸਾਰੀਆਂ ਬੀਬੀਆਂ ਬਾਹਰ ਚਲ ਜਾਓ, ਇਹਨੂੰ ਤਾਲਾ ਮਾਰ ਕੇ ਅੰਦਰ ਬੰਦ ਕਰ ਦਿੰਦੇ ਆ। ਜਦੋਂ ਮੈਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤੇ ਜਸਬੀਰ ਕੌਰ ਨੇ ਮੇਰੇ ਹੱਥ 'ਤੇ ਦੰਦੀ ਵੱਢ ਦਿੱਤੀ ਤੇ ਬਾਹਰ ਆ ਗਈ। ਮੇਰੇ ਨਾਲ ਮੇਰੇ ਜੇਠ ਦੀ 12 ਸਾਲਾਂ ਦੀ ਬੇਟੀ ਸ਼ਮੀਤ ਕੌਰ ਨਾਲ ਗਈ। ਉਹ ਚੀਕਾਂ ਮਾਰਦੀ ਉੱਥੋਂ ਆ ਗਈ ਕਿ ਚਾਚੂ ਛੇਤੀ ਆਓ, ਚਾਚੀ ਨੂੰ ਉਹਨਾਂ ਨੇ ਅੰਦਰ ਬੰਦ ਕਰ ਦਿੱਤਾ। ਜਦੋਂ ਇਹ ਉੱਥੇ ਗਏ ਤੇ ਅੰਦਰ ਸੁਖਦੇਵ ਸਿੰਘ ਪੱਪਾ ਵੀ ਚਲਾ ਗਿਆ, ਜਿਹੜਾ ਕਿ ਬਾਬਾ ਹੈ ਮੱਸਿਆ ਲੈ ਕੇ ਜਾਂਦਾ ਅੰਮ੍ਰਿਤਸਰ। ਉਹਨੇ ਜਾਂਦੇ ਨੇ ਮੇਰੇ ਥੱਪੜ ਮਾਰੇ ਨੇ ਅੰਦਰ, ਰਸੋਈ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਬਦ ਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ। ਜਦੋਂ ਮੈਂ ਅੱਗੇ ਮੇਰੇ ਹਸਬੰਡ ਗਏ, ਮੈਂ ਉਹਨਾਂ ਨੂੰ ਜਾ ਕੇ ਦੱਸਿਆ ਕਿ ਇਹਨਾਂ ਨੇ, ਇਹ ਕਹਿੰਦੇ ਕਿੰਨੇ ਹੱਥ ਲਾਇਆ ਤੈਨੂੰ? ਮੈਂ ਕਿਹਾ ਇਹਨਾਂ ਦੋਨਾਂ ਨੇ। ਤਾਂ ਮੇਰੇ ਹਸਬੰਡ ਉਹਨਾਂ ਗੱਲ ਕਰਦੇ ਰਹੇ, ਬਸ ਬਸਈਆ ਚੱਲ ਗਿਆ ਸੀ ਇਹਨਾਂ ਨੂੰ ਧੁੰਦੇ ਧਰਾਉਂਦੇ। ਉਹ ਸਾਨੂੰ ਮੇਰੇ ਵਾਲ ਵੀ ਖੁੱਲ ਗਏ ਇਹਨਾਂ ਨੇ, ਸਾਨੂੰ ਉੱਥੇ ਧੁੰਦੇ ਰਹੇ ਨੇ, ਮੈਨੂੰ ਤੇ ਮੇਰੀ ਜਠਾਣੀ ਨੂੰ। ਜਦੋਂ ਅਸੀਂ ਬਾਹਰ ਤੱਕ ਆ ਗਏ ਤਾਂ ਨਰਿੰਦਰ ਕੌਰ ਜਿਹੜੀ ਹੈ ਉਹਨੇ ਆਣ ਕੇ ਮੇਰੇ ਮਹੰਤ ਜੇਠ ਜਿਹੜੇ ਨੇ ਉਹਨਾਂ ਦੇ ਆਣ ਕੇ ਥੱਪੜ ਮਾਰਿਆ। ਫਿਰ ਅਸੀਂ ਵੀ ਆਪਣੇ ਬਚਾਅ ਵਾਸਤੇ ਕੀਤਾ, ਅਸੀਂ ਉਹਨਾਂ ਦੇ ਛੁੱਟਦੇ ਛੁੜਾਉਂਦੇ ਆ ਗਏ। ਸੁਖਦੇਵ ਸਿੰਘ ਪੱਪਾ ਜਿਹੜਾ ਮਹਾਰਾਜ ਦੀ ਹਜ਼ੂਰੀ ਵਿੱਚੋਂ ਨੰਗੇ ਸਿਰ ਗਿਆ ਤੇ ਕਿਰਪਾਨ ਚੁੱਕ ਕੇ ਸਾਡੇ ਪਿੱਛੇ ਦੌੜਿਆ। ਜਦੋਂ ਸਾਡੇ ਪਿੱਛੇ ਆਣਾ, ਅਸੀਂ ਬਸ ਪਿੱਛੇ ਨੂੰ ਕਰਨ ਵਾਸਤੇ 2-3 ਰੋੜੇ ਫੜੇ ਕਿ ਅਸੀਂ ਮਾਰ ਦਾਂਗੇ ਜੇ ਸਾਡੇ ਕਿਰਪਾਨ ਲੱਗ ਗਈ ਤੇ। ਅਸੀਂ ਭੱਜੇ ਆ ਗਏ ਤੇ ਬਾਕੀ ਸਾਡਾ ਪਰਿਵਾਰ ਅੰਦਰ ਚਲਾ ਗਿਆ ਤੇ ਛੋਟਾ ਜਿਹਾ ਬੱਚਾ ਇੱਕ ਬਾਹਰ ਹੈ ਕਿ ਸਾਡੇ ਸੱਸ ਬਜ਼ੁਰਗ ਨੇ ਉਹ ਬਾਹਰ। ਮੌਕੇ ਤੇ ਫਿਰ ਪੁਲਿਸ ਪਹੁੰਚੀ, ਪੁਲਿਸ ਦਾ ਰਵਈਆ ਕਿਦਾਂ? ਮੈਂ ਤੁਹਾਨੂੰ ਦੱਸਦੀ ਹਾਂ ਭਾਜੀ, ਤੇ ਇਹ ਸਾਡੇ ਘਰ ਆ ਗਏ। ਮੇਰੇ ਜੇਠ ਜਿਹੜੇ ਆਪਣੇ ਘਰ ਜਾਣ ਲੱਗੇ ਤਾਂ ਸ਼ਮਸ਼ੇਰ ਸਿੰਘ ਤੇ ਵਿੱਕੀ ਜਿਹੜਾ ਇਹਨਾਂ ਨੇ ਆ ਕੇ ਹਿੱਟ ਮਾਰੀ, ਇਹਨਾਂ ਦੀ ਛਾਤੀ ਤੇ ਵੱਜ ਗਈ, ਬਾਹਰ ਰਹਿ ਗਏ, ਡਿੱਗ ਗਏ। ਇਹਨਾਂ ਦੇ ਸਰੀਏ ਨਾਲ ਹਮਲਾ ਕੀਤਾ ਗਿਆ। ਲੰਗਰ ਹਾਲ ਵਿੱਚ ਵੀ ਨਰਿੰਦਰ ਕੌਰ ਨੇ ਸਰੀਏ ਨਾਲ ਹਮਲਾ ਕੀਤਾ। ਫਿਰ ਨਾ ਮੈਂ ਆਪਣੀ ਮਾਤਾ ਜੀ ਨੂੰ ਵੇਖਣ ਵਾਸਤੇ ਬਾਹਰ ਗਈ ਤੇ ਜਗਦੀਪ ਸਿੰਘ ਭੋਲੂ ਜੋ ਕਿ ਚੰਦੂ ਨੰਗਲ ਦਾ ਸਾਬਕਾ ਸਰਪੰਚ ਆ, ਤੇ ਪੱਪਾ ਜਿਹੜਾ ਹੈ, ਤੇ ਜਸਬੀਰ ਕੌਰ ਤੇ ਅਰਸ਼ਦੀਪ ਕੌਰ, ਇਹਨਾਂ ਦੋਵਾਂ ਨੇ ਮੇਰੇ ਥੱਪੜ ਵੀ ਮਾਰੇ, ਇਹਨਾਂ ਦੀ ਬੀਬੀਆਂ ਨੇ, ਤੇ ਇਹਨਾਂ ਦੇ ਬੰਦਿਆਂ ਨੇ ਮੇਰੀ ਬੇਇੱਜ਼ਤੀ ਕਰਨ ਦੀ ਨੀਅਤ ਨਾਲ ਮੇਰੇ ਕੱਪੜੇ ਪਾੜੇ, ਮੇਰੇ ਝਰੀਟਾਂ ਮਾਰੀਆਂ, ਮੈਨੂੰ ਨੋਚਿਆ ਗਿਆ ਚੰਗ ਤੇ ਉਸੇ ਟਾਈਮ ਪੁਲਿਸ ਆ ਗਈ ਆ, ਸਾਡੇ ਸ਼ੀਸ਼ੇ ਤੋੜੇ ਗਏ ਨੇ। ਪੁਲਿਸ ਆ ਗਈ, ਪੁਲਿਸ ਜਦੋਂ ਇਹਨਾਂ ਨੂੰ ਇੱਥੋਂ ਜਾਂਦਿਆਂ ਦੀ ਵੀਡੀਓ ਬਣਾਉਂਦੀ ਤੇ ਪੁਲਿਸ ਨੂੰ ਵੀ ਇਹ ਕਹਿੰਦੇ ਨੇ ਕਿ ਤੁਸੀਂ ਕੌਣ ਹੁੰਦੇ ਹੋ ਵੀਡੀਓ ਬਣਾਉਣ ਵਾਲੇ। ਇਹਨਾਂ ਨੂੰ ਕਿਹਾ, ਜਦੋਂ ਇਹਨਾਂ ਨੂੰ ਪਤਾ ਲੱਗਿਆ ਪੁਲਿਸ ਆ, ਚਲੋ ਇਹ ਚਲੇ ਗਏ ਨੇ। ਫਿਰ ਇਹਨਾਂ ਨੇ ਸਾਡੇ ਤੇ ਝੂਠੇ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਗੁਟਕਾ ਸਾਹਿਬ ਫੜੇ ਨੇ। ਤਾਂ ਸਾਡੇ ਪੁਲਿਸ ਕੋਲ DVR ਆ, ਉਹ 'ਚ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਿੱਧਾ ਰਸੋਈ ਘਰ ਵਿੱਚ ਜਾਂਦੇ ਹਾਂ ਤੇ ਉੱਥੋਂ ਹੀ ਬਾਹਰ ਆਉਂਦੇ ਹਾਂ। ਅਸੀਂ ਉੱਥੇ ਗਏ ਨੇ, ਇਹਨਾਂ ਨੇ ਉੱਥੇ ਕੈਮਰਾ ਲਾਏ ਨੇ, ਕਿਤੇ ਕਿਸੇ ਕਿਤੇ ਵੀ ਸਾਬਿਤ ਨਹੀਂ ਹੁੰਦਾ ਕਿ ਅਸੀਂ ਗੁਟਕਾ ਸਾਹਿਬ ਨੂੰ ਹੱਥ ਵੀ ਲਾਇਆ। ਇਹ ਝੂਠੀ ਕਰਕੇ ਝੂਠੀਆਂ ਵਿੱਚ ਸਿੱਖ ਜਥੇਬੰਦੀਆਂ ਨੂੰ ਝੂਠ ਬੋਲ ਕੇ ਸਾਡੇ ਖਿਲਾਫ਼ ਭੜਕਾ ਰਹੇ ਨੇ। ਇਹਨਾਂ ਦੀ ਬਸ ਇਹ ਹੈ ਕਿ ਇਹ ਸ਼ੁਰੂ ਤੋਂ ਇਹਨਾਂ ਨੂੰ ਜਗਦੀਪ ਸਿੰਘ ਭੋਲੂ ਨੇ, ਇੱਕ ਸੋਨਾ ਮੁੰਡਾ ਹੈ। ਹੁਣ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਜੀ ਇਹਨਾਂ ਨੂੰ ਨਹੀਂ ਦੇ ਰਹੇ ਪੈਸੇ, ਬਾਬਾ ਜੀ ਨੇ ਕਿਹਾ ਕਿ ਪਹਿਲਾਂ ਹਿਸਾਬ ਦਿਓ। ਇਹਨਾਂ ਨੇ ਲੈਂਟਰ ਪਿਆ ਹੋਇਆ 3 ਮਹੀਨੇ ਬਿਲਡਿੰਗ ਨੂੰ ਇੱਦਾਂ ਰਹਿਣ ਦਿੱਤਾ। ਬੇਦੀਆਂ ਸਾਰੇ ਰਲ ਕੇ ਬਾਬਾ ਸੁਖਦੀਪ ਸਿੰਘ ਜੀ ਨੇ ਉਪਰਾਲਾ ਕੀਤਾ, ਇਹਨਾਂ ਨੇ ਸੋਹਣੀ ਬਿਲਡਿੰਗ ਤਿਆਰ ਕੀਤੀ ਆ। ਇਹਨਾਂ ਕੋਲ ਬਾਬਾ ਜੀ ਨੇ ਹਿਸਾਬ ਮੰਗਿਆ, ਹਿਸਾਬ ਨਹੀਂ ਦੇਣਾ ਚਾਹੁੰਦੇ ਅਤੇ ਪ੍ਰਧਾਨਗੀ ਕਰਨਾ ਚਾਹੁੰਦੇ ਨੇ। ਕੁਝ ਘਰ ਪ੍ਰਧਾਨਗੀ ਕਰਨ ਦੀ ਨੀਅਤ ਨਾਲ, ਮਲ ਮਾਰਨ ਦੀ ਨੀਅਤ ਨਾਲ ਇਹ ਸਾਰਾ ਕੁਝ ਕਰਦੇ ਨੇ। ਧਮਕੀਆਂ ਦਿੱਤੀਆਂ ਨੇ ਮੈਨੂੰ ਕਿ ਮੇਰੇ 2 ਬੇਟੇ ਨੇ 9 ਸਾਲ ਦਾ, 5 ਸਾਲ ਦਾ, ਕਿ ਤੇਰੇ ਬੇਟਿਆਂ ਨੂੰ ਗੋਲੀਆਂ ਮਾਰ ਦਾਂਗੇ ਜਗਦੀਪ ਸਿੰਘ ਨੇ, ਤੁਹਾਡਾ ਘਰ ਉਜਾੜ ਦਾਂਗਾ, ਤੁਹਾਨੂੰ ਇੱਥੋਂ ਕੱਢ ਕੇ ਦੱਸਾਂਗੇ। ਇਹ ਸਿਰਫ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਨੇ ਜੀ, ਹੋਰ ਇਹਨਾਂ ਦਾ ਕੋਈ ਨਹੀਂ। ਮੰਗ ਇਹ ਆ ਕਿ ਇਹਨਾਂ ਦੀ ਧਾਰਾ ਲੱਗਣੀ ਚਾਹੀਦੀ ਸੀ ਸਰ, 452 ਵੀ ਲੱਗਣੀ ਚਾਹੀਦੀ ਸੀ। ਸਾਡੇ ਘਰ ਆ ਕੇ ਪਏ, ਮੇਰੀ ਬੇਇੱਜ਼ਤੀ ਕੀਤੀ ਆ, ਮੇਰੀ ਇੱਜ਼ਤ ਨੂੰ ਹੱਥ ਪਾਇਆ ਵਾ ਇਹਨਾਂ ਨੇ। ਇਹਨਾਂ ਤੇ ਕੋਈ ਧਾਰਾ ਨਹੀਂ ਲੱਗੀ। ਇਹ ਸਿੱਖ ਜਥੇਬੰਦੀਆਂ ਦੇ 5 ਕੁ ਬੰਦਿਆਂ ਨੂੰ ਬੁਲਾ ਲੈਂਦੇ ਆ, ਨਾਲ ਕਹਿੰਦੇ ਅਸੀਂ ਕਿਸਾਨ ਯੂਨੀਅਨ ਬੁਲਾ ਲਈ ਆ। ਤੁਸੀਂ ਦੱਸੋ ਕਿ ਉਹ ਸਾਡੀ ਇੱਜ਼ਤ ਵਾਪਸ ਕਰ ਸਕਦੇ ਆ ਜਿਹੜਾ ਇਹਨਾਂ ਨੇ ਸਾਡੇ ਤੇ ਹੱਥ ਚੁੱਕੇ ਆ? ਕੋਈ ਦੂਜਾ ਬੰਦਾ ਸਾਡੇ ਤੇ ਹੱਥ ਚੁੱਕ ਸਕਦਾ? ਜੇ ਤਾਂ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਕਿ ਹਾਂ ਇਹ ਜਾਇਜ਼ ਹੈਗਾ ਹੈ, ਫਿਰ 195 ਤੇ ਸੁਖਦੇਵ ਸਿੰਘ ਪੱਪਾ ਦੇ ਵੀ ਲੱਗਣੇ ਚਾਹੀਦੇ ਜਿਹਨੇ ਨੰਗੇ ਸਿਰ ਮਹਾਰਾਜ ਦੇ ਹਜ਼ੂਰ ਚੋਂ ਕਿਰਪਾਨ ਚੁੱਕੀ ਆ। ਇਹਨਾਂ ਦੀਆਂ ਬੀਬੀਆਂ ਆਪ ਸੁਖਮਨੀ ਸਾਹਿਬ ਦੇ ਜਾਪ ਛੱਡ ਕੇ ਆਈਆਂ ਜੀ। ਉਧਰ ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਇੰਚਾਰਜ ਦਿਲਪ੍ਰੀਤ ਕੌਰ ਨੇ ਕਿਹਾ ਕਿ ਝਗੜੇ ਦੇ ਮਾਮਲੇ ਦੇ ਵਿੱਚ ਦੋਵੇਂ ਧਿਰਾਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਨੁਸਾਰ ਮਾਮਲਾ ਦਰਜ ਕੀਤਾ ਗਿਆ, ਜਦੋਂ ਕਿ ਬੇਅਦਬੀ ਦੇ ਆਰੋਪ ਲਗਾਏ ਜਾ ਰਹੇ ਨੇ। ਉਹ
ਦੋਨੋਂ ਸਾਈਡ ਤੇ ਮੇਨ ਕੇਸ ਕ੍ਰੋਸ ਕੇਸ ਜਿਹੜੇ ਹੈਗੇ ਆਪਾਂ ਰਜਿਸਟਰ ਕਰਦੇ ਸੀ। ਦੇਖੋ ਜੀ ਉਹਨਾਂ ਨੇ ਧਰਨਾ ਇਸ ਗੱਲ ਤੇ ਲਾਇਆ ਕਿ 295 ਏ ਲਗਾਈ ਜਾਏ, ਜੋ ਕਿ ਅਕੋਰਡਿੰਗ ਟੂ ਲਾਅ ਜਿਹੜੀ ਧਾਰਾ ਬਣਦੀ ਸੀ ਉਹਦੇ ਤਹਿਤ ਅਸੀਂ ਪਰਚਾ ਦੇ ਚੁੱਕੇ ਸੀਗੇ। 295 ਏ ਬਾਰੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ, ਨਾ ਹੀ ਇਹਨਾਂ ਵੱਲੋਂ ਕੋਈ ਸਬੂਤ ਪੇਸ਼ ਕੀਤਾ ਗਿਆ 295 ਦਾ। ਇਨ ਕੇਸ ਇਹਨਾਂ ਕੋਲ ਕੋਈ ਸਬੂਤ ਹੈਗਾ 295 ਏ ਜਸਟੀਫਾਈ ਹੁੰਦੀ ਆ ਤੇ ਅਕੋਰਡਿੰਗ ਟੂ ਲਾਅ ਜਿਹੜੀ ਵੀ ਧਾਰਾ ਬਣਦੀ ਹੋਊਗੀ ਅਸੀਂ ਉਹ ਲਗਾ ਦਾਂਗੇ। ਹਾਲੇ ਤੱਕ ਦੋਨਾਂ ਪਾਰਟੀਜ਼ ਵੱਲੋਂ ਕੁਛ ਵੀ ਇਦਾਂ ਦੇ ਸਾਨੂੰ ਪੇਸ਼ ਨਹੀਂ ਕੀਤਾ ਗਿਆ, ਹਾਲੇ ਤੱਕ ਤੇ ਸਾਡੇ ਕੋਲ ਕੋਈ ਸਬੂਤ ਨਹੀਂ ਆਇਆ। ਜਦੋਂ ਸਬੂਤ ਜੇ ਬਣਦੀ ਹੋਊਗੀ ਅਕੋਰਡਿੰਗ ਟੂ ਲਾਅ ਲਾ ਦਾਂਗੇ, ਹਾਲੇ ਤੱਕ ਨਹੀਂ ਆਇਆ ਤੇ ਇਹ ਮੰਗ ਹਾਲੇ ਜਾਇਜ਼ ਨਹੀਂ ਹੈਗੀ। ਇਹਨਾਂ ਦੀ ਪਿੰਡ ਵਾਲਿਆਂ ਦੀ ਔਰ ਮਹੰਤਾਂ ਦੀ ਆਪਸ 'ਚ ਗੱਲ ਹੋਈ ਆ। ਇਹਨਾਂ ਨੇ 3 ਤਰੀਕ ਦਾ ਆਪਸ 'ਚ ਇਹਨਾਂ ਦੇ ਮੋਤਵਾਰਾਂ ਨੇ ਬਹਿ ਕੇ ਟਾਈਮ ਲਿਆ, ਇਹਨਾਂ ਦੇ ਜਿਹੜੇ ਵੀ 3 ਤਰੀਕ ਨੂੰ ਬਹਿ ਕੇ ਜੋ ਵੀ ਫੈਸਲਾ ਹੋਊਗਾ ਇਹ ਕੀ ਕਰਦੇ ਆ, ਇਹਨਾਂ ਦੀ ਮੰਗ ਪੂਰੀ ਹੁੰਦੀ ਨਹੀਂ ਹੁੰਦੀ, ਉਹ ਇਹਨਾਂ ਦਾ ਆਪਣਾ ਮੈਟਰ ਹੈਗਾ ਜੀ। ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਗੁਰੂ ਘਰ ਦਾ ਲੰਗਰ ਹਾਲ, ਜੋ ਦੇਖਦੇ ਹੀ ਦੇਖਦੇ ਜੰਗ ਦਾ ਮੈਦਾਨ ਬਣ ਗਿਆ। ਇੱਥੇ 2 ਧੜਿਆਂ ਦੇ ਵਿੱਚ ਪਹਿਲਾਂ ਤੂੰ ਤੂੰ ਮੈਂ ਮੈਂ ਹੋਈ, ਫਿਰ ਹੱਥੋਂ ਪਾਈ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਥੇ ਜੰਮ ਕੇ ਇੱਟਾਂ ਰੋੜੇ ਚੱਲੇ। ਇਹਨਾਂ 2 ਧੜਿਆਂ ਦਾ ਪੂਰਾ ਕਾਰਨਾਮਾ ਕਿਸੇ ਤੀਜੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕੀਤਾ। ਤਸਵੀਰਾਂ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਚੰਦੂ ਨੰਗਲ ਦੀਆਂ ਨੇ, ਜਿੱਥੇ ਮਹੰਤ ਅਤੇ ਪਿੰਡ ਵਾਲੇ ਆਹਮੋ ਸਾਹਮਣੇ ਹੋ ਗਏ। ਇਸ ਮੌਕੇ ਇਹਨਾਂ ਨੇ ਇੱਕ ਦੂਜੇ ਤੇ ਗੰਭੀਰ ਆਰੋਪ ਲਗਾਏ ਨੇ। ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਪਿੰਡ ਚੰਦੂ ਨੰਗਲ ਦੇ ਲੋਕਾਂ ਨੇ ਕਿਸਾਨ ਆਗੂਆਂ ਅਤੇ ਸਤਿਕਾਰ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਮੰਗ ਕੀਤੀ ਗਈ ਕਿ ਮਹੰਤ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਕਾਰਨ ਆ ਜੀ, ਸਾਡਾ ਜਿਹੜਾ ਝਗੜਾ ਸੀਗਾ ਮਹੰਤ ਨਾਲ ਚੱਲਦਾ ਸੀਗਾ। ਇੱਥੇ ਨਾ ਬਾਬਾ ਸ਼੍ਰੀ ਚੰਦ ਦੀ ਮੂਰਤੀ ਦੀ ਸਥਾਪਨਾ ਸੀਗੀ ਅਤੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀਗੇ, ਪ੍ਰਕਾਸ਼ ਕੀਤਾ ਸੀ ਮਹਾਰਾਜ ਦਾ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ ਜਾਰੀ ਹੋਏ ਨੇ, ਜਿੱਥੇ ਮੂਰਤੀ ਪੂਜਾ ਹੁੰਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਬਸ ਇਸ ਸੰਬੰਧ 'ਚ ਜਿਹੜਾ ਸਾਰਾ ਮਹੰਤ ਨਾਲ ਸਾਡਾ ਝਗੜਾ ਵੱਧਦਾ ਗਿਆ, ਕਲੇਸ਼ ਵੱਧਦਾ ਗਿਆ। ਹੁਣ ਜਿਹੜਾ 21 ਤਰੀਕ ਨੂੰ ਇਹਨਾਂ ਨੇ ਸਾਡੇ ਨਾਲ ਕੀਤਾ ਵੀ ਸਾਡੀਆਂ ਬੀਬੀਆਂ ਉੱਥੇ ਸੁਖਮਨੀ ਸਾਹਿਬ ਦਾ ਜਾਪ ਕਰਦੀਆਂ ਪਈਆਂ ਸੀ ਅਤੇ ਮਹੰਤਾਂ ਨੇ ਉੱਥੇ ਆਣ ਕੇ ਗੁੰਡਾਗਰਦੀ ਕੀਤੀ ਆ ਅਤੇ ਬੀਬੀਆਂ 'ਤੇ ਕੁੱਟਮਾਰ ਕੀਤੀ ਆ। ਉਹਦੇ ਸੰਬੰਧ 'ਚ ਜਿਹੜਾ ਸੀਗਾ ਇਨਸਾਫ ਲੈਣ ਵਾਸਤੇ ਉਹ ਧਰਨਾ ਸੀਗਾ ਠਾਣਾ ਡੇਰਾ ਬਾਬਾ ਨਾਨਕ ਦੇ ਅੱਗੇ ਲੱਗਾ ਸੀਗਾ। ਉਸ ਸੰਬੰਧ 'ਚ ਇੱਥੇ ਸਾਰੀ ਕੁਝ ਪੁਰਾਤਨ ਤਾਂ ਉੱਥੇ ਚੱਲਦਾ ਸੀਗਾ, ਮਹੰਤਾਂ ਦੇ ਕਬਜ਼ੇ 'ਚੋਂ ਸ਼ੁਰੂ ਤੋਂ ਸਰੂਪ ਰਹੇ ਨੇ। ਇਹ ਹੁਣ ਪਿੰਡ ਵਾਲਿਆਂ ਨੇ ਸੰਘਰਸ਼ ਕਰਕੇ ਜਿਸ ਤਰ੍ਹਾਂ ਮਹੰਤਾਂ ਦੇ ਕਬਜ਼ਿਆਂ 'ਤੇ ਮਹਾਰਾਜ ਦੇ ਸਰੂਪ ਛਡਵਾਏ ਨੇ, ਸਾਰੇ ਪਿੰਡੋ ਪਿੰਡੀ ਇਹ ਗੱਲ ਚੱਲੀ ਹੈ। ਉਸੇ ਤਰੀਕੇ ਸਾਡੇ ਪਿੰਡ ਨੇ ਵੀ ਇਹ ਮਹਾਰਾਜ ਦਾ ਸਰੂਪ ਜਿਹੜਾ ਮਹੰਤਾਂ ਦੇ ਕਬਜ਼ੇ 'ਚ ਛਡਾਉਣ ਦੀ ਕੋਸ਼ਿਸ਼ ਕੀਤੀ ਆ। ਉਹ SGPC ਨੂੰ ਬਕਾਇਦਾ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਸਾਡੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਬੇਅਦਬੀ ਹੁੰਦੀ ਆ, ਇੱਥੇ ਮਹਾਰਾਜ ਦਾ ਸਤਿਕਾਰ ਨਹੀਂ ਹੁੰਦਾ, ਇਹਦੇ ਜਿਹੜੇ ਪ੍ਰਬੰਧ ਨੇ ਜਿਹੜੇ ਵੱਖਰੇ ਤੌਰ 'ਤੇ ਵੱਖਰੇ ਹਾਲ 'ਚ ਕੀਤੇ ਜਾਣ। ਕਾਰਨ ਉਹ ਜੀ, ਮਹੰਤ ਜੀ ਸੁਖਮਨੀ ਸਾਹਿਬ ਦਾ ਜਾਪ ਹੋਣ ਡਿਆ ਸੀਗਾ ਅਤੇ ਉੱਥੇ ਆਣ ਕੇ ਉਹਨਾਂ ਨੇ ਜਿਹੜਾ ਸਾਡੀਆਂ ਬੀਬੀਆਂ ਨੂੰ ਕੁੱਟਮਾਰ ਕੀਤੀ ਆ, ਉਹ ਸਾਰੀ ਗੱਲਬਾਤ ਉਸੇ ਸੰਬੰਧ 'ਚ ਸਾਰੀ ਗੱਲ ਚੱਲੀ ਆ। ਉਹ ਤੋਂ ਇੱਕ ਪੱਤ ਵਧਿਆ ਅਤੇ ਹੁਣ ਇਹ ਧਰਨੇ ਲੱਗੇ ਨੇ। ਮੇਰੀ ਬੇਨਤੀ ਸੁਣੋ, ਜਦੋਂ ਸਾਡਾ ਇਹਨਾਂ ਦਾ ਟਾਈਮ ਆ 12 ਤੋਂ 2 ਸੁਖਮਨੀ ਸਾਹਿਬ ਦਾ ਜਾਪ ਕਰਨ ਦਾ, ਸਾਡਾ 2 ਤੋਂ 4 ਆ। ਇਹਨਾਂ ਨੂੰ ਪਤਾ ਜਦੋਂ 2 ਤੋਂ 4 ਸੁਖਮਨੀ ਸਾਹਿਬ ਦਾ ਜਾਪ ਚੱਲਣਾ, ਇਹ 2 ਤੋਂ 4 ਵਜੇ ਤੋਂ ਬਾਅਦ ਆ ਜਾਂਦੇ ਤਾਂ ਆਪਣੇ ਲੈ ਜਾਂਦੇ ਭਾਂਡੇ। ਇਹ 3 ਵਜੇ 18ਵੇਂ ਅਸਪਰੀ ਚੱਲਣ ਦੀ ਸੁਖਮਨੀ ਸਾਹਿਬ ਜੀ ਦੀ, ਉਹਦੇ ਵਿੱਚ ਆ ਗਏ ਨੇ। ਉਹਦੇ ਵਿੱਚ ਆਉਣ ਦਾ ਇਹਨਾਂ ਦਾ ਮਤਲਬ ਨਹੀਂ ਸੀ ਬੰਦਾ ਭਾਂਡੇ। ਫਿਰ ਬੀਬੀਆਂ ਸਾਡੀਆਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਾਪ ਖਤਮ ਹੁੰਦਾ ਵਾ ਇੱਥੇ, ਸਾਡੇ ਕਮੇਟੀ ਦੇ ਮੈਂਬਰ ਆ ਜਾਂਦੇ ਨੇ, ਤੁਸੀਂ ਉਹਨਾਂ ਕੋਲ ਭਾਂਡੇ ਲੈ ਲਓ, ਕੋਈ ਭਾਂਡੇ 'ਚ ਕੋਈ ਤਰਾਜ਼ੀ ਕਿ ਨਹੀਂ। ਇਹਨਾਂ ਨੇ ਉਹ ਗੱਲ ਉਹਨਾਂ ਦੀ ਸੁਣੀ ਨਹੀਂ ਅਤੇ ਬਸ ਕਹਿੰਦੇ ਜੇ ਅਸੀਂ ਹੁਣੇ ਖੜਨੇ, ਬਸ ਇਸੇ ਗੱਲ ਦਾ ਰੌਲਾ ਪੈ ਗਿਆ। ਬੀਬੀਆਂ ਕਹਿਣ ਵੀ ਅਸੀਂ ਭਾਂਡੇ ਦੇ ਨਹੀਂ ਸਕਦੇ, ਵੀ ਪ੍ਰਬੰਧਕ ਕਮੇਟੀ ਜਿਹੜੀ ਉਹ ਭਾਂਡੇ ਤੁਹਾਨੂੰ ਦੇ ਸਕਦੀ, ਇਸ ਤਰ੍ਹਾਂ ਭਾਂਡੇ ਨਹੀਂ ਮਿਲਦੇ, ਬਸ ਇਸੇ ਗੱਲ ਦਾ ਰੌਲਾ ਚੱਲਿਆ। ਪੁਲਿਸ ਨੇ ਕਾਰਵਾਈ ਕੀਤੀ ਜੀ ਸਾਡੇ 'ਤੇ ਵੀ, ਮਤਲਬ ਜੋ ਧਾਰਾ ਲਾਈ ਆ ਸੇਮ ਉਹਨਾਂ ਦੀਆਂ 2 ਧਾਰਾ ਵੱਧ ਲਾ ਕੇ ਤੇ ਸਾਡੇ 'ਤੇ ਵੀ ਕ੍ਰਾਸ ਕੇਸ ਕਰਤਾ, ਜਦਕਿ ਬਣਦਾ ਮੰਤ ਸਾਡੇ ਵੱਲ ਆਏ ਨੇ, ਉਹਨਾਂ ਨੇ ਸਾਰੀ ਗੱਲ ਕੀਤੀ ਆ ਅਤੇ ਬਣਦਾ ਤਾਂ ਉਹਨਾਂ ਦੇ ਸੀ, ਪਰ ਇਹਨਾਂ ਨੇ ਸਾਰੀ ਸਾਡੇ 'ਤੇ ਵੀ ਕਾਰਵਾਈ ਬਰਾਬਰ ਕਰ ਦਿੱਤੀ।
ਸਾਡੇ ਉੱਥੇ ਧਰਨਾ ਇਸ ਸੰਬੰਧ 'ਚ ਲੱਗਾ ਸੀ ਵੀ ਉਹਨਾਂ ਨੇ ਧਾਰਾ 295 ਨਹੀਂ ਸੀ, 295 ਇਹ ਧਾਰਾ ਬਣਦੀ ਸੀ ਉਹ ਨਹੀਂ ਸੀ ਲਾਈ, ਉਸ ਸੰਬੰਧ 'ਚ ਧਰਨਾ ਲੱਗਾ ਸੀਗਾ ਸੰਗਤ ਵੱਲੋਂ। ਵੀ ਮੇਰੀ ਬੇਨਤੀ ਸੁਣ ਲਓ, ਉਸ ਵੀਡੀਓ ਦੇ ਵਿੱਚ ਦੱਸ ਦਿਓ ਕਿਤੇ ਬੂਟ ਜਰਾਬਾਂ ਪਈਆਂ ਹੋਣ, ਅਸੀਂ ਉਸ ਗੱਲ ਦਾ ਸਾਰੀ ਸੰਗਤ ਨੇ ਸੁੱਖ ਆਸਣ ਕਰਕੇ ਮਹਾਰਾਜ ਦੇ ਚੰਦੋਆ ਸਾਹਿਬ ਦੇ ਥੱਲੇ ਜਿਹੜਾ ਸੀਗਾ ਉਹਨੂੰ ਥੜੇ ਨੂੰ ਪੱਕਾ ਕਰਨ ਦੇ ਵਾਸਤੇ ਉਹ ਸਾਰੀ ਕਾਰਵਾਈ ਚੱਲਦੀ ਪਈ ਸੀਗੀ। ਮਹਾਰਾਜ ਦਾ ਸਤਨਾਮ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਸੀਗਾ, ਜਿਹੜੀ ਉਹ ਬੀਬੀ ਨੇ ਆਣ ਕੇ ਉੱਥੇ ਸਾਰੇ ਅੰਮ੍ਰਿਤਧਾਰੀ ਸਿੰਘਾਂ ਨੂੰ ਚੋਰ ਕਿਹਾ, ਉਹਦੇ ਸੰਬੰਧ ਵਿੱਚ ਸਾਰੀ ਅਸੀਂ ਉਸ ਦੀ ਵੀ ਦਰਖਾਸਤ ਦਿੱਤੀ ਆ ਪੁਲਿਸ ਪ੍ਰਸ਼ਾਸਨ ਨੇ, ਉਸ 'ਤੇ ਵੀ ਕੋਈ ਕਾਰਵਾਈ ਨਹੀਂ ਸੀ ਕੀਤੀ। ਹਾਲੇ ਤੱਕ ਕੁਛ ਨਹੀਂ ਮਿਲਿਆ ਜੀ ਸਾਨੂੰ, ਕੁਛ ਨਹੀਂ, ਪੁਲਿਸ ਪ੍ਰਸ਼ਾਸਨ ਵੱਲੋਂ ਉਸੇ ਤਰ੍ਹਾਂ ਗੁੰਗਲਾਂ ਤੋਂ ਮਿੱਟੀ ਝਾੜੀ ਜਾਂਦੀ ਆ ਜੀ। ਅੱਜ ਕੁਛ ਇਹਨਾਂ ਦੀ ਸਹਿਮਤੀ ਬਣਦੀ ਪਈ ਆ, ਵੇਖੋ ਕਿ ਸਿਰੇ ਚੜ੍ਹਦੀ ਆ ਕਿ ਨਹੀਂ ਚੜ੍ਹਦੀ, ਸਿਮਟ ਚੱਲਦੀ ਪਈ ਆ। ਜਦਕਿ ਮਹੰਤਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਆਖਿਆ ਕਿ ਬੀਤੇ ਦਿਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾਣਾ ਸੀ। ਇਸ ਨੂੰ ਲੈ ਕੇ ਸਾਡੇ ਪਰਿਵਾਰਕ ਮੈਂਬਰ ਗੁਰਦੁਆਰਾ ਸਾਹਿਬ ਵਿਖੇ ਬਣੇ ਲੰਗਰ ਹਾਲ ਦੇ ਵਿੱਚ ਬਰਤਨ ਲੈਣ ਗਏ ਸਨ। ਕੁਝ ਬੀਬੀਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਸੇਵਾਦਾਰ ਬੀਬੀਆਂ 'ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਬਚਾਅ ਦੇ ਲਈ ਸਾਡੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ। ਉੱਥੇ ਹੀ ਇਸ ਸੰਬੰਧੀ ਸੇਵਾਦਾਰ ਬੀਬੀ ਪ੍ਰਭਜੋਤ ਕੌਰ ਅਤੇ ਉਸਦੇ ਆਪਣੇ ਹੀ ਪਰਿਵਾਰਕ ਮੈਂਬਰਾਂ 'ਤੇ ਹੋਏ ਹਮਲੇ ਦੀ ਪੂਰੀ ਹੱਡਬੀਤੀ ਬਿਆਨ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਮੇਰਾ ਨਾਮ ਭਗਵਾਨ ਦਾ ਦਰਬਾਰ ਬਾਬਾ ਸ਼੍ਰੀ ਚੰਦ ਜੀ, ਪਿੰਡ ਜੌੜੀਆਂ ਖੁਰਦ। ਕੀ ਮਾਮਲਾ ਹੈ ਜਿਹੜਾ ਤੁਹਾਡਾ ਡਿਸਪਿਊਟ ਹੋਇਆ ਤੇ ਪਿੰਡ ਵਾਲਿਆਂ ਨੇ? ਕਿ ਸਰ, ਮੇਰੀ ਜਿਹੜੀ ਛੋਟੇ ਭਰਾ ਦੀ ਘਰਵਾਲੀ ਸੀ ਭਰਜਾਈ ਸਾਡੀ, ਉਹ ਵੀ ਸ਼ਹੀਦੀ ਦਿਹਾੜਾ ਮਨਾਉਣਾ ਸੀ ਆਪਾਂ ਇੱਕ ਦਿਨ ਪਹਿਲਾਂ, ਅਤੇ 40 ਦਿਨ ਸਾਡੇ ਪੂਰੇ ਹੋ ਚੁੱਕੇ ਸੀ ਸ਼੍ਰੀ ਅਖੰਡਪੁਰ ਸਾਹਿਬ ਨੂੰ, ਸੁਖਮਨੀ ਸਾਹਿਬ ਦੇ ਚੱਲ ਰਹੇ ਸੀ ਪਾਠ। ਉਸ ਤੋਂ ਬਾਅਦ ਭਾਂਡਿਆਂ ਦੀ ਮੰਗ ਕੀਤੀ ਗਈ, ਭਾਂਡਿਆਂ ਦੀ ਮੰਗ ਕਰਨ ਗਈ ਆ, ਇਹਨਾਂ ਬੀਬੀਆਂ ਨੇ ਅੰਦਰ ਵਾਲ ਲਿਆ ਵਾ, ਕੁਝ ਹੋਰ ਬੰਦੇ ਵੀ ਆ ਗਏ, ਇਹਨਾਂ ਦੇ ਬੰਦੇ ਇਕੱਠੇ ਹੋ ਗਏ। ਜਗਦੀਪ ਸਿੰਘ ਸਰਪੰਚ ਪਿੰਡ ਚੰਦੂ ਨੰਗਲ, ਇਹਦੀ ਜਿਹੜੀ ਵਾਈਫ ਆ ਜਸਬੀਰ ਕੌਰ, ਉਹਨੇ ਮੇਰੀ ਛੋਟੀ ਭਰਜਾਈ ਦੇ ਹੱਥ 'ਤੇ ਦੰਦੀਆਂ ਵੀ ਵੱਡੀਆਂ ਨੇ, ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੀ ਭਰਜਾਈ ਨੇ, ਬਾਅਦ ਵਿੱਚ ਮੇਰੀ ਬੇਟੀ ਨੇ ਚੀਕਾਂ ਮਾਰਦੀ, ਉਸ ਤੋਂ ਹਾਲ ਦੇ ਵਿੱਚ ਆਈ ਆ ਵੀ ਮੇਰੀ ਚਾਚੀ ਨੂੰ ਅੰਦਰ ਬੰਦ ਕਰ ਲਿਆ ਗਿਆ। ਅਤੇ ਮੈਂ ਸ਼ਹਿਰੋਂ ਆ ਰਿਹਾ ਸੀ ਅਤੇ ਛੋਟਾ ਭਰਾ ਮੇਰਾ ਉੱਧਰ ਨੂੰ ਜਾ ਰਿਹਾ ਸੀ, ਆਪਾਂ ਦੋਨਾਂ ਜਾਣਿਆਂ ਵੀ ਇਕੱਠੇ ਜਾ ਕੇ ਇਹਨਾਂ ਨੂੰ ਸਾਡੇ ਛਡਾਵਾ ਕਰਾਉਣ ਦਾ ਮਤਲਬ ਛਡਾਉਣ ਗਏ ਆਪਾਂ ਬੀਬੀਆਂ ਦੀ ਲੜਾਈ ਤੋਂ। ਅਤੇ ਬਾਅਦ ਦੇ ਵਿੱਚ ਮੇਰੇ 'ਤੇ ਇਹਨਾਂ ਨੇ ਹਮਲਾ ਕੀਤਾ, ਬੀਬੀ ਨਰਿੰਦਰ ਕੌਰ ਜੋ ਬਾਬੇ ਸੁਖਦੇਵ ਸਿੰਘ ਦੀ ਵਾਈਫ ਜੋ ਮੱਸਿਆ ਲੈ ਕੇ ਜਾਂਦਾ ਹੈ, ਮੈਂ ਛਡਾਉਣ ਦੀ ਨੀਤੀ 'ਚ ਗਿਆ ਸੀ, ਮੈਂ ਕਿਸੇ ਦੀ ਲੜਨ ਦੀ ਨੀਤੀ 'ਚ ਨਹੀਂ ਗਿਆ, ਮੈਂ ਛਡਾਉਂਦਿਆਂ ਬਾਹਰ ਨੂੰ ਆ ਰਿਹਾ ਸੀ, ਇਹਨਾਂ ਮੇਰੇ 'ਤੇ ਹਮਲਾ ਕੀਤਾ, ਮੇਰੇ 'ਤੇ ਸਰੀਏ ਵੀ ਲੱਤਾਂ ਦੇ ਮਾਰੇ ਹਨ ਅਤੇ ਹੋਰ ਮੁੜਕੇ ਇਹਨਾਂ ਨੇ ਕੁੱਟਮਾਰ ਮੇਰੀ ਕੀਤੀ ਉੱਥੇ ਅੰਦਰ। ਅਤੇ ਬਾਅਦ ਦੇ ਵਿੱਚ ਮੈਂ ਵੀ ਇਹਨਾਂ ਦੇ ਗਲ ਪਿਆ, ਮੈਂ ਵੀ ਝੂਠ ਨਹੀਂ ਮਾਰਨਾ ਨਹੀਂ ਪਿਆ। ਬਾਅਦ ਦੇ ਵਿੱਚ ਜਦੋਂ ਆਪਾਂ ਛੜੇ ਛਡਾਵਾ ਕਰਕੇ ਆਪਾਂ ਘਰ ਨੂੰ ਆਪਣੇ ਆ ਗਏ ਹਾਂ, ਸਾਰੇ ਨਗਰ ਨਿਵਾਸੀਆਂ ਇਕੱਠਿਆਂ ਹੋ ਕੇ ਸਾਰਿਆਂ ਇਕੱਤਰ ਹੋ ਕਰਕੇ ਮੇਰੀ ਗੱਡੀ ਵੀ ਤੋੜੀ, ਮੇਰੇ ਭਰਾ ਦੇ ਘਰ ਦੇ ਸ਼ੀਸ਼ੇ ਵੀ ਤੋੜੇ ਆ, ਹੋਰ ਸਾਡੇ 'ਤੇ ਜਾਨਲੇਵਾ ਹਮਲੇ ਵੀ ਕੀਤੇ ਆ, ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਕਮੇਟੀ ਦੀ, ਇਹਨਾਂ ਦੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ, ਜੇ ਇਹਨਾਂ ਕੋਲ ਹਥਿਆਰ ਹੁੰਦੇ ਤਾਂ ਸਾਡੇ 'ਤੇ ਗੋਲੀਆਂ ਵੀ ਮਾਰ ਸਕਦੇ ਸੀ। ਆਪਾਂ ਕਾਫੀ ਸਮੇਂ ਤੋਂ ਸਾਡੇ ਬਜ਼ੁਰਗ ਹੀ ਸੇਵਾ ਕਰਦੇ ਆ ਰਹੇ ਨੇ ਇੱਥੇ ਇਸ ਅਸਥਾਨ 'ਤੇ ਬਾਬਾ ਸ਼੍ਰੀ ਚੰਦ ਜੀ ਦੇ ਸੇਵਾ ਕਰਦੇ ਹਾਂ। ਇਹ ਜਿਹੜੀ ਜਗ੍ਹਾ ਜਿਹੜੇ ਆਪਾਂ ਕਿਹੜੇ ਮਹਾਂਪੁਰਸ਼ਾਂ ਦੀ ਹੈ? ਇਹ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ ਦੇ, ਹਾਂਜੀ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਦੇ ਜੀ ਜੀ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਮਤਲਬ ਇੱਥੇ ਕੋਈ ਟਾਈਮ ਕੱਢਿਆ ਸੀ, ਸਮਾਂ ਕੱਢਿਆ ਸੀ, ਉਹਨਾਂ ਦੇ ਮਤਲਬ ਦਰਬਾਰ 'ਤੇ ਆਪਾਂ ਸੇਵਾ ਕਰਦੇ ਹਾਂ, ਸਾਡੇ ਬਜ਼ੁਰਗ ਵੀ ਕਰਦੇ ਆ ਰਹੇ ਨੇ। ਅਤੇ ਜਦੋਂ ਆਪਾਂ ਇਸ ਦਰਬਾਰ ਦੀ ਉਸਾਰੀ ਕਰਨ ਲੱਗੇ ਸਾਂ ਤਾਂ ਮਹਾਰਾਜ ਸਰੂਰ ਛੋਟੇ ਹਾਲ ਦੇ ਵਿੱਚ ਖੜਿਆ ਸੀ, ਸੰਗਤ ਆਉਂਦੀ ਜਾਂਦੀ ਰਹੀ, ਉਸਾਰੀ ਚੱਲਦੀ ਰਹੀ, ਕੁਝ ਚਿਰ ਬਾਅਦ ਉਸਾਰੀ ਪੂਰੀ ਹੋ ਗਈ ਆ ਅਤੇ ਆਪਾਂ ਉਸੇ ਬੁੰਗੇ ਨੂੰ ਸੋਹਣਾ ਅਤੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਮਹਾਰਾਜ ਸਰੂਪ ਉੱਥੇ ਬਿਰਾਜਮਾਨ ਕਰ ਦਿੱਤਾ ਗਿਆ ਹੈ। ਇਹ ਇਸੇ ਗੱਲ ਤੋਂ ਵਿਵਾਦ ਖੜਾ ਕਰ ਲਿਆ ਇਹਨਾਂ ਨੇ ਕਿ ਸਰੂਪ ਖੁੱਲ੍ਹੇ ਥਾਂ ਕੀਤਾ ਜਾਵੇ ਅਤੇ ਜਾਂ ਮਤਲਬ ਇਹਨੂੰ ਮਤਲਬ ਸਰੂਪ ਜਿਹੜਾ ਇੱਥੋਂ ਚੁਕਾ ਦਿੱਤਾ ਜਾਵੇ, ਕਿਉਂਕਿ ਇੱਥੋਂ ਸਦੀਆਂ ਤੋਂ ਹੀ ਇੱਥੇ ਪਿਆ ਹੈ ਦਰਬਾਰ ਸਾਹਿਬ ਮਹਾਰਾਜਾ ਸਰੂਪ, ਜੋ ਵੀ ਇੱਥੇ ਸੰਗਰਾਂਦ ਚੱਲਦੀ ਹੈ
ਇੱਥੇ ਹੀ ਨਗਰ ਨਿਵਾਸੀ ਆਣ ਕੇ ਮੇਲਾ ਮਸਾਦੀ ਮਨਾਉਂਦੇ ਹਨ। ਸਰ ਕਾਰਵਾਈ ਹੋਈ ਆ, ਉਹ ਕਾਰਵਾਈ ਦੇ ਹੋਣ ਦੇ ਨਾਤੇ ਇਹਨਾਂ ਜ਼ੋਰ ਪਾ ਕੇ ਮਤਲਬ ਨਾਅਰੇਬਾਜ਼ੀ ਕਰਕੇ ਉਹ ਕਾਰਵਾਈ ਦੇ ਮਤਲਬ ਜਿਹੜੇ ਧਾਰਾਵਾਂ ਤੋੜਨ ਦਾ ਮਤਲਬ ਇਹਨਾਂ ਨੇ ਯਤਨ ਕੀਤਾ ਵਾ, ਕੱਟਰ ਹੋ ਕਰਕੇ ਅੱਜ ਜੋ ਵੀ ਇਹਨਾਂ ਨਾਅਰੇਬਾਜ਼ੀ ਕੀਤੀ ਆ ਅਤੇ ਦਰਬਾਰ ਦੀ ਜ਼ਮੀਨ ਜਿਹੜੀ ਆ ਹੜੱਪਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਜੇ ਇਹ 100% ਸਿੱਖ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ, 100% ਇਹ ਹਿੰਦੂ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ। ਇਹ ਦਰਬਾਰ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਉਹ ਸਾਂਝਾ ਵਾ, ਜੋ ਵੀ ਸਾਰੇ ਨਗਰ ਵਾਸੀਆਂ ਦਾ, ਡੇਰਾ ਬਾਬਾ ਨਾਨਕ ਦਾ ਵੀ ਸਾਂਝਾ ਵਾ। ਇਹ ਨਹੀਂ ਵੀ ਇਹਨਾਂ ਇਕੱਲਿਆਂ ਦਾ ਆ, ਇਹ 3-4 ਘਰ ਜਿਹੜੇ ਨੇ ਇਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਅਤੇ ਮਤਲਬ ਦਰਬਾਰ ਦੀ ਜ਼ਮੀਨ ਜਿਹੜੀ ਹੜੱਪਣ ਨੂੰ ਤਿਆਰ ਬੈਠੇ ਨੇ। ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕੀਤੀ ਆ ਕਿ ਜਿੱਦਾਂ ਮੇਲਾ ਮਸਾਦੀ ਪਹਿਲਾਂ ਮਨਾ ਰਿਹਾ ਜਾ ਰਿਹਾ ਜਾਂ ਪਹਿਲਾਂ ਸਾਂਝੇ ਤੌਰ 'ਤੇ ਆਪਾਂ ਇਕੱਤਰ ਹੋ ਕੇ ਸਾਰੇ ਕੰਮ ਕਰਦੇ ਹਾਂ ਉਹ ਕੀਤੇ ਜਾਣ। ਮੇਰਾ ਨਾਮ ਪ੍ਰਭਜੋਤ ਕੌਰ ਹੈ ਜੀ। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਆ ਜੀ, ਇੱਥੇ ਅਸੀਂ ਰਹਿੰਦੇ, ਸੇਵਾਦਾਰ ਹਾਂ, ਸੇਵਾ ਕਰਦੇ ਹਾਂ। ਕਿੰਨੇ ਸਾਲਾਂ ਤੋਂ ਰਹੇ? ਸਦੀਆਂ ਤੋਂ ਚੱਲਦੇ ਆ ਰਹੇ ਹਾਂ, ਸਾਡੇ ਸਹੁਰਾ ਸਾਹਿਬ ਦਾਦਾ ਜੀ ਸ਼ੁਰੂ ਤੋਂ ਕਰਦੇ ਆ ਰਹੇ ਨੇ, ਹੁਣ ਮੇਰੇ ਜੇਠ ਮਹੰਤ ਭਗਵਾਨ ਦਾਸ ਜਿਹੜੇ ਉਹ ਸੇਵਾਦਾਰ ਨੇ ਇੱਥੇ ਸੇਵਾ ਕਰਦੇ ਆ ਜੀ। ਉਹ ਅਸੀਂ ਨਾ 40 ਦਿਨਾਂ ਲੜੀ ਸਟਾਰਟ ਕੀਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧਿਤ। ਅਸੀਂ ਉਹਦਾ ਲੰਗਰ ਕਰਨਾ ਸੀ 22 ਤਰੀਕ ਨੂੰ ਅਤੇ 21 ਤਰੀਕ ਨੂੰ ਕਰੀਬ 3:30 ਦੇ ਕਰੀਬ ਮੈਂ ਉੱਧਰ ਗਈ ਹਾਂ। ਮੈਂ ਕਿਹਾ ਲੰਗਰ ਹਾਲ ਸਭ ਦਾ ਸਾਂਝਾ, ਸੰਗਤ ਦੇ ਬਣਾਏ ਹੋਏ ਬਰਤਨ ਆ, ਬਰਤਨ ਲੈਣ ਵਾਸਤੇ ਗਈ ਹਾਂ ਅਤੇ ਉੱਥੋਂ ਪਹਿਲਾਂ ਤੋਂ ਮੌਜੂਦ ਸੰਦੀਪ ਕੌਰ, ਰਵਿੰਦਰ ਕੌਰ, ਅਰਸ਼ਦੀਪ ਕੌਰ ਅਤੇ ਜਸਬੀਰ ਕੌਰ ਇਹ ਉੱਥੇ ਮੌਜੂਦ ਸਨ। ਤਾਂ ਮੈਂ ਜਾ ਕੇ ਕਿਹਾ, ਮੈਂ ਕਿਹਾ ਅਸੀਂ ਨਾ 50 ਬਾਟੇ 50 ਥਾਲ ਇੰਨੇ ਕੇ ਬਰਤਨ ਲੈਣੇ, ਸਾਨੂੰ ਬਰਤਨ ਚਾਹੀਦੇ ਆ। ਜਸਬੀਰ ਕੌਰ ਨੇ ਪੈਂਦੇ ਮੈਨੂੰ ਹੱਥੀਂ ਪੈਣ ਲੱਗ ਪਈ ਅਤੇ ਕਹਿੰਦੀ ਕਿ ਸਾਰੀਆਂ ਬੀਬੀਆਂ ਬਾਹਰ ਚਲ ਜਾਓ, ਇਹਨੂੰ ਤਾਲਾ ਮਾਰ ਕੇ ਅੰਦਰ ਬੰਦ ਕਰ ਦਿੰਦੇ ਹਾਂ। ਜਦੋਂ ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਜਸਬੀਰ ਕੌਰ ਨੇ ਮੇਰੇ ਹੱਥ 'ਤੇ ਦੰਦੀ ਵੱਢ ਦਿੱਤੀ ਅਤੇ ਬਾਹਰ ਆ ਗਈ। ਮੇਰੇ ਨਾਲ ਮੇਰੇ ਜੇਠ ਦੀ 12 ਸਾਲਾਂ ਦੀ ਬੇਟੀ ਸ਼ਮੀਤ ਕੌਰ ਨਾਲ ਗਈ, ਉਹ ਚੀਕਾਂ ਮਾਰਦੀ ਉੱਥੋਂ ਆ ਗਈ ਕਿ ਚਾਚੂ ਛੇਤੀ ਆਓ, ਚਾਚੀ ਨੂੰ ਉਹਨਾਂ ਨੇ ਅੰਦਰ ਬੰਦ ਕਰ ਦਿੱਤਾ। ਜਦੋਂ ਇਹ ਉੱਥੇ ਗਏ ਅਤੇ ਅੰਦਰ ਸੁਖਦੇਵ ਸਿੰਘ ਪੱਪਾ ਵੀ ਚਲਾ ਗਿਆ ਜਿਹੜਾ ਕਿ ਬਾਬਾ ਹੈ ਮੱਸਿਆ ਲੈ ਕੇ ਜਾਂਦਾ ਅੰਮ੍ਰਿਤਸਰ, ਉਹਨੇ ਜਾਂਦੇ ਨੇ ਮੇਰੇ ਥੱਪੜ ਮਾਰੇ ਨੇ ਅੰਦਰ, ਰਸੋਈ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਬਦ ਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ। ਜਦੋਂ ਮੈਂ ਅੱਗੇ ਮੇਰੇ ਹਸਬੈਂਡ ਗਏ, ਮੈਂ ਇਹਨਾਂ ਨੂੰ ਜਾ ਕੇ ਦੱਸਿਆ ਕਿ ਇਹਨਾਂ ਨੇ, ਇਹ ਕਹਿੰਦੇ ਕਿੰਨੇ ਹੱਥ ਲਾਇਆ ਤੈਨੂੰ? ਮੈਂ ਕਿਹਾ ਇਹਨਾਂ ਦੋਨਾਂ ਨੇ। ਤਾਂ ਮੇਰੇ ਹਸਬੈਂਡ ਉਹਨਾਂ ਗੱਲ ਕਰਦੇ ਰਹੇ, ਬਸ ਬਸਈਆ ਚੱਲ ਗਿਆ ਸੀ ਇਹਨਾਂ ਨੂੰ ਧੁੰਦੇ ਧਰਾਉਂਦੇ, ਉਹ ਸਾਨੂੰ ਮੇਰੇ ਵਾਲ ਵੀ ਖੁੱਲ੍ਹ ਗਏ ਇਹਨਾਂ ਨੇ, ਸਾਨੂੰ ਉੱਥੇ ਧੁੰਦੇ ਰਹੇ ਨੇ ਮੈਨੂੰ ਅਤੇ ਮੇਰੀ ਜਠਾਣੀ ਨੂੰ। ਜਦੋਂ ਅਸੀਂ ਬਾਹਰ ਤੱਕ ਆ ਗਏ ਤਾਂ ਨਰਿੰਦਰ ਕੌਰ ਜਿਹੜੀ ਹੈ ਉਹਨੇ ਆਣ ਕੇ ਮੇਰੇ ਮਹੰਤ ਜੇਠ ਜਿਹੜੇ ਨੇ ਉਹਨਾਂ ਦੇ ਆਣ ਕੇ ਥੱਪੜ ਮਾਰਿਆ। ਫਿਰ ਅਸੀਂ ਵੀ ਆਪਣੇ ਬਚਾਅ ਵਾਸਤੇ ਕੀਤਾ, ਅਸੀਂ ਉਹਨਾਂ ਦੇ ਛੁੱਟਦੇ ਛੁੜਾਉਂਦੇ ਆ ਗਏ। ਸੁਖਦੇਵ ਸਿੰਘ ਪੱਪਾ ਜਿਹੜਾ ਮਹਾਰਾਜ ਦੀ ਹਜ਼ੂਰੀ ਵਿੱਚੋਂ ਨੰਗੇ ਸਿਰ ਗਿਆ ਅਤੇ ਕਿਰਪਾਨ ਚੁੱਕ ਕੇ ਸਾਡੇ ਪਿੱਛੇ ਦੌੜਿਆ। ਜਦੋਂ ਸਾਡੇ ਪਿੱਛੇ ਆਉਣਾ, ਅਸੀਂ ਬਸ ਪਿੱਛੇ ਨੂੰ ਕਰਨ ਵਾਸਤੇ 2-3 ਰੋੜੇ ਫੜੇ ਕੇ ਅਸੀਂ ਮਾਰ ਦਾਂਗੇ ਜੇ ਸਾਡੇ ਕਿਰਪਾਨ ਲੱਗੀ ਤੇ, ਅਸੀਂ ਭੱਜੇ ਆ ਗਏ ਅਤੇ ਬਾਕੀ ਸਾਡਾ ਪਰਿਵਾਰ ਅੰਦਰ ਚਲਾ ਗਿਆ ਅਤੇ ਛੋਟਾ ਜਿਹਾ ਬੱਚਾ ਇੱਕ ਬਾਹਰ ਹੈਗਾ ਕਿ ਸਾਡੇ ਸੱਸ ਬਜ਼ੁਰਗ ਨੇ ਉਹ ਬਾਹਰ। ਮੌਕੇ ਤੇ ਫਿਰ ਪੁਲਿਸ ਪਹੁੰਚੀ, ਪੁਲਿਸ ਦਾ ਰਵੱਈਆ ਕਿਦਾਂ? ਤੁਹਾਨੂੰ ਦੱਸਦੀ ਹਾਂ ਭਾਜੀ, ਤੇ ਇਹ ਸਾਡੇ ਘਰ ਆ ਗਏ, ਮੇਰੇ ਜੇਠ ਜਿਹੜੇ ਆਪਣੇ ਘਰ ਜਾਣ ਲੱਗੇ ਤਾਂ ਸ਼ਮਸ਼ੇਰ ਸਿੰਘ ਤੇ ਵਿੱਕੀ ਜਿਹੜਾ ਇਹਨਾਂ ਨੇ ਆ ਕੇ ਹਿੱਟ ਮਾਰੀ, ਇਹਨਾਂ ਦੀ ਛਾਤੀ ਤੇ ਵੱਜ ਗਈ, ਬਾਹਰ ਰਹਿ ਗਏ, ਡਿੱਗ ਗਏ। ਇਹਨਾਂ ਦੇ ਸਰੀਏ ਨਾਲ ਹਮਲਾ ਕੀਤਾ ਗਿਆ, ਲੰਗਰ ਹਾਲ ਵਿੱਚ ਵੀ ਨਰਿੰਦਰ ਕੌਰ ਨੇ ਸਰੀਏ ਨਾਲ ਹਮਲਾ ਕੀਤਾ। ਫਿਰ ਮੈਂ ਆਪਣੀ ਮਾਤਾ ਜੀ ਨੂੰ ਵੇਖਣ ਵਾਸਤੇ ਬਾਹਰ ਗਈ ਤੇ ਜਗਦੀਪ ਸਿੰਘ ਭੋਲੂ ਜੋ ਕਿ ਚੰਦੂ ਨੰਗਲ ਦਾ ਸਾਬਕਾ ਸਰਪੰਚ ਹੈ ਤੇ ਪੱਪਾ ਜਿਹੜਾ ਹੈ ਤੇ ਜਸਬੀਰ ਕੌਰ ਤੇ ਅਰਸ਼ਦੀਪ ਕੌਰ, ਇਹਨਾਂ ਦੋਵਾਂ ਨੇ ਮੇਰੇ ਥੱਪੜ ਵੀ ਮਾਰੇ, ਇਹਨਾਂ ਦੀ ਬੀਬੀਆਂ ਨੇ ਤੇ ਇਹਨਾਂ ਦੇ ਬੰਦਿਆਂ ਨੇ ਮੇਰੀ ਬੇਇੱਜ਼ਤੀ ਕਰਨ ਦੀ ਨੀਅਤ ਨਾਲ ਮੇਰੇ ਕੱਪੜੇ ਪਾੜੇ, ਮੇਰੇ ਝਰੀਟਾਂ ਮਾਰੀਆਂ, ਮੈਨੂੰ ਨੋਚਿਆ ਗਿਆ ਚੰਗ ਤੇ ਉਸੇ ਟਾਈਮ ਪੁਲਿਸ ਆ ਗਈ ਆ, ਸਾਡੇ ਸ਼ੀਸ਼ੇ ਤੋੜੇ ਗਏ ਨੇ। ਪੁਲਿਸ ਆ ਗਈ, ਪੁਲਿਸ ਜਦੋਂ ਇਹਨਾਂ ਨੂੰ ਇੱਥੋਂ ਜਾਂਦਿਆਂ ਦੀ ਵੀਡੀਓ ਬਣਾਉਂਦੀ ਤੇ ਪੁਲਿਸ ਨੂੰ ਵੀ ਇਹ ਕਹਿੰਦੇ ਨੇ ਕਿ ਤੁਸੀਂ ਕੌਣ ਹੁੰਦੇ ਹੋ ਵੀਡੀਓ ਬਣਾਉਣ ਵਾਲੇ, ਇਹਨਾਂ ਨੂੰ ਕਿਹਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਪੁਲਿਸ ਆ, ਚਲੋ ਇਹ ਚਲੇ ਗਏ ਨੇ। ਫਿਰ ਇਹਨਾਂ ਸਾਡੇ ਤੇ ਝੂਠੇ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਗੁਟਕਾ ਸਾਹਿਬ ਫੜੇ ਨੇ, ਤਾਂ ਸਾਡੇ ਪੁਲਿਸ ਕੋਲ DVR ਆ, ਉਹ 'ਚ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਿੱਧਾ ਰਸੋਈ ਘਰ ਵਿੱਚ ਜਾਂਦੇ ਹਾਂ ਅਤੇ ਉੱਥੋਂ ਹੀ ਬਾਹਰ ਆਉਂਦੇ ਹਾਂ। ਅਸੀਂ ਉੱਥੇ ਗਏ ਨੇ, ਇਹਨਾਂ ਨੇ ਉੱਥੇ ਕੈਮਰਾ ਲਾਏ ਨੇ, ਕਿਤੇ ਕਿਸੇ ਕਿਤੇ ਵੀ ਸਾਬਿਤ ਨਹੀਂ ਹੁੰਦਾ ਕਿ ਅਸੀਂ ਗੁਟਕਾ ਸਾਹਿਬ ਨੂੰ ਹੱਥ ਵੀ ਲਾਇਆ। ਇਹ ਝੂਠੀ ਕਰਕੇ ਝੂਠੀਆਂ ਵਿੱਚ ਸਿੱਖ ਜਥੇਬੰਦੀਆਂ ਨੂੰ ਝੂਠ ਬੋਲ ਕੇ ਸਾਡੇ ਖਿਲਾਫ਼ ਭੜਕਾ ਰਹੇ ਨੇ। ਇਹਨਾਂ ਦੀ ਬਸ ਇਹ ਹੈ ਕਿ ਇਹ ਸ਼ੁਰੂ ਤੋਂ ਇਹਨਾਂ ਨੂੰ ਜਗਦੀਪ ਸਿੰਘ ਭੋਲੂ ਨੇ ਇੱਕ ਸੋਨਾ ਮੁੰਡਾ ਹੈ। ਹੁਣ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਜੀ ਇਹਨਾਂ ਨੂੰ ਨਹੀਂ ਦੇ ਰਹੇ ਪੈਸੇ, ਬਾਬਾ ਜੀ ਨੇ ਕਿਹਾ ਕਿ ਪਹਿਲਾਂ ਹਿਸਾਬ ਦਿਓ। ਇਹਨਾਂ ਨੇ ਲੈਂਟਰ ਪਿਆ ਹੋਇਆ 3 ਮਹੀਨੇ ਬਿਲਡਿੰਗ ਨੂੰ ਇੱਦਾਂ ਰਹਿਣ ਦਿੱਤਾ, ਬੇਦੀਆਂ ਸਾਰੇ ਰਲ ਕੇ ਬਾਬਾ ਸੁਖਦੀਪ ਸਿੰਘ ਜੀ ਨੇ ਉਪਰਾਲਾ ਕੀਤਾ, ਇਹਨਾਂ ਨੇ ਸੋਹਣੀ ਬਿਲਡਿੰਗ ਤਿਆਰ ਕੀਤੀ ਆ। ਇਹਨਾਂ ਕੋਲ ਬਾਬਾ ਜੀ ਨੇ ਹਿਸਾਬ ਮੰਗਿਆ, ਹਿਸਾਬ ਨਹੀਂ ਦੇਣਾ ਚਾਹੁੰਦੇ ਅਤੇ ਪ੍ਰਧਾਨਗੀ ਕਰਨਾ ਚਾਹੁੰਦੇ ਨੇ ਕੁਝ ਘਰ, ਪ੍ਰਧਾਨਗੀ ਕਰਨ ਦੀ ਨੀਅਤ ਨਾਲ, ਮਾਲ ਮਾਰਨ ਦੀ ਨੀਅਤ ਨਾਲ ਇਹ ਸਾਰਾ ਕੁਝ ਕਰਦੇ ਨੇ। ਧਮਕੀਆਂ ਦਿੱਤੀਆਂ ਨੇ ਮੈਨੂੰ ਕਿ ਮੇਰੇ 2 ਬੇਟੇ ਨੇ 9 ਸਾਲ ਦਾ 5 ਸਾਲ ਦਾ ਕਿ ਤੇਰੇ ਬੇਟਿਆਂ ਨੂੰ ਗੋਲੀਆਂ ਮਾਰ ਦਾਂਗੇ, ਜਗਦੀਪ ਸਿੰਘ ਨੇ ਤੁਹਾਡਾ ਘਰ ਉਜਾੜ ਦਾਂਗਾ, ਤੁਹਾਨੂੰ ਇੱਥੋਂ ਕੱਢ ਕੇ ਦੱਸਾਂਗੇ। ਇਹ ਸਿਰਫ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਨੇ ਜੀ, ਹੋਰ ਇਹਨਾਂ ਦਾ ਕੋਈ ਮੰਗ ਇਹ ਆ ਕਿ ਇਹਨਾਂ ਦੀ ਧਾਰਾ ਲੱਗਣੀ ਚਾਹੀਦੀ ਸੀ ਸਰ 452 ਵੀ ਲੱਗਣੀ।
ਫਿਰ 195 ਤੇ ਸੁਖਦੇਵ ਸਿੰਘ ਪੱਪਾ ਦੇ ਵੀ ਲੱਗਣੀ ਚਾਹੀਦੀ ਜਿਹਨੇ ਨੰਗੇ ਸਿਰ ਮਹਾਰਾਜ ਦੇ ਹਜ਼ੂਰ ਚੋਂ ਕਿਰਪਾਨ ਚੁੱਕੀ ਆ। ਇਹਨਾਂ ਦੀਆਂ ਬੀਬੀਆਂ ਆਪ ਸੁਖਮਨੀ ਸਾਹਿਬ ਦਾ ਜਾਪ ਛੱਡ ਕੇ ਆਈਆਂ ਜੀ। ਉਧਰ ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਇੰਚਾਰਜ ਦਿਲਪ੍ਰੀਤ ਕੌਰ ਨੇ ਕਿਹਾ ਕਿ ਝਗੜੇ ਦੇ ਮਾਮਲੇ ਦੇ ਵਿੱਚ ਦੋਵੇਂ ਧਿਰਾਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਨੁਸਾਰ ਮਾਮਲਾ ਦਰਜ ਕੀਤਾ ਗਿਆ, ਜਦੋਂ ਕਿ ਬੇਅਦਬੀ ਦੇ ਆਰੋਪ ਲਗਾਏ ਜਾ ਰਹੇ ਨੇ। ਉਹ ਆਰੋਪ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ, ਇਸ ਲਈ ਕੋਈ ਅਜਿਹੀ ਧਾਰਾ ਮਾਮਲੇ ਨੂੰ ਲੈ ਕੇ ਨਹੀਂ ਦਰਜ ਕੀਤੀ ਗਈ। ਇਹਦੇ ਵਿੱਚ ਜੀ 21 ਤਰੀਕ ਦੀ ਇਹ ਗੱਲ ਹੈਗੀ ਆ, ਪਿੰਡ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋਇਆ ਸੀਗਾ ਮੰਤਾਂ ਦੇ ਵਿੱਚ, ਗੁਰਦੁਆਰਾ ਸਾਹਿਬ ਇੱਕ ਸਾਈਡ ਤੇ ਸਾਰੇ ਪਿੰਡ ਵਾਲੇ ਸੀਗੇ, ਜਿਹਦੇ ਰਿਲੇਟਡ ਦੋਨਾਂ ਪਾਰਟੀਜ਼ ਨੇ ਸਾਡੇ ਕੋਲ MLR ਆਈਆਂ, ਉਸ MLR ਤੇ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਦੋਨੋਂ ਸਾਈਡ ਤੇ ਮੇਨ ਕੇਸ ਕ੍ਰੋਸ ਕੇਸ ਜਿਹੜੇ ਹੈਗੇ ਆਪਾਂ ਰਜਿਸਟਰ ਕਰਤੇ ਸੀ। ਦੇਖੋ ਜੀ, ਉਹਨਾਂ ਨੇ ਧਰਨਾ ਇਸ ਗੱਲ ਤੇ ਲਾਇਆ ਕਿ 295A ਲਗਾਈ ਜਾਏ, ਜੋ ਕਿ ਅਕੋਰਡਿੰਗ ਟੂ ਲੋ ਜਿਹੜੀ ਧਾਰਾ ਬਣਦੀ ਸੀ ਉਹਦੇ ਤਹਿਤ ਅਸੀਂ ਪਰਚਾ ਦੇ ਚੁੱਕੇ ਸੀਗੇ। 295A ਬਾਰੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ, ਨਾ ਹੀ ਇਹਨਾਂ ਵੱਲੋਂ ਕੋਈ ਸਬੂਤ ਪੇਸ਼ ਕੀਤਾ ਗਿਆ 295A ਦਾ। ਇਨ ਕੇਸ ਇਹਨਾਂ ਕੋਲ ਕੋਈ ਸਬੂਤ ਹੈਗਾ, 295A ਜਸਟੀਫਾਈ ਹੁੰਦੀ ਆ ਅਤੇ ਅਕੋਰਡਿੰਗ ਟੂ ਲੋ ਜਿਹੜੀ ਵੀ ਧਾਰਾ ਬਣਦੀ ਹੋਊਗੀ ਅਸੀਂ ਉਹ ਲਗਾ ਦਾਂਗੇ। ਹਾਲੇ ਤੱਕ ਦੋਨਾਂ ਪਾਰਟੀਜ਼ ਵੱਲੋਂ ਕੁਛ ਵੀ ਇੱਦਾਂ ਦੇ ਸਾਨੂੰ ਪੇਸ਼ ਨਹੀਂ ਕੀਤਾ ਗਿਆ, ਹਾਲੇ ਤੱਕ ਤਾਂ ਸਾਡੇ ਕੋਈ ਸਬੂਤ ਨਹੀਂ ਆਇਆ। ਜਦੋਂ ਸਬੂਤ ਜੇ ਬਣਦੀ ਹੋਊਗੀ ਅਕੋਰਡਿੰਗ ਟੂ ਲੋ ਲਾ ਦਾਂਗੇ, ਹਾਲੇ ਤੱਕ ਨਹੀਂ ਆਇਆ ਅਤੇ ਮੰਗ ਹਾਲੇ ਜਾਇਜ਼ ਨਹੀਂ ਹੈਗੀ। ਇਹਨਾਂ ਦੀ ਪਿੰਡ ਵਾਲਿਆਂ ਦੀ ਔਰ ਮੰਤਾਂ ਦੀ ਆਪਸ 'ਚ ਗੱਲ ਹੋਈ ਆ, ਇਹਨਾਂ ਨੇ 3 ਤਰੀਕ ਦਾ ਆਪਸ 'ਚ ਇਹਨਾਂ ਦੇ ਮੋਹਤਵਾਰਾਂ ਨੇ ਬਹਿ ਕੇ ਟਾਈਮ ਲਿਆ, ਇਹਨਾਂ ਦੇ ਜਿਹੜੇ ਵੀ 3 ਤਰੀਕ ਨੂੰ ਬਹਿ ਕੇ ਜੋ ਵੀ ਫੈਸਲਾ ਹੋਊਗਾ ਇਹ ਕੀ ਕਰਦੇ ਆ, ਇਹਨਾਂ ਦੀ ਮੰਗ ਪੂਰੀ ਹੁੰਦੀ ਨਹੀਂ ਹੁੰਦੀ, ਉਹ ਇਹਨਾਂ ਦਾ ਆਪਣਾ ਮੈਟਰ ਹੈਗਾ ਜੀ, ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਗੁਰੂ ਘਰ ਦਾ ਲੰਗਰ ਹਾਲ, ਜੋ ਦੇਖਦੇ ਹੀ ਦੇਖਦੇ ਜੰਗ ਦਾ ਮੈਦਾਨ ਬਣ ਗਿਆ। ਇੱਥੇ ਦੋ ਧੜਿਆਂ ਦੇ ਵਿੱਚ ਪਹਿਲਾਂ ਤੂੰ ਤੂੰ ਮੈਂ ਮੈਂ ਹੋਈ, ਫਿਰ ਹੱਥੋਂ ਪਾਈ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਥੇ ਜੰਮ ਕੇ ਇੱਟਾਂ ਰੋੜੇ ਚੱਲੇ। ਇਹਨਾਂ ਦੋ ਧੜਿਆਂ ਦਾ ਪੂਰਾ ਕਾਰਨਾਮਾ ਕਿਸੇ ਤੀਜੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕੀਤਾ। ਤਸਵੀਰਾਂ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਚੰਦੂ ਨੰਗਲ ਦੀਆਂ ਨੇ, ਜਿੱਥੇ ਮਹੰਤ ਅਤੇ ਪਿੰਡ ਵਾਲੇ ਆਹਮੋ ਸਾਹਮਣੇ ਹੋ ਗਏ। ਇਸ ਮੌਕੇ ਇਹਨਾਂ ਨੇ ਇੱਕ ਦੂਜੇ ਤੇ ਗੰਭੀਰ ਆਰੋਪ ਲਗਾਏ ਨੇ। ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਪਿੰਡ ਚੰਦੂ ਨੰਗਲ ਦੇ ਲੋਕਾਂ ਨੇ ਕਿਸਾਨ ਆਗੂਆਂ ਅਤੇ ਸਤਿਕਾਰ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਮੰਗ ਕੀਤੀ ਗਈ ਕਿ ਮਹੰਤ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਕਾਰਨੇ ਆ ਜੀ, ਸਾਡਾ ਜਿਹੜਾ ਝਗੜਾ ਸੀਗਾ ਮੰਤਰ ਨਾਲ ਚੱਲਦਾ ਸੀਗਾ, ਇੱਥੇ ਨਾ ਬਾਬਾ ਸ਼੍ਰੀ ਚੰਦ ਦੀ ਮੂਰਤੀ ਦੀ ਸਥਾਪਨਾ ਸੀਗੀ ਅਤੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀਗੇ, ਪ੍ਰਕਾਸ਼ ਕੀਤਾ ਸੀ ਮਹਾਰਾਜ ਦਾ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ ਜਾਰੀ ਹੋਏ ਨੇ, ਜਿੱਥੇ ਮੂਰਤੀ ਪੂਜਾ ਹੁੰਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਬਸ ਇਸ ਸੰਬੰਧ 'ਚ ਜਿਹੜਾ ਸਾਰਾ ਮੰਤਰ ਨਾਲ ਸਾਡਾ ਝਗੜਾ ਵੱਧਦਾ ਗਿਆ, ਕਲੇਸ਼ ਵੱਧਦਾ ਗਿਆ। ਹੁਣ ਜਿਹੜਾ 21 ਤਰੀਕ ਨੂੰ ਇਹਨਾਂ ਨੇ ਸਾਡੇ ਨਾਲ ਕੀਤਾ ਵੀ ਸਾਡੀਆਂ ਬੀਬੀਆਂ ਉੱਥੇ ਸੁਖਮਨੀ ਸਾਹਿਬ ਦਾ ਜਾਪ ਕਰਦੀਆਂ ਪਈਆਂ ਸੀ ਅਤੇ ਮੰਤਾਂ ਨੇ ਉੱਥੇ ਆਣ ਕੇ ਗੁੰਡਾਗਰਦੀ ਕੀਤੀ ਆ ਅਤੇ ਬੀਬੀਆਂ 'ਤੇ ਕੁੱਟਮਾਰ ਕੀਤੀ ਆ, ਉਹਦੇ ਸੰਬੰਧ 'ਚ ਜਿਹੜਾ ਸੀਗਾ ਇਨਸਾਫ ਲੈਣ ਵਾਸਤੇ ਉਹ ਧਰਨਾ ਸੀਗਾ ਥਾਣਾ ਡੇਰਾ ਬਾਬਾ ਨਾਨਕ ਦੇ ਅੱਗੇ ਲੱਗਾ ਸੀਗਾ, ਉਸ ਸੰਬੰਧ 'ਚ ਇੱਥੇ ਸਾਰੇ ਕੁਝ ਪੁਰਾਤਨ ਤਾਂ ਉੱਥੇ ਚੱਲਦਾ ਸੀਗਾ ਮੰਤਾਂ ਦੇ ਕਬਜ਼ੇ 'ਚ ਸ਼ੁਰੂ ਤੋਂ ਸ਼ੁਰੂ ਰਹੇ ਨੇ, ਇਹ ਹੁਣ ਪਿੰਡ ਵਾਲਿਆਂ ਨੇ ਸੰਘਰਸ਼ ਕਰਕੇ ਜਿਸ ਤਰ੍ਹਾਂ ਮਹਾਰਾਜ ਮੰਤਾਂ ਦੇ ਕਬਜ਼ਿਆਂ 'ਤੇ ਮਹਾਰਾਜ ਦੇ ਸਰੂਪ ਛਡਵਾਏ ਨੇ, ਸਾਰੇ ਪਿੰਡੋ ਪਿੰਡੀ ਇਹ ਗੱਲ ਚੱਲੀ ਹੈ, ਉਸੇ ਤਰੀਕਾ ਸਾਡੇ ਪਿੰਡ ਨੇ ਵੀ ਮਹਾਰਾਜ ਦਾ ਸਰੂਪ ਜਿਹੜਾ ਮਹੰਤਾਂ ਦੇ ਕਬਜ਼ੇ ਛਡਾਉਣ ਦੀ ਕੋਸ਼ਿਸ਼ ਕੀਤੀ ਆ। ਉਹ SGPC ਨੂੰ ਬਕਾਇਦਾ ਲੈ ਕੇ ਜਥੇਦਾਰ ਕਾਲਤ ਸਾਹਿਬ ਨੂੰ ਕਿ ਸਾਡੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਬੇਅਦਬੀ ਹੁੰਦੀ ਆ, ਇੱਥੇ ਮਹਾਰਾਜ ਦਾ ਸਤਿਕਾਰ ਨਹੀਂ ਹੁੰਦਾ, ਇਹਦੇ ਜਿਹੜੇ ਪ੍ਰਬੰਧ ਨੇ ਜਿਹੜੇ ਵੱਖਰੇ ਤੌਰ 'ਤੇ ਵੱਖਰੇ ਹਾਲ 'ਚ ਕੀਤੇ ਜਾਣ। ਕਾਰਨ ਉਹ ਜਮੰਤ ਜੀ ਸੁਖਮਨੀ ਸਾਹਿਬ ਦਾ ਜਾਪ ਹੋਣ ਡਿਆ ਸੀਗਾ ਅਤੇ ਉੱਥੇ ਆਣ ਕੇ ਉਹਨਾਂ ਨੇ ਜਿਹੜਾ ਸਾਡੀਆਂ ਬੀਬੀਆਂ ਨੂੰ ਕੁੱਟਮਾਰ ਕੀਤੀ ਆ,
ਉਹ ਸਾਰੀ ਗੱਲਬਾਤ ਉਸੇ ਸੰਬੰਧ 'ਚ ਸਾਰੀ ਗੱਲ ਚੱਲੀ ਆ। ਉੱਤੋਂ ਇੱਕ ਪੱਤ ਵਧਿਆ ਅਤੇ ਹੁਣ ਇਹ ਧਰਨੇ ਲੱਗੇ ਨੇ। ਮੇਰੀ ਬੇਨਤੀ ਸੁਣੋ, ਜਦੋਂ ਸਾਡਾ ਇਹਨਾਂ ਦਾ ਟਾਈਮ ਆ 12 ਤੋਂ 2 ਸੁਖਮਨੀ ਸਾਹਿਬ ਦਾ ਜਾਪ ਕਰਨ ਦਾ, ਸਾਡਾ 2 ਤੋਂ 4 ਆ। ਇਹਨਾਂ ਨੂੰ ਪਤਾ ਜਦੋਂ 2 ਤੋਂ 4 ਸੁਖਮਨੀ ਸਾਹਿਬ ਦਾ ਜਾਪ ਚੱਲਣਾ, ਇਹ 2 ਤੋਂ 4 ਵਜੇ ਤੋਂ ਬਾਅਦ ਆ ਜਾਂਦੇ ਤਾਂ ਆਪਣੇ ਲੈ ਜਾਂਦੇ ਭਾਂਡੇ। ਇਹ 3 ਵਜੇ 18ਵੇਂ ਅਸਪਰੀ ਚੱਲਣ ਦੀ ਸੁਖਮਨੀ ਸਾਹਿਬ ਜੀ ਦੀ, ਉਹਦੇ ਵਿੱਚ ਆ ਗਏ ਨੇ। ਉਹਦੇ ਵਿੱਚ ਆਉਣ ਦਾ ਇਹਨਾਂ ਦਾ ਮਤਲਬ ਨਹੀਂ ਸੀ ਬਣਦਾ ਭਾਂਡੇ। ਫਿਰ ਬੀਬੀਆਂ ਸਾਡੀਆਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਾਪ ਖਤਮ ਹੁੰਦਾ ਵਾ ਇੱਥੇ, ਸਾਡੇ ਕਮੇਟੀ ਦੇ ਮੈਂਬਰ ਆ ਜਾਂਦੇ ਨੇ, ਤੁਸੀਂ ਉਹਨਾਂ ਕੋਲ ਭਾਂਡੇ ਲੈ ਲਓ, ਕੋਈ ਭਾਂਡੇ 'ਚ ਕੋਈ ਤਰਾਜ਼ੀ ਕਿ ਨਹੀਂ। ਇਹਨਾਂ ਨੇ ਉਹ ਗੱਲ ਉਹਨਾਂ ਦੀ ਸੁਣੀ ਨਹੀਂ ਅਤੇ ਬਸ ਕਹਿੰਦੇ ਜੇ ਅਸੀਂ ਹੁਣੇ ਖੜਨੇ, ਬਸ ਇਸੇ ਗੱਲ ਦਾ ਰੌਲਾ ਪੈ ਗਿਆ। ਬੀਬੀਆਂ ਕਹਿਣ ਵੀ ਅਸੀਂ ਭਾਂਡੇ ਦੇ ਨਹੀਂ ਸਕਦੇ, ਵੀ ਪ੍ਰਬੰਧਕ ਕਮੇਟੀ ਜਿਹੜੀ ਉਹ ਭਾਂਡੇ ਤੁਹਾਨੂੰ ਦੇ ਸਕਦੀ, ਇਸ ਤਰ੍ਹਾਂ ਭਾਂਡੇ ਨਹੀਂ ਮਿਲਦੇ, ਬਸ ਇਸੇ ਗੱਲ ਦਾ ਰੌਲਾ ਚੱਲਿਆ। ਪੁਲਿਸ ਨੇ ਕਾਰਵਾਈ ਕੀਤੀ ਜੀ ਸਾਡੇ 'ਤੇ, ਵੀ ਮਤਲਬ ਜੋ ਧਾਰਾ ਲਾਈ ਆ ਸੇਮ ਉਹਨਾਂ ਦੀਆਂ 2 ਧਾਰਾ ਵੱਧ ਲਾ ਕੇ ਅਤੇ ਸਾਡੇ 'ਤੇ ਵੀ ਕ੍ਰਾਸ ਕੇਸ ਕਰਤਾ, ਜਦਕਿ ਬਣਦਾ ਮੰਤ ਸਾਡੇ ਵੱਲ ਆਏ ਨੇ, ਉਹਨਾਂ ਨੇ ਸਾਰੀ ਗੱਲ ਕੀਤੀ ਹੈ ਅਤੇ ਬਣਦਾ ਤਾਂ ਉਹਨਾਂ ਦੇ ਸੀ, ਪਰ ਇਹਨਾਂ ਨੇ ਸਾਰੀ ਸਾਡੇ 'ਤੇ ਵੀ ਕਾਰਵਾਈ ਬਰਾਬਰ ਕਰ ਦਿੱਤੀ। ਸਾਡੇ ਉੱਥੇ ਧਰਨਾ ਇਸ ਸੰਬੰਧ 'ਚ ਲੱਗਾ ਸੀ ਵੀ ਉਹਨਾਂ ਨੇ ਧਾਰਾ 295 ਨਹੀਂ ਸੀ, 295 ਇਹ ਧਾਰਾ ਬਣਦੀ ਸੀ ਉਹ ਨਹੀਂ ਸੀ ਲਾਈ, ਉਸ ਸੰਬੰਧ 'ਚ ਧਰਨਾ ਲੱਗਾ ਸੀਗਾ ਸੰਗਤ ਵੱਲੋਂ। ਵੀ ਮੇਰੀ ਬੇਨਤੀ ਸੁਣ ਲਓ, ਉਸ ਵੀਡੀਓ ਦੇ ਵਿੱਚ ਦੱਸ ਦਿਓ ਕਿਤੇ ਬੂੜ ਜਰਾਬਾਂ ਪਈਆਂ ਹੋਣ, ਅਸੀਂ ਉਸ ਗੱਲ ਦਾ ਸਾਰੀ ਸੰਗਤ ਨੇ ਸੁੱਖ ਆਸਣ ਕਰਕੇ ਮਹਾਰਾਜ ਦੇ ਚੰਦੋਆ ਸਾਹਿਬ ਦੇ ਥੱਲੇ ਜਿਹੜਾ ਸੀਗਾ ਉਹਨੂੰ ਥੜੇ ਨੂੰ ਪੱਕਾ ਕਰਨ ਦੇ ਵਾਸਤੇ ਉਹ ਸਾਰੀ ਕਾਰਵਾਈ ਚੱਲਦੀ ਪਈ ਸੀਗੀ। ਮਹਾਰਾਜ ਦਾ ਸਤਨਾਮ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਸੀਗਾ, ਜਿਹੜੀ ਉਹ ਬੀਬੀ ਨੇ ਆਣ ਕੇ ਉੱਥੇ ਸਾਰੇ ਅੰਮ੍ਰਿਤਧਾਰੀ ਸਿੰਘਾਂ ਨੂੰ ਚੋਰ ਕਿਹਾ, ਉਹਦੇ ਸੰਬੰਧ ਵਿੱਚ ਸਾਰੀ ਅਸੀਂ ਉਸ ਦੀ ਵੀ ਦਰਖਾਸਤ ਦਿੱਤੀ ਆ ਪੁਲਿਸ ਪ੍ਰਸ਼ਾਸਨ ਨੇ, ਉਸ 'ਤੇ ਵੀ ਕੋਈ ਕਾਰਵਾਈ ਨਹੀਂ ਸੀ ਕੀਤੀ। ਹਾਲੇ ਤੱਕ ਕੁਛ ਨਹੀਂ ਮਿਲਿਆ ਜੀ ਸਾਨੂੰ, ਕੁਛ ਨਹੀਂ। ਪੁਲਿਸ ਪ੍ਰਸ਼ਾਸਨ ਵੱਲੋਂ ਉਸੇ ਤਰ੍ਹਾਂ ਗੁੰਗਲਾਂ ਤੋਂ ਮਿੱਟੀ ਝਾੜੀ ਜਾਂਦੀ ਆ ਜੀ। ਅੱਜ ਕੁਛ ਇਹਨਾਂ ਦੀ ਸਹਿਮਤੀ ਬਣਦੀ ਪਈ ਆ, ਵੇਖੋ ਕਿ ਸਿਰੇ ਚੜ੍ਹਦੀ ਆ ਕਿ ਨਹੀਂ ਚੜ੍ਹਦੀ, ਸਹਿਮਤ ਚੱਲਦੀ ਪਈ ਆ। ਜਦਕਿ ਮਹੰਤਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਆਖਿਆ ਕਿ ਬੀਤੇ ਦਿਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾਣਾ ਸੀ। ਇਸ ਨੂੰ ਲੈ ਕੇ ਸਾਡੇ ਪਰਿਵਾਰਕ ਮੈਂਬਰ ਗੁਰਦੁਆਰਾ ਸਾਹਿਬ ਵਿਖੇ ਬਣੇ ਲੰਗਰ ਹਾਲ ਦੇ ਵਿੱਚ ਬਰਤਨ ਲੈਣ ਗਏ ਸਨ। ਕੁਝ ਬੀਬੀਆਂ ਨੇ ਜਾਨੋ ਮਾਰਨ ਦੀ ਨੀਅਤ ਨਾਲ ਸੇਵਾਦਾਰ ਬੀਬੀਆਂ 'ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਬਚਾਅ ਦੇ ਲਈ ਸਾਡੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ। ਉੱਥੇ ਹੀ ਇਸ ਸੰਬੰਧੀ ਸੇਵਾਦਾਰ ਬੀਬੀ ਪ੍ਰਭਜੋਤ ਕੌਰ ਅਤੇ ਉਸਦੇ ਆਪਣੇ ਹੀ ਪਰਿਵਾਰਕ ਮੈਂਬਰਾਂ 'ਤੇ ਹੋਏ ਹਮਲੇ ਦੀ ਪੂਰੀ ਹੱਡਬੀਤੀ ਬਿਆਨ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਮੇਰਾ ਨਾਮ ਭਗਵਾਨ ਦਾ ਦਰਬਾਰ ਬਾਬਾ ਸ਼੍ਰੀ ਚੰਦ ਜੀ, ਪਿੰਡ ਜੌੜੀਆਂ ਖੁਰਦ। ਕੀ ਮਾਮਲਾ ਹੈ ਜਿਹੜਾ ਤੁਹਾਡਾ ਡਿਸਪਿਊਟ ਹੋਇਆ ਤੇ ਪਿੰਡ ਵਾਲਿਆਂ ਨਾਲ? ਇਹ ਸਰ ਮੇਰੀ ਜਿਹੜੀ ਛੋਟੇ ਭਰਾ ਦੀ ਘਰਵਾਲੀ ਸੀ ਭਰਜਾਈ ਸਾਡੀ, ਉਹ ਵੀ ਸ਼ਹੀਦੀ ਦਿਹਾੜਾ ਮਨਾਉਣਾ ਸੀ ਆਪਾਂ 1 ਦਿਨ ਪਹਿਲਾਂ, ਅਤੇ 40 ਦਿਨ ਸਾਡੇ ਪੂਰੇ ਹੋ ਚੁੱਕੇ ਸੀ ਸ਼੍ਰੀ ਅਖੰਡਪੁਰ ਸਾਹਿਬ ਨੂੰ, ਸੁਖਮਨੀ ਸਾਹਿਬ ਦੇ ਚੱਲ ਰਹੇ ਸੀ ਪਾਠ। ਉਸ ਤੋਂ ਬਾਅਦ ਭਾਂਡਿਆਂ ਦੀ ਮੰਗ ਕੀਤੀ ਗਈ, ਭਾਂਡਿਆਂ ਦੀ ਮੰਗ ਕਰਨ ਗਈ ਆ, ਇਹਨਾਂ ਬੀਬੀਆਂ ਨੇ ਅੰਦਰ ਵਾਲ ਲਿਆ ਵਾ, ਕੁਝ ਹੋਰ ਬੰਦੇ ਵੀ ਆ ਗਏ, ਇਹਨਾਂ ਦੇ ਬੰਦੇ ਇਕੱਠੇ ਹੋ ਗਏ। ਜਗਦੀਪ ਸਿੰਘ ਸਰਪੰਚ ਪਿੰਡ ਚੰਦੂ ਨੰਗਲ, ਇਹਦੀ ਜਿਹੜੀ ਵਾਈਫ ਆ ਜਸਵੀਰ ਕੌਰ, ਉਹਨੇ ਮੇਰੀ ਛੋਟੀ ਭਰਜਾਈ ਦੇ ਹੱਥ 'ਤੇ ਦੰਦੀਆਂ ਵੀ ਵੱਡੀਆਂ ਨੇ, ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੀ ਭਰਜਾਈ ਨੇ। ਬਾਅਦ ਵਿੱਚ ਮੇਰੀ ਬੇਟੀ ਨੇ ਚੀਕਾਂ ਮਾਰਦੀ, ਉਸ ਹਾਲ ਦੇ ਵਿੱਚ ਆਈ ਆ ਵੀ ਮੇਰੀ ਚਾਚੀ ਨੂੰ ਅੰਦਰ ਬੰਦ ਕਰ ਲਿਆ ਗਿਆ, ਅਤੇ ਮੈਂ ਸ਼ਹਿਰੋਂ ਆ ਰਿਹਾ ਸੀ ਅਤੇ ਛੋਟਾ ਭਰਾ ਮੇਰਾ ਉੱਧਰ ਨੂੰ ਜਾ ਰਿਹਾ ਸੀ, ਆਪਾਂ ਦੋਨਾਂ ਜਾਣਿਆਂ ਵੀ ਇਕੱਠੇ ਜਾ ਕੇ ਇਹਨਾਂ ਨੂੰ ਛੱਡ ਛਡਾਵਾ ਕਰਵਾਉਣ ਦਾ ਮਤਲਬ ਛਡਾਉਣ ਗਏ ਆਪਾਂ ਬੀਬੀਆਂ ਲੜਾਈ ਤੋਂ। ਅਤੇ ਬਾਅਦ ਦੇ ਵਿੱਚ ਮੇਰੇ 'ਤੇ ਇਹਨਾਂ ਨੇ ਹਮਲਾ ਕੀਤਾ, ਬੀਬੀ ਨਰਿੰਦਰ ਕੌਰ ਜੋ ਬਾਬੇ ਸੁਖਦੇਵ ਸਿੰਘ ਦੀ ਵਾਈਫ ਜੋ ਮੱਸਿਆ ਲੈ ਕੇ ਜਾਂਦਾ ਹੈ, ਮੈਂ ਛਡਾਉਣ ਦੀ ਨੀਤੀ 'ਚ ਗਿਆ ਸੀ, ਮੈਂ ਕਿਸੇ ਦੀ ਲੜਨ ਦੀ ਨੀਤੀ 'ਚ ਨਹੀਂ ਗਿਆ, ਮੈਂ ਛਡਾਉਂਦਿਆਂ ਬਾਹਰ ਨੂੰ ਆ ਰਿਹਾ ਸੀ, ਇਹਨਾਂ ਮੇਰੇ 'ਤੇ ਹਮਲਾ ਕੀਤਾ, ਮੇਰੇ 'ਤੇ ਸਰੀਏ ਵੀ ਲੱਤਾਂ ਦੇ ਮਾਰੇ ਹਨ ਅਤੇ ਹੋਰ ਮੁੜ ਕੇ ਇਹਨਾਂ ਨੇ ਕੁੱਟਮਾਰ ਮੇਰੀ ਕੀਤੀ ਉੱਥੇ ਅੰਦਰ। ਅਤੇ ਬਾਅਦ ਦੇ ਵਿੱਚ ਮੈਂ ਵੀ ਇਹਨਾਂ ਦੇ ਗਲ ਪਿਆ, ਮੈਂ ਵੀ ਝੂਠ ਨਹੀਂ ਮਾਰਨਾ ਨਹੀਂ ਪਿਆ। ਬਾਅਦ ਦੇ ਵਿੱਚ ਜਦੋਂ ਆਪਾਂ ਛੱਡ ਛਡਾਵਾ ਕਰਕੇ ਆਪਾਂ ਘਰ ਨੂੰ ਆਪਣੇ ਆ ਗਏ ਹਾਂ, ਸਾਰੇ ਨਗਰ ਨਿਵਾਸੀਆਂ ਇਕੱਠਿਆਂ ਹੋ ਕੇ ਸਾਰਿਆਂ ਇਕੱਤਰ ਹੋ ਕਰਕੇ ਮੇਰੀ ਗੱਡੀ ਵੀ ਤੋੜੀ, ਮੇਰੇ ਭਰਾ ਦੇ ਘਰ ਦੇ ਸ਼ੀਸ਼ੇ ਵੀ ਤੋੜੇ ਆ, ਹੋਰ ਸਾਡੇ 'ਤੇ ਜਾਨਲੇਵਾ ਹਮਲੇ ਵੀ ਕੀਤੇ ਆ, ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਕਮੇਟੀ ਦੀ, ਇਹਨਾਂ ਦੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ, ਜੇ ਇਹਨਾਂ ਕੋਲ ਹਥਿਆਰ ਹੁੰਦੇ ਤਾਂ ਸਾਡੇ 'ਤੇ ਗੋਲੀਆਂ ਵੀ ਮਾਰ ਸਕਦੇ ਸੀ। ਆਪਣ ਕਾਫੀ ਸਮੇਂ ਤੋਂ ਸਾਡੇ ਬਜ਼ੁਰਗ ਹੀ ਸੇਵਾ ਕਰਦੇ ਆ ਰਹੇ ਨੇ ਇੱਥੇ ਇਸ ਅਸਥਾਨ 'ਤੇ, ਬਾਬਾ ਸ਼੍ਰੀ ਚੰਦ ਜੀ ਦੇ
ਸੇਵਾ ਕਰਦੇ ਆ। ਇਹ ਜਿਹੜੇ ਇਹ ਜਿਹੜੀ ਜਗ੍ਹਾ ਜਿਹੜੇ ਆਪਾਂ ਕਿਹੜੇ ਮਹਾਂਪੁਰਸ਼ਾਂ ਦੀ ਹੈ? ਇਹ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ ਦੇ। ਹਾਂਜੀ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਦੇ। ਜੀ, ਤੇ ਬਾਬਾ ਸ਼੍ਰੀ ਚੰਦ ਜੀ ਨੇ ਮਤਲਬ ਇੱਥੇ ਕੋਈ ਟਾਈਮ ਕੱਢਿਆ ਸੀ, ਸਮਾਂ ਕੱਢਿਆ ਸੀ, ਉਹਨਾਂ ਦੇ ਮਤਲਬ ਦਰਬਾਰ ਤੇ ਆਪਾਂ ਸੇਵਾ ਕਰਨੇ ਆ। ਸਾਡੇ ਬਜ਼ੁਰਗ ਵੀ ਕਰਦੇ ਆ ਰਹੇ ਨੇ, ਤੇ ਜਦੋਂ ਆਪਾਂ ਇਸ ਦਰਬਾਰ ਦੀ ਉਸਾਰੀ ਕਰਨ ਲੱਗੇ ਸਾਂ ਤੇ ਮਹਾਰਾਜ ਸਰੂਰ ਛੋਟੇ ਹਾਲ ਦੇ ਵਿੱਚ ਖੜਿਆ ਸੀ। ਸੰਗਤ ਆਉਂਦੀ ਜਾਂਦੀ ਰਹੀ, ਉਸਾਰੀ ਚੱਲਦੀ ਰਹੀ। ਕੁਝ ਚਿਰ ਬਾਅਦ ਉਸਾਰੀ ਪੂਰੀ ਹੋ ਗਈ ਆ ਤੇ ਆਪਾਂ ਉਸੇ ਬੁੰਗੇ ਨੂੰ ਸੋਹਣਾ ਤੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਮਹਾਰਾਜ ਸਰੂਪ ਉੱਥੇ ਬਿਰਾਜਮਾਨ ਕਰ ਦਿੱਤਾ ਗਿਆ ਹੈ। ਇਹ ਇਸੇ ਗੱਲ ਤੋਂ ਵਿਵਾਦ ਖੜਾ ਕਰ ਲਿਆ ਇਹਨਾਂ ਨੇ ਕਿ ਸਰੂਪ ਖੁੱਲ੍ਹੇ ਥਾਂ ਕੀਤਾ ਜਾਵੇ ਅਤੇ ਜਾਂ ਮਤਲਬ ਇਹਨੂੰ ਮਤਲਬ ਸਰੂਪ ਜਿਹੜਾ ਇੱਥੋਂ ਚੁਕਾ ਦਿੱਤਾ ਜਾਵੇ, ਕਿਉਂਕਿ ਇੱਥੋਂ ਸਦੀਆਂ ਤੋਂ ਹੀ ਇੱਥੇ ਪਿਆ ਹੈ ਦਰਬਾਰ ਸਾਹਿਬ ਮਹਾਰਾਜਾ ਸਰੂਪ। ਜੋ ਵੀ ਇੱਥੇ ਸੰਗਰਾਂਦ ਚੱਲਦੀ ਹੈ, ਇੱਥੇ ਹੀ ਨਗਰ ਨਿਵਾਸੀ ਆਣ ਕੇ ਮੇਲਾ ਮਸਾਦੀ ਮਨਾਉਂਦੇ ਹਨ। ਸਰ ਕਾਰਵਾਈ ਹੋਈ ਆ, ਉਹ ਕਾਰਵਾਈ ਦੇ ਹੋਣ ਦੇ ਨਾਤੇ ਇੰਨਾ ਜ਼ੋਰ ਪਾ ਕੇ ਮਤਲਬ ਨਾਅਰੇਬਾਜ਼ੀ ਕਰਕੇ ਉਹ ਕਾਰਵਾਈ ਦੇ ਮਤਲਬ ਜਿਹੜੇ ਧਾਰਾਵਾਂ ਤੋੜਨ ਦਾ ਮਤਲਬ ਇਹਨਾਂ ਨੇ ਯਤਨ ਕੀਤਾ ਵਾ, ਇਕੱਤਰ ਹੋ ਕਰਕੇ ਅੱਜ ਜੋ ਵੀ ਇਹਨਾਂ ਨਾਅਰੇਬਾਜ਼ੀ ਕੀਤੀ ਆ ਅਤੇ ਦਰਬਾਰ ਦੀ ਜ਼ਮੀਨ ਜਿਹੜੀ ਆ ਹੜੱਪਣ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਜੇ ਇਹ 100% ਸਿੱਖ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ, 100% ਇਹ ਹਿੰਦੂ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ, ਇਹ ਦਰਬਾਰ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਉਹ ਸਾਂਝਾ ਵਾ, ਕਿਉਂਕਿ ਸਾਰੇ ਨਗਰ ਵਾਸੀਆਂ ਦਾ, ਡੇਰਾ ਬਾਬਾ ਨਾਨਕ ਦਾ ਵੀ ਸਾਂਝਾ ਵਾ। ਇਹ ਨਹੀਂ ਵੀ ਇੰਨਾ ਇਕੱਲਿਆਂ ਦਾ ਆ, ਇਹ 3-4 ਘਰ ਜਿਹੜੇ ਨੇ ਇਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਅਤੇ ਮਤਲਬ ਦਰਬਾਰ ਦੀ ਜ਼ਮੀਨ ਜਿਹੜੀ ਹੜੱਪਣ ਨੂੰ ਤਿਆਰ ਬੈਠੀ ਜੀ। ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕੀਤੀ ਆ ਕਿ ਜਿੱਦਾਂ ਮੇਲਾ ਮਸਾਦੀ ਪਹਿਲਾਂ ਮਨਾ ਰਿਹਾ ਜਾ ਰਿਹਾ ਜਾਂ ਪਹਿਲਾਂ ਸਾਂਝੇ ਤੌਰ 'ਤੇ ਆਪਾਂ ਇਕੱਤਰ ਹੋ ਕੇ ਸਾਰੇ ਕੰਮ ਕਰਦੇ ਹਾਂ ਉਹ ਕੀਤੇ ਜਾਣ। ਮੇਰਾ ਨਾਮ ਪ੍ਰਭਜੋਤ ਕੌਰ ਹੈ ਜੀ। ਕਿਹੜਾ ਸਥਾਨ ਤੇ? ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਆ ਜੀ। ਇੱਥੇ ਅਸੀਂ ਰਹਿੰਦੇ ਹਾਂ, ਸੇਵਾਦਾਰ ਹਾਂ, ਸੇਵਾ ਕਰਦੇ ਹਾਂ। ਕਿੰਨੇ ਕੁ ਸਾਲਾਂ ਤੋਂ ਰਹੇ? ਸਦੀਆਂ ਤੋਂ ਚੱਲਦੇ ਆ ਰਹੇ ਹਾਂ, ਸਾਡੇ ਸਹੁਰਾ ਸਾਹਿਬ ਦਾਦਾ ਜੀ ਸ਼ੁਰੂ ਤੋਂ ਕਰਦੇ ਆ ਰਹੇ ਨੇ। ਹੁਣ ਮੇਰੇ ਜੇਠ ਮਹੰਤ ਭਗਵਾਨ ਦਾਸ ਜਿਹੜੇ ਉਹ ਸੇਵਾਦਾਰ ਨੇ ਇੱਥੇ ਸੇਵਾ ਕਰਦੇ ਆ ਜੀ। ਉਹ ਅਸੀਂ ਨਾ 40 ਦਿਨਾਂ ਲੜੀ ਸਟਾਰਟ ਕੀਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧਿਤ। ਅਸੀਂ ਉਹਦਾ ਲੰਗਰ ਕਰਨਾ ਸੀ 22 ਤਰੀਕ ਨੂੰ ਅਤੇ 21 ਤਰੀਕ ਨੂੰ ਕਰੀਬ 3:30 ਦੇ ਕਰੀਬ ਮੈਂ ਉੱਧਰ ਗਈ ਹਾਂ। ਮੈਂ ਕਿਹਾ ਲੰਗਰ ਹਾਲ ਸਭ ਦਾ ਸਾਂਝਾ, ਸੰਗਤ ਦੇ ਬਣਾਏ ਹੋਏ ਬਰਤਨ ਆ, ਬਰਤਨ ਲੈਣ ਵਾਸਤੇ ਗਈ ਹਾਂ ਅਤੇ ਉੱਥੋਂ ਪਹਿਲਾਂ ਤੋਂ ਮੌਜੂਦ ਸੰਦੀਪ ਕੌਰ, ਰਵਿੰਦਰ ਕੌਰ, ਅਰਸ਼ਦੀਪ ਕੌਰ ਅਤੇ ਜਸਬੀਰ ਕੌਰ ਇਹ ਉੱਥੇ ਮੌਜੂਦ ਸਨ। ਤਾਂ ਮੈਂ ਜਾ ਕੇ ਕਿਹਾ, ਮੈਂ ਕਿਹਾ ਅਸੀਂ ਨਾ 50 ਬਾਟੇ 50 ਥਾਲ ਇੰਨੇ ਕੇ ਬਰਤਨ ਲੈਣੇ, ਸਾਨੂੰ ਬਰਤਨ ਚਾਹੀਦੇ ਆ। ਜਸਬੀਰ ਕੌਰ ਨੇ ਪੈਂਦਿਆਂ ਮੈਨੂੰ ਹੱਥੀਂ ਪੈਣ ਲੱਗ ਪਈ ਅਤੇ ਕਹਿੰਦੀ ਕਿ ਸਾਰੀਆਂ ਬੀਬੀਆਂ ਬਾਹਰ ਚਲ ਜਾਓ, ਇਹਨੂੰ ਤਾਲਾ ਮਾਰ ਕੇ ਅੰਦਰ ਬੰਦ ਕਰ ਦਿੰਦੀ ਆ। ਜਦੋਂ ਮੈਂ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਜਸਬੀਰ ਕੌਰ ਨੇ ਮੇਰੇ ਹੱਥ 'ਤੇ ਦੰਦੀ ਵੱਢ ਦਿੱਤੀ ਅਤੇ ਬਾਹਰ ਆ ਗਈ। ਮੇਰੇ ਨਾਲ ਮੇਰੇ ਜੇਠ ਦੀ 12 ਸਾਲਾਂ ਦੀ ਬੇਟੀ ਸ਼ਮੀਤ ਕੌਰ ਨਾਲ ਗਈ, ਉਹ ਚੀਕਾਂ ਮਾਰਦੀ ਉੱਥੋਂ ਆ ਗਈ ਕਿ ਚਾਚੂ ਛੇਤੀ ਆਓ, ਚਾਚੀ ਨੂੰ ਉਹਨਾਂ ਨੇ ਅੰਦਰ ਬੰਦ ਕਰ ਦਿੱਤਾ। ਜਦੋਂ ਇਹ ਉੱਥੇ ਗਏ ਅਤੇ ਅੰਦਰ ਸੁਖਦੇਵ ਸਿੰਘ ਪੱਪਾ ਵੀ ਚਲਾ ਗਿਆ ਜਿਹੜਾ ਕਿ ਬਾਬਾ ਹੈ ਮੱਸਿਆ ਲੈ ਕੇ ਜਾਂਦਾ ਅੰਮ੍ਰਿਤਸਰ, ਉਹਨੇ ਜਾਂਦੇ ਨੇ ਮੇਰੇ ਥੱਪੜ ਮਾਰੇ ਨੇ ਅੰਦਰ, ਰਸੋਈ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ। ਜਦੋਂ ਮੈਂ ਅੱਗੇ ਮੇਰੇ ਹਸਬੰਡ ਗਏ, ਮੈਂ ਉਹਨਾਂ ਨੂੰ ਜਾ ਕੇ ਦੱਸਿਆ ਕਿ ਇਹਨਾਂ ਨੇ, ਇਹ ਕਹਿੰਦੇ ਕਿੰਨੇ ਹੱਥ ਲਾਇਆ ਤੈਨੂੰ? ਮੈਂ ਕਿਹਾ ਇਹਨਾਂ ਦੋਨਾਂ ਨੇ। ਤਾਂ ਮੇਰੇ ਹਸਬੰਡ ਉਹਨਾਂ ਨਾਲ ਗੱਲ ਕਰਦੇ ਰਹੀ, ਬੈਸ ਬਸਾਈਆ ਚੱਲ ਗਿਆ ਸੀ, ਇਹਨਾਂ ਨੂੰ ਧੁੰਦੇ ਧਰਾਂਦੇ ਉਹ ਸਾਨੂੰ, ਮੇਰੇ ਵਾਲ ਵੀ ਖੁੱਲ੍ਹ ਗਏ ਇਹਨਾਂ ਨੇ, ਸਾਨੂੰ ਉੱਥੇ ਧੁੰਦੇ ਰਹੇ ਨੇ, ਮੈਨੂੰ ਅਤੇ ਮੇਰੀ ਜਠਾਣੀ ਨੂੰ। ਜਦੋਂ ਅਸੀਂ ਬਾਹਰ ਤੱਕ ਆ ਗਏ ਤਾਂ ਨਰਿੰਦਰ ਕੌਰ ਜਿਹੜੀ ਹੈ ਉਹਨੇ ਆਣ ਕੇ ਮੇਰੇ ਮਹੰਤ ਜੇਠ ਜਿਹੜੇ ਨੇ ਉਹਨਾਂ ਦੇ ਆਣ ਕੇ ਥੱਪੜ ਮਾਰਿਆ। ਫਿਰ ਅਸੀਂ ਵੀ ਆਪਣੇ ਬਚਾਅ ਵਾਸਤੇ ਕੀਤਾ, ਅਸੀਂ ਉਹਨਾਂ ਦੇ ਛੁੱਟਦੇ ਛੁੜਾਉਂਦੇ ਆ ਗਏ। ਸੁਖਦੇਵ ਸਿੰਘ ਪੱਪਾ ਜਿਹੜਾ ਮਹਾਰਾਜ ਦੀ ਹਜ਼ੂਰੀ ਵਿੱਚੋਂ ਨੰਗੇ ਸਿਰ ਗਿਆ ਅਤੇ ਕਿਰਪਾਨ ਚੁੱਕ ਕੇ ਸਾਡੇ ਪਿੱਛੇ ਦੌੜਿਆ। ਜਦੋਂ ਸਾਡੇ ਪਿੱਛੇ ਆਉਣਾ, ਅਸੀਂ ਬਸ ਪਿੱਛੇ ਨੂੰ ਕਰਨ ਵਾਸਤੇ 2-3 ਰੋੜੇ ਫੜੇ ਕੇ ਅਸੀਂ ਮਾਰ ਲਾਂਗੇ ਜੇ ਸਾਡੇ ਕਿਰਪਾਨ ਲੱਗੀ ਤੇ। ਅਸੀਂ ਭੱਜੇ ਆ ਗਏ ਤੇ ਬਾਕੀ ਸਾਡਾ ਪਰਿਵਾਰ ਅੰਦਰ ਚਲਾ ਗਿਆ ਤੇ ਛੋਟਾ ਜਿਹਾ ਬੱਚਾ ਇੱਕ ਬਾਹਰ ਹੈ ਕਿ ਸਾਡੇ ਸੱਸ ਬਜ਼ੁਰਗ ਨੇ ਉਹ ਬਾਹਰ ਮੌਕੇ ਤੇ ਫਿਰ ਪੁਲਿਸ ਪਹੁੰਚੀ। ਪੁਲਿਸ ਦਾ ਰਵਈਆ ਕਿਦਾਂ? ਮੈਂ ਤੁਹਾਨੂੰ ਦੱਸਦੀ ਹਾਂ ਭਾਜੀ, ਤੇ ਇਹ ਸਾਡੇ ਘਰ ਆ ਗਏ। ਮੇਰੇ ਜੇਠ ਜਿਹੜੇ ਆਪਣੇ ਘਰ ਜਾਣ ਲੱਗੇ ਤਾਂ ਸ਼ਮਸ਼ੇਰ ਸਿੰਘ ਤੇ ਵਿੱਕੀ ਜਿਹੜਾ ਇਹਨਾਂ ਨੇ ਆ ਕੇ ਹਿੱਟ ਮਾਰੀ, ਇਹਨਾਂ ਦੀ ਛਾਤੀ ਤੇ ਵੱਜ ਗਈ, ਬਾਹਰ ਰਹਿ ਗਏ, ਡਿੱਗ ਗਏ। ਇਹਨਾਂ ਦੇ ਸਰੀਏ ਨਾਲ ਹਮਲਾ ਕੀਤਾ ਗਿਆ। ਲੰਗਰ ਹਾਲ ਵਿੱਚ ਵੀ ਨਰਿੰਦਰ ਕੌਰ ਨੇ ਸਰੀਏ ਨਾਲ ਹਮਲਾ ਕੀਤਾ। ਫਿਰ ਨਾ ਮੈਂ ਆਪਣੀ ਮਾਤਾ ਜੀ ਨੂੰ ਵੇਖਣ ਵਾਸਤੇ ਬਾਹਰ ਗਈ ਤੇ ਜਗਦੀਪ ਸਿੰਘ ਭੋਲੂ ਜੋ ਕਿ ਚੰਦੂ ਨੰਗਲ ਦਾ ਸਾਬਕਾ ਸਰਪੰਚ ਹੈ ਤੇ ਪੱਪਾ ਜਿਹੜਾ ਹੈ ਤੇ ਜਸਬੀਰ ਕੌਰ ਤੇ ਅਰਸ਼ਦੀਪ ਕੌਰ, ਇਹਨਾਂ ਦੋਵਾਂ ਨੇ ਮੇਰੇ ਥੱਪੜ ਵੀ ਮਾਰੇ, ਇਹਨਾਂ ਦੀ ਬੀਬੀਆਂ ਨੇ ਤੇ ਇਹਨਾਂ ਦੇ ਬੰਦਿਆਂ ਨੇ ਮੇਰੀ ਬੇਇੱਜ਼ਤੀ ਕਰਨ ਦੀ ਨੀਅਤ ਨਾਲ ਮੇਰੇ ਕੱਪੜੇ ਪਾੜੇ, ਮੇਰੇ ਝਰੀਟਾਂ ਮਾਰੀਆਂ, ਮੈਨੂੰ ਨੋਚਿਆ ਗਿਆ ਚੰਗ ਤੇ ਉਸੇ ਟਾਈਮ ਪੁਲਿਸ ਆ ਗਈ ਆ, ਸਾਡੇ ਸ਼ੀਸ਼ੇ ਤੋੜੇ ਗਏ ਨੇ। ਪੁਲਿਸ ਆ ਗਈ, ਪੁਲਿਸ ਜਦੋਂ ਇਹਨਾਂ ਨੂੰ ਇੱਥੋਂ ਜਾਂਦਿਆਂ ਦੀ ਵੀਡੀਓ ਬਣਾਉਂਦੀ ਤੇ ਪੁਲਿਸ ਨੂੰ ਵੀ ਇਹ ਕਹਿੰਦੇ ਨੇ ਕਿ ਤੁਸੀਂ ਕੌਣ ਹੁੰਦੇ ਹੋ ਵੀਡੀਓ ਬਣਾਉਣ ਵਾਲੇ, ਇਹਨਾਂ ਨੂੰ ਕਿਹਾ। ਜਦੋਂ ਇਹਨਾਂ ਨੂੰ ਪਤਾ ਲੱਗਿਆ ਪੁਲਿਸ ਆ, ਚਲੋ ਇਹ ਚਲੇ ਗਏ ਨੇ। ਫਿਰ ਇਹਨਾਂ ਸਾਡੇ ਤੇ ਝੂਠੇ ਇਲਜ਼ਾਮ ਲਾਏ ਨੇ ਕਿ ਇਹਨਾਂ ਨੇ ਗੁਟਕਾ ਸਾਹਿਬ ਫੜੇ ਨੇ। ਤਾਂ ਪੁਲਿਸ ਕੋਲ DVR ਆ, ਉਹ 'ਚ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਿੱਧਾ ਰਸੋਈ ਘਰ ਵਿੱਚ ਜਾਂਦੇ ਹਾਂ ਅਤੇ ਉੱਥੋਂ ਹੀ ਬਾਹਰ ਆਉਂਦੇ ਹਾਂ। ਅਸੀਂ ਉੱਥੇ ਗਏ ਨੇ, ਇਹਨਾਂ ਨੇ ਉੱਥੇ ਕੈਮਰਾ ਲਾਏ ਨੇ, ਕਿਤੇ ਕਿਸੇ ਕਿਤੇ ਵੀ ਸਾਬਿਤ ਨਹੀਂ ਹੁੰਦਾ ਕਿ ਅਸੀਂ ਗੁਟਕਾ
ਹੁਣ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਬਾਬਾ ਜੀ ਇਹਨਾਂ ਨੂੰ ਨਹੀਂ ਦੇ ਰਹੇ ਪੈਸੇ, ਬਾਬਾ ਜੀ ਨੇ ਕਿਹਾ ਕਿ ਪਹਿਲਾਂ ਹਿਸਾਬ ਦਿਓ। ਇਹਨਾਂ ਨੇ ਲੈਂਟਰ ਪਿਆ ਹੋਇਆ ਤਿੰਨ ਮਹੀਨੇ ਬਿਲਡਿੰਗ ਨੂੰ ਇੱਦਾਂ ਰਹਿਣ ਦਿੱਤਾ। ਬੇਦੀਆਂ ਸਾਰੇ ਰਲ ਕੇ ਬਾਬਾ ਸੁਖਦੀਪ ਸਿੰਘ ਜੀ ਨੇ ਉਪਰਾਲਾ ਕੀਤਾ, ਇਹਨਾਂ ਨੇ ਸੋਹਣੀ ਬਿਲਡਿੰਗ ਤਿਆਰ ਕੀਤੀ ਆ। ਇਹਨਾਂ ਕੋਲ ਬਾਬਾ ਜੀ ਨੇ ਹਿਸਾਬ ਮੰਗਿਆ, ਹਿਸਾਬ ਨਹੀਂ ਦੇਣਾ ਚਾਹੁੰਦੇ ਅਤੇ ਪ੍ਰਧਾਨਗੀ ਕਰਨਾ ਚਾਹੁੰਦੇ ਨੇ। ਕੁਝ ਘਰ ਪ੍ਰਧਾਨਗੀ ਕਰਨ ਦੀ ਨੀਅਤ ਨਾਲ, ਮਲ ਮਾਰਨ ਦੀ ਨੀਅਤ ਨਾਲ ਇਹ ਸਾਰਾ ਕੁਝ ਕਰਦੇ ਨੇ। ਧਮਕੀਆਂ ਦਿੱਤੀਆਂ ਨੇ ਮੈਨੂੰ ਕਿ ਮੇਰੇ ਦੋ ਬੇਟੇ ਨੇ 9 ਸਾਲ ਦਾ 5 ਸਾਲ ਦਾ, ਕਿ ਤੇਰੇ ਬੇਟਿਆਂ ਨੂੰ ਗੋਲੀਆਂ ਮਾਰ ਦਾਂਗੇ ਜਗਦੀਪ ਸਿੰਘ ਨੇ, ਤੁਹਾਡਾ ਘਰ ਉਜਾੜ ਦਾਂਗਾ, ਤੁਹਾਨੂੰ ਇੱਥੋਂ ਕੱਢ ਕੇ ਦੱਸਾਂਗੇ। ਇਹ ਸਿਰਫ ਸਾਨੂੰ ਇੱਥੋਂ ਕੱਢਣਾ ਚਾਹੁੰਦੇ ਨੇ ਜੀ, ਹੋਰ ਇਹਨਾਂ ਦਾ ਕੋਈ ਨਹੀਂ। ਮੰਗ ਇਹ ਆ ਕਿ ਇਹਨਾਂ ਦੀ ਧਾਰਾ ਲੱਗਣੀ ਚਾਹੀਦੀ ਸੀ ਸਰ, 452 ਵੀ ਲੱਗਣੀ ਚਾਹੀਦੀ ਸੀ। ਸਾਡੇ ਘਰ ਆ ਕੇ ਪਏ, ਮੇਰੀ ਬੇਇੱਜ਼ਤੀ ਕੀਤੀ ਆ, ਮੇਰੀ ਇੱਜ਼ਤ ਨੂੰ ਹੱਥ ਪਾਇਆ ਵਾ ਇਹਨਾਂ ਨੇ। ਇਹਨਾਂ 'ਤੇ ਕੋਈ ਧਾਰਾ ਨਹੀਂ ਲੱਗੀ। ਇਹ ਸਿੱਖ ਜਥੇਬੰਦੀਆਂ ਦੇ 5 ਕੁ ਬੰਦਿਆਂ ਨੂੰ ਬੁਲਾ ਲੈਂਦੇ ਆ, ਨਾਲ ਕਹਿੰਦੇ ਅਸੀਂ ਕਿਸਾਨ ਯੂਨੀਅਨ ਬੁਲਾ ਲਈ ਆ। ਤੁਸੀਂ ਦੱਸੋ ਕਿ ਉਹ ਸਾਡੀ ਇੱਜ਼ਤ ਵਾਪਸ ਕਰ ਸਕਦੇ ਆ ਜਿਹੜਾ ਇਹਨਾਂ ਨੇ ਸਾਡੇ 'ਤੇ ਹੱਥ ਚੁੱਕਿਆ? ਕੋਈ ਦੂਜਾ ਬੰਦਾ ਸਾਡੇ 'ਤੇ ਹੱਥ ਚੁੱਕ ਸਕਦਾ ਹੈ? ਜੇ ਤਾਂ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਕਿ ਹਾਂ ਇਹ ਜਾਇਜ਼ ਹੈਗਾ ਹੈ, ਫਿਰ 195 ਤੇ ਸੁਖਦੇਵ ਸਿੰਘ ਪੱਪਾ ਦੇ ਵੀ ਲੱਗਣੇ ਚਾਹੀਦੇ, ਜਿਹਨੇ ਨੰਗੇ ਸਿਰ ਮਹਾਰਾਜ ਦੇ ਝੂਰੀ ਚੋਕਰ ਪਾਣ ਚੁੱਕੀ ਆ। ਇਹਨਾਂ ਦੀਆਂ ਬੀਬੀਆਂ ਆਪ ਸੁਖਮਨੀ ਸਾਹਿਬ ਦਾ ਜਾਪ ਛੱਡ ਕੇ ਆਈਆਂ ਜੀ। ਉਧਰ ਇਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਇੰਚਾਰਜ ਦਿਲਪ੍ਰੀਤ ਕੌਰ ਨੇ ਕਿਹਾ ਕਿ ਝਗੜੇ ਦੇ ਮਾਮਲੇ ਦੇ ਵਿੱਚ ਦੋਵੇਂ ਧਿਰਾਂ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਅਨੁਸਾਰ ਮਾਮਲਾ ਦਰਜ ਕੀਤਾ ਗਿਆ, ਜਦੋਂ ਕਿ ਬੇਅਦਬੀ ਦੇ ਆਰੋਪ ਲਗਾਏ ਜਾ ਰਹੇ ਨੇ। ਉਹ ਆਰੋਪ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ, ਇਸ ਲਈ ਕੋਈ ਅਜਿਹੀ ਧਾਰਾ ਮਾਮਲੇ ਨੂੰ ਲੈ ਕੇ ਨਹੀਂ ਦਰਜ ਕੀਤੀ ਗਈ। ਇਹਦੇ ਵਿੱਚ 21 ਤਰੀਕ ਦੀ ਇਹ ਗੱਲ ਹੈਗੀ ਹੈ, ਪਿੰਡ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋਇਆ ਸੀਗਾ ਮੰਤਾਂ ਦੇ ਵਿੱਚ, ਗੁਰਦੁਆਰਾ ਸਾਹਿਬ ਇੱਕ ਸਾਈਡ 'ਤੇ ਸਾਰੇ ਪਿੰਡ ਵਾਲੇ ਸੀਗੇ, ਜਿਹਦੇ ਰਿਲੇਟਡ ਦੋਨਾਂ ਪਾਰਟੀਜ਼ ਨੇ ਸਾਡੇ ਕੋਲ MLR ਆਈਆਂ। ਉਸ MLR 'ਤੇ ਅਸੀਂ ਉਹਨਾਂ ਦੇ ਬਿਆਨ ਲਿਖ ਕੇ ਦੋਨੋਂ ਸਾਈਡ 'ਤੇ ਮੇਨ ਕੇਸ ਕ੍ਰੋਸ ਕੇਸ ਜਿਹੜੇ ਹੈਗੇ ਆਪਾਂ ਰਜਿਸਟਰ ਕਰਤੇ ਸੀ। ਦੇਖੋ ਜੀ, ਉਹਨਾਂ ਨੇ ਧਰਨਾ ਇਸ ਗੱਲ 'ਤੇ ਲਾਇਆ ਕਿ 295A ਲਗਾਈ ਜਾਏ, ਜੋ ਕਿ ਅਕੋਰਡਿੰਗ ਟੂ ਲੋਅ ਜਿਹੜੀ ਧਾਰਾ ਬਣਦੀ ਸੀ ਉਹਦੇ ਤਹਿਤ ਅਸੀਂ ਪਰਚਾ ਦੇ ਚੁੱਕੇ ਸੀਗੇ। 295A ਬਾਰੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹਾਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ, ਨਾ ਹੀ ਇਹਨਾਂ ਵੱਲੋਂ ਕੋਈ ਸਬੂਤ ਪੇਸ਼ ਕੀਤਾ ਗਿਆ 295A ਦਾ। ਇਨ ਕੇਸ ਇਹਨਾਂ ਕੋਲ ਕੋਈ ਸਬੂਤ ਹੈਗਾ, 295A ਜਸਟੀਫਾਈ ਹੁੰਦੀ ਆ, ਅਤੇ ਅਕੋਰਡਿੰਗ ਟੂ ਲੋਅ ਜਿਹੜੀ ਵੀ ਧਾਰਾ ਬਣਦੀ ਹੋਊਗੀ ਅਸੀਂ ਉਹ ਲਗਾ ਦਾਂਗੇ। ਹਾਲੇ ਤੱਕ ਦੋਨਾਂ ਪਾਰਟੀਜ਼ ਵੱਲੋਂ ਕੁਛ ਵੀ ਇੱਦਾਂ ਦੇ ਸਾਨੂੰ ਪੇਸ਼ ਨਹੀਂ ਕੀਤਾ ਗਿਆ, ਹਾਲੇ ਤੱਕ ਤਾਂ ਸਾਡੇ ਕੋਈ ਸਬੂਤ ਨਹੀਂ ਆਇਆ। ਜਦੋਂ ਸਬੂਤ ਜੇ ਬਣਦੀ ਹੋਊਗੀ ਅਕੋਰਡਿੰਗ ਟੂ ਲੋਅ ਲਾ ਦਾਂਗੇ, ਹਾਲੇ ਤੱਕ ਨਹੀਂ ਆਇਆ ਅਤੇ ਇਹ ਮੰਗ ਹਾਲੇ ਜਾਇਜ਼ ਨਹੀਂ ਹੈਗੀ। ਇਹਨਾਂ ਦੀ ਪਿੰਡ ਵਾਲਿਆਂ ਦੀ ਔਰ ਮੰਤਾਂ ਦੀ ਆਪਸ 'ਚ ਗੱਲ ਹੋਈ ਆ। ਇਹਨਾਂ ਨੇ 3 ਤਰੀਕ ਦਾ ਆਪਸ 'ਚ ਇਹਨਾਂ ਦੇ ਮੋਹਤਵਾਰਾਂ ਨੇ ਬਹਿ ਕੇ ਟਾਈਮ ਲਿਆ, ਇਹਨਾਂ ਦੇ ਜਿਹੜੇ ਵੀ 3 ਤਰੀਕ ਨੂੰ ਬਹਿ ਕੇ ਜੋ ਵੀ ਫੈਸਲਾ ਹੋਊਗਾ ਇਹ ਕੀ ਕਰਦੇ ਆ, ਇਹਨਾਂ ਦੀ ਮੰਗ ਪੂਰੀ ਹੁੰਦੀ ਨਹੀਂ ਹੁੰਦੀ, ਉਹ ਇਹਨਾਂ ਦਾ ਆਪਣਾ ਮੈਟਰ ਹੈਗਾ ਜੀ, ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਗੁਰੂ ਘਰ ਦਾ ਲੰਗਰ ਹਾਲ, ਜੋ ਦੇਖਦੇ ਹੀ ਦੇਖਦੇ ਜੰਗ ਦਾ ਮੈਦਾਨ ਬਣ ਗਿਆ। ਇੱਥੇ ਦੋ ਧੜਿਆਂ ਦੇ ਵਿੱਚ ਪਹਿਲਾਂ ਤੂੰ ਤੂੰ ਮੈਂ ਹੋਈ, ਫਿਰ ਹੱਥੋਂ ਪਾਈ। ਹੱਦ ਤਾਂ ਉਦੋਂ ਹੋ ਗਈ ਜਦੋਂ ਇੱਥੇ ਜੰਮ ਕੇ ਇੱਟਾਂ ਰੋੜੇ ਚੱਲੇ। ਇਹਨਾਂ ਦੋ ਧੜਿਆਂ ਦਾ ਪੂਰਾ ਕਾਰਨਾਮਾ ਕਿਸੇ ਤੀਜੇ ਨੇ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਕੀਤਾ। ਤਸਵੀਰਾਂ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਪਿੰਡ ਚੰਦੂ ਨੰਗਲ ਦੀਆਂ ਨੇ, ਜਿੱਥੇ ਮਹੰਤ ਅਤੇ ਪਿੰਡ ਵਾਲੇ ਆਮੋ ਸਾਹਮਣੇ ਹੋ ਗਏ। ਇਸ ਮੌਕੇ ਇਹਨਾਂ ਨੇ ਇੱਕ ਦੂਜੇ ਤੇ ਗੰਭੀਰ ਆਰੋਪ ਲਗਾਏ ਨੇ। ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਪਿੰਡ ਚੰਦੂ ਨੰਗਲ ਦੇ ਲੋਕਾਂ ਨੇ ਕਿਸਾਨ ਆਗੂਆਂ ਅਤੇ ਸਤਿਕਾਰ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਮੰਗ ਕੀਤੀ ਗਈ ਕਿ ਮਹੰਤ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਆਰੋਪਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਕਾਰਨੇ ਆ ਜੀ, ਸਾਡਾ ਜਿਹੜਾ ਝਗੜਾ ਸੀਗਾ ਮਹੰਤ ਨਾਲ ਚੱਲਦਾ ਸੀਗਾ, ਇੱਥੇ ਨਾ ਬਾਬਾ ਸ਼੍ਰੀ ਚੰਦ ਦੀ ਮੂਰਤੀ ਦੀ ਸਥਾਪਨਾ ਸੀਗੀ ਅਤੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੀਗੇ
ਪ੍ਰਕਾਸ਼ ਕੀਤਾ ਸੀ ਮਹਾਰਾਜ ਦਾ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਜਿਹੜੇ ਜਾਰੀ ਹੋਏ ਨੇ, ਜਿੱਥੇ ਮੂਰਤੀ ਪੂਜਾ ਹੁੰਦੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਬਸ ਇਸ ਸੰਬੰਧ 'ਚ ਜਿਹੜਾ ਸਾਰਾ ਮੰਤ ਨਾਲ ਸਾਡਾ ਝਗੜਾ ਵੱਧਦਾ ਗਿਆ, ਕਲੇਸ਼ ਵੱਧਦਾ ਗਿਆ। ਹੁਣ ਜਿਹੜਾ 21 ਤਰੀਕ ਨੂੰ ਇਹਨਾਂ ਨੇ ਸਾਡੇ ਨਾਲ ਕੀਤਾ ਵੀ ਸਾਡੀਆਂ ਬੀਬੀਆਂ ਉੱਥੇ ਸੁਖਮਨੀ ਸਾਹਿਬ ਦਾ ਜਾਪ ਕਰਦੀਆਂ ਪਈਆਂ ਸੀ ਅਤੇ ਮੰਤਾਂ ਨੇ ਉੱਥੇ ਆਣ ਕੇ ਗੁੰਡਾਗਰਦੀ ਕੀਤੀ ਆ ਅਤੇ ਬੀਬੀਆਂ 'ਤੇ ਕੁੱਟਮਾਰ ਕੀਤੀ ਆ। ਉਹਦੇ ਸੰਬੰਧ 'ਚ ਜਿਹੜਾ ਸੀਗਾ ਇਨਸਾਫ ਲੈਣ ਵਾਸਤੇ ਉਹ ਧਰਨਾ ਸੀਗਾ ਠਾਣਾ ਡੇਰਾ ਬਾਬਾ ਨਾਨਕ ਦੇ ਅੱਗੇ ਲੱਗਾ ਸੀਗਾ। ਉਸ ਸੰਬੰਧ 'ਚ ਇੱਥੇ ਸਾਰੀ ਕੁਝ ਪੁਰਾਤਨ ਤਾਂ ਉੱਥੇ ਚੱਲਦਾ ਸੀਗਾ, ਮੰਤਾਂ ਦੇ ਕਬਜ਼ੇ 'ਚੋਂ ਸ਼ੁਰੂ ਤੋਂ ਸ਼ੁਰੂ ਰਹੇ ਨੇ ਇਹ। ਹੁਣ ਪਿੰਡ ਵਾਲਿਆਂ ਨੇ ਸੰਘਰਸ਼ ਕਰਕੇ ਜਿਸ ਤਰ੍ਹਾਂ ਮਹੰਤਾਂ ਦੇ ਕਬਜ਼ਿਆਂ ਤੋਂ ਮਹਾਰਾਜ ਦੇ ਸਰੂਪ ਛਡਵਾਏ ਨੇ, ਸਾਰੇ ਪਿੰਡੋ ਪਿੰਡ ਇਹ ਗੱਲ ਚੱਲੀ ਹੈ। ਉਸੇ ਤਰੀਕਾ ਸਾਡੇ ਪਿੰਡ ਨੇ ਵੀ ਮਹਾਰਾਜ ਦਾ ਸਰੂਪ ਜਿਹੜਾ ਮਹੰਤਾਂ ਦੇ ਕਬਜ਼ੇ 'ਚ ਛਡਾਉਣ ਦੀ ਕੋਸ਼ਿਸ਼ ਕੀਤੀ ਆ। ਉਹ SGPC ਨੂੰ ਬਕਾਇਦਾ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਸਾਡੇ ਜਿਹੜੇ ਮਹਾਰਾਜ ਦੇ ਸਰੂਪ ਇੱਥੇ ਬੇਅਦਬੀ ਹੁੰਦੀ ਆ, ਇੱਥੇ ਮਹਾਰਾਜ ਦਾ ਸਤਿਕਾਰ ਨਹੀਂ ਹੁੰਦਾ, ਇਹਦੇ ਜਿਹੜੇ ਪ੍ਰਬੰਧ ਨੇ ਜਿਹੜੇ ਵੱਖਰੇ ਤੌਰ 'ਤੇ ਵੱਖਰੇ ਹਾਲ 'ਚ ਕੀਤੇ ਜਾਣ। ਕਾਰਨ ਉਹ ਜਮੰਤ ਜੀ ਸੁਖਮਨੀ ਸਾਹਿਬ ਦਾ ਜਾਪ ਹੋਣ ਡਿਆ ਸੀਗਾ ਅਤੇ ਉੱਥੇ ਆਣ ਕੇ ਉਹਨਾਂ ਨੇ ਜਿਹੜਾ ਸਾਡੀਆਂ ਬੀਬੀਆਂ ਨੂੰ ਕੁੱਟਮਾਰ ਕੀਤੀ ਆ, ਉਹ ਸਾਰੀ ਗੱਲਬਾਤ ਉਸੇ ਸੰਬੰਧ 'ਚ ਸਾਰੀ ਗੱਲ ਚੱਲੀ ਆ। ਉੱਥੋਂ ਇੱਕ ਪੱਤ ਵਧਿਆ ਅਤੇ ਹੁਣ ਇਹ ਧਰਨੇ ਲੱਗੇ ਨੇ। ਮੇਰੀ ਬੇਨਤੀ ਸੁਣੋ, ਜਦੋਂ ਸਾਡਾ ਇਹਨਾਂ ਦਾ ਟਾਈਮ ਆ 12 ਤੋਂ 2 ਸੁਖਮਨੀ ਸਾਹਿਬ ਦਾ ਜਾਪ ਕਰਨ ਦਾ, ਸਾਡਾ 2 ਤੋਂ 4 ਆ। ਇਹਨਾਂ ਨੂੰ ਪਤਾ ਜਦੋਂ 2 ਤੋਂ 4 ਸੁਖਮਨੀ ਸਾਹਿਬ ਦਾ ਜਾਪ ਚੱਲਣਾ, ਇਹ 2 ਤੋਂ 4 ਵਜੇ ਤੋਂ ਬਾਅਦ ਆ ਜਾਂਦੇ ਤਾਂ ਆਪਣੇ ਲੈ ਜਾਂਦੇ ਭਾਂਡੇ, ਇਹ 3 ਵਜੇ 18ਵੇਂ ਅਸਪਰ ਹੀ ਚੱਲਣ ਦੀ ਸੁਖਮਨੀ ਸਾਹਿਬ ਜੀ ਦੀ ਉਹਦੇ ਵਿੱਚ ਆ ਗਏ ਨੇ। ਉਹਦੇ ਵਿੱਚ ਆਉਣ ਦਾ ਇਹਨਾਂ ਦਾ ਮਤਲਬ ਨਹੀਂ ਸੀ ਬੰਦ ਦਾ ਭਾਂਡੇ। ਫਿਰ ਬੀਬੀਆਂ ਸਾਡੀਆਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਜਾਪ ਖਤਮ ਹੁੰਦਾ ਵਾ ਤਾਂ ਸਾਡੇ ਕਮੇਟੀ ਦੇ ਮੈਂਬਰ ਆ ਜਾਂਦੇ ਨੇ, ਤੁਸੀਂ ਉਹਨਾਂ ਕੋਲ ਭਾਂਡੇ ਲੈ ਲਓ, ਕੋਈ ਭਾਂਡੇ 'ਚ ਕੋਈ ਤਰਾਜੀ ਕਿ ਨਹੀਂ। ਇਹਨਾਂ ਨੇ ਉਹ ਗੱਲ ਉਹਨਾਂ ਦੀ ਸੁਣੀ ਨਹੀਂ ਅਤੇ ਬਸ ਉਹ ਕਹਿੰਦੇ ਜੇ ਅਸੀਂ ਹੁਣੇ ਖੜਨੇ, ਬਸ ਇਸੇ ਗੱਲ ਦਾ ਰੌਲਾ ਪੈ ਗਿਆ। ਬੀਬੀਆਂ ਕਹਿਣ ਵੀ ਅਸੀਂ ਭਾਂਡੇ ਦੇ ਨਹੀਂ ਸਕਦੇ, ਵੀ ਪ੍ਰਬੰਧਕ ਕਮੇਟੀ ਜਿਹੜੀ ਉਹ ਭਾਂਡੇ ਤੁਹਾਨੂੰ ਦੇ ਸਕਦੀ, ਇਸ ਤਰ੍ਹਾਂ ਭਾਂਡੇ ਨਹੀਂ ਮਿਲਦੇ, ਬਸ ਇਸੇ ਗੱਲ ਦਾ ਰੌਲਾ ਚੱਲਿਆ। ਪੁਲਿਸ ਨੇ ਕਾਰਵਾਈ ਕੀਤੀ ਜੀ ਸਾਡੇ 'ਤੇ ਵੀ, ਮਤਲਬ ਜੋ ਧਾਰਾ ਲਾਈ ਆ ਸੇਮ ਉਹਨਾਂ ਦੀਆਂ 2 ਧਾਰਾ ਵੱਧ ਲਾ ਕੇ ਤਾਂ ਸਾਡੇ 'ਤੇ ਵੀ ਕ੍ਰਾਸ ਕੇਸ ਕਰਤਾ, ਜਦਕਿ ਬਣਦਾ ਮੰਤ ਸਾਡੇ ਵੱਲ ਆਏ ਨੇ, ਉਹਨਾਂ ਨੇ ਸਾਰੀ ਗੱਲ ਕੀਤੀ ਅਤੇ ਬਣਦਾ ਅਤੇ ਉਹਨਾਂ ਦੇ ਸੀ, ਪਰ ਇਹਨਾਂ ਨੇ ਸਾਰੀ ਸਾਡੇ 'ਤੇ ਵੀ ਕਾਰਵਾਈ ਬਰਾਬਰ ਕਰ ਦਿੱਤੀ। ਸਾਡੇ ਉੱਥੇ ਧਰਨਾ ਇਸ ਸੰਬੰਧ 'ਚ ਲੱਗਾ ਸੀ ਵੀ ਉਹਨਾਂ ਨੇ ਧਾਰਾ 295 ਨਹੀਂ ਸੀ, 295 ਇਹ ਧਾਰਾ ਬਣਦੀ ਸੀ ਉਹ ਨਹੀਂ ਸੀ ਲਾਈ, ਉਸ ਸੰਬੰਧ 'ਚ ਧਰਨਾ ਲੱਗਾ ਸੀਗਾ ਸੰਗਤ ਵੱਲ। ਵੀ ਮੇਰੀ ਬੇਨਤੀ ਸੁਣ ਲਓ, ਉਸ ਵੀਡੀਓ ਦੇ ਵਿੱਚ ਦੱਸ ਦਿਓ ਕਿਤੇ ਬੂੜ ਜਰਾਬਾਂ ਪਈਆਂ ਹੋਣ, ਅਸੀਂ ਉਸ ਗੱਲ ਦਾ ਸਾਰੀ ਸੰਗਤ ਨੇ ਸੁੱਖ ਆਸਣ ਕਰਕੇ ਮਹਾਰਾਜ ਦੇ ਚੰਦੋਆ ਸਾਹਿਬ ਦੇ ਥੱਲੇ ਜਿਹੜਾ ਸੀਗਾ ਉਹਨੂੰ ਥੜੇ ਨੂੰ ਪੱਕਾ ਕਰਨ ਦੇ ਵਾਸਤੇ ਉਹ ਸਾਰੀ ਕਾਰਵਾਈ ਚੱਲਦੀ ਪਈ ਸੀਗੀ। ਮਹਾਰਾਜ ਦਾ ਸਤਨਾਮ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਸੀਗਾ, ਜਿਹੜੀ ਉਹ ਬੀਬੀ ਨੇ ਆਣ ਕੇ ਉੱਥੇ ਸਾਰੇ ਅੰਮ੍ਰਿਤਧਾਰੀ ਸਿੰਘਾਂ ਨੂੰ ਚੋਰ ਕਿਹਾ, ਉਹਦੇ ਸੰਬੰਧ ਵਿੱਚ ਸਾਰੀ ਅਸੀਂ ਉਸ ਦੀ ਵੀ ਦਰਖਾਸਤ ਦਿੱਤੀ ਆ, ਪੁਲਿਸ ਪ੍ਰਸ਼ਾਸਨ ਨੇ ਉਸ 'ਤੇ ਵੀ ਕੋਈ ਕਾਰਵਾਈ ਨਹੀਂ ਸੀ ਕੀਤੀ, ਹਾਲੇ ਤੱਕ ਕੁਛ ਨਹੀਂ ਮਿਲਿਆ ਜੀ ਸਾਨੂੰ, ਕੁਛ ਨਹੀਂ। ਪੁਲਿਸ ਪ੍ਰਸ਼ਾਸਨ ਵੱਲੋਂ ਉਸੇ ਤਰ੍ਹਾਂ ਗੁੰਗਲਾਂ ਤੋਂ ਮਿੱਟੀ ਝਾੜੀ ਜਾਂਦੀ ਆ ਜੀ। ਅੱਜ ਕੁਛ ਇਹਨਾਂ ਦੀ ਸਹਿਮਤੀ ਬਣਦੀ ਪਈ ਆ, ਵੇਖੋ ਕਿ ਸਿਰੇ ਚੜ੍ਹਦੀ ਆ ਕਿ ਨਹੀਂ ਚੜ੍ਹਦੀ, ਸਿਮ ਚੱਲਦੀ ਪਈ ਆ। ਜਦਕਿ ਮਹੰਤਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਹਨਾਂ ਆਖਿਆ ਕਿ ਬੀਤੇ ਦਿਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਕਰਵਾਇਆ ਜਾਣਾ ਸੀ। ਇਸ ਨੂੰ ਲੈ ਕੇ ਸਾਡੇ ਪਰਿਵਾਰਕ ਮੈਂਬਰ ਗੁਰਦੁਆਰਾ ਸਾਹਿਬ ਵਿਖੇ ਬਣੇ ਲੰਗਰ ਹਾਲ ਦੇ ਵਿੱਚ ਬਰਤਨ ਲੈਣ ਗਏ ਸਨ। ਕੁਝ ਬੀਬੀਆਂ ਨੇ ਜਾਨੋ ਮਾਰਨ ਦੀ ਨੀਅਤ ਨਾਲ ਸੇਵਾਦਾਰ ਬੀਬੀਆਂ 'ਤੇ ਹਮਲਾ ਕਰ ਦਿੱਤਾ। ਉਹਨਾਂ ਦੇ ਬਚਾਅ ਦੇ ਲਈ ਸਾਡੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ। ਉੱਥੇ ਹੀ ਇਸ ਸੰਬੰਧੀ ਸੇਵਾਦਾਰ ਬੀਬੀ ਪ੍ਰਭਜੋਤ ਕੌਰ ਅਤੇ ਉਸਦੇ ਆਪਣੇ ਹੀ ਪਰਿਵਾਰਕ ਮੈਂਬਰਾਂ 'ਤੇ ਹੋਏ ਹਮਲੇ ਦੀ ਪੂਰੀ ਹੱਡਬੀਤੀ ਬਿਆਨ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ। ਮੇਰਾ ਨਾਮ ਭਗਵਾਨ ਦਾ ਦਰਬਾਰ ਬਾਬਾ ਸ਼੍ਰੀ ਚੰਦ ਜੀ ਪਿੰਡ ਜੌੜੀਆਂ ਖੁਰਦ। ਕੀ ਮਾਮਲਾ ਹੈ ਜਿਹੜਾ ਤੁਹਾਡਾ ਡਿਸਪਿਊਟ ਹੋਇਆ ਤੇ ਪਿੰਡ ਵਾਲਿਆਂ ਨਾਲ? ਇਹ ਸਰ ਮੇਰੀ ਜਿਹੜੀ ਛੋਟੇ ਭਰਾ ਦੀ ਘਰਵਾਲੀ ਸੀ ਭਰਜਾਈ ਸਾਡੀ, ਉਹ ਵੀ ਸ਼ਹੀਦੀ ਦਿਹਾੜਾ ਮਨਾਉਣਾ ਸੀ ਆਪਾਂ 1 ਦਿਨ ਪਹਿਲਾਂ, ਅਤੇ 40 ਦਿਨ ਸਾਡੇ ਪੂਰੇ ਹੋ ਚੁੱਕੇ ਸੀ ਸ਼੍ਰੀ ਅਖੰਡਪੁਰ ਸਾਹਿਬ ਨੂੰ ਸੁਖਮਨੀ ਸਾਹਿਬ ਦੇ ਚੱਲ ਰਹੇ ਸੀ ਪਾਠ। ਉਸ ਤੋਂ ਬਾਅਦ ਭਾਂਡਿਆਂ ਦੀ ਮੰਗ ਕੀਤੀ ਗਈ, ਭਾਂਡਿਆਂ ਦੀ ਮੰਗ ਕਰਨ ਗਈ ਆ, ਇਹਨਾਂ ਬੀਬੀਆਂ ਨੇ ਅੰਦਰ ਵਾਲ ਲਿਆ ਵਾ, ਕੁਝ ਹੋਰ ਬੰਦੇ ਵੀ ਆ ਗਏ ਇਹਨਾਂ ਦੇ, ਜਿਹੜੇ ਬੰਦੇ ਇਕੱਠੇ ਹੋ ਗਏ, ਜਗਦੀਪ ਸਿੰਘ ਸਰਪੰਚ ਪਿੰਡ ਚੰਦੂ ਨੰਗਲ, ਇਹਦੀ ਜਿਹੜੀ ਵਾਈਫ ਆ ਜਸਵੀਰ ਕੌਰ, ਉਹਨੇ ਮੇਰੀ ਛੋਟੀ ਭਰਜਾਈ ਦੇ ਹੱਥ 'ਤੇ ਦੰਦੀਆਂ ਵੱਡੀਆਂ ਨੇ, ਬੂਹਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੀ ਭਰਜਾਈ ਨੇ, ਬਾਅਦ ਵਿੱਚ ਮੇਰੀ ਬੇਟੀ ਨੇ ਚੀਕਾਂ ਮਾਰਦੀ ਉਸ ਹਾਲ ਦੇ ਵਿੱਚੋਂ ਆਈ ਆ ਵੀ ਮੇਰੀ ਚਾਚੀ ਨੂੰ ਅੰਦਰ ਬੰਦ ਕਰ ਲਿਆ ਗਿਆ, ਅਤੇ ਮੈਂ ਸ਼ਹਿਰੋਂ ਆ ਰਿਹਾ ਸੀ ਅਤੇ ਛੋਟਾ ਭਰਾ ਮੇਰਾ ਉੱਧਰ ਨੂੰ ਜਾ ਰਿਹਾ ਸੀ, ਆਪਾਂ ਦੋਨਾਂ ਜਾਣਿਆਂ ਵੀ ਇਕੱਠੇ ਜਾ ਕੇ ਇਹਨਾਂ ਨੂੰ ਸਾਡੇ ਛਡਾਵਾ ਕਰਵਾਉਣ ਦਾ ਮਤਲਬ ਛਡਾਉਣ ਗਏ ਆਪਾਂ ਬੀਬੀਆਂ ਲੜਾਈ ਤੋਂ, ਅਤੇ ਬਾਅਦ ਦੇ ਵਿੱਚ ਮੇਰੇ 'ਤੇ ਇਹਨਾਂ ਨੇ
हमला किया बीबी नरिंदर कौर जो बाबे सुखदीप सिंह की वाइफ जो मसिया लैके जाता है। मैं छुड़ाउण की नीति च गया ही मैं किसी की लड़न की नीति च नहीं गया। मैं छुड़ाउंदिया बाहर नूं आ रहा सी इन्हां मेरे ते हमला किया मेरे ते सरिए भी लत्तां दे मारे हन ਅਤੇ ਹੋਰ ਮੁੜ ਕੇ ਇਹਨਾਂ ਨੇ ਕੁੱਟਮਾਰ ਮੇਰੀ ਕੀਤੀ ਉੱਥੇ ਅੰਦਰ ਅਤੇ ਬਾਅਦ ਦੇ ਵਿੱਚ ਮੈਂ ਵੀ ਇਹਨਾਂ ਦੇ ਗਲ ਪਿਆ ਮੈਂ ਵੀ ਝੂਠ ਨਹੀਂ ਮਾਰਨਾ ਨਹੀਂ ਪਿਆ। ਬਾਅਦ ਦੇ ਵਿੱਚ ਜਦੋਂ ਆਪਾਂ ਸਾਡੇ ਛਡਾਵਾ ਕਰਕੇ ਆਪਾਂ ਘਰ ਨੂੰ ਆਪਣੇ ਆ ਗਏ ਹਾਂ ਸਾਰੇ ਨਗਰ ਨਿਵਾਸੀਆਂ ਇਕੱਠਿਆਂ ਹੋ ਕੇ ਸਾਰਿਆਂ ਇਕੱਤਰ ਹੋ ਕਰਕੇ ਮੇਰੀ ਗੱਡੀ ਵੀ ਤੋੜੀ ਮੇਰੇ ਭਰਾ ਦੇ ਘਰ ਦੇ ਸ਼ੀਸ਼ੇ ਵੀ ਤੋੜੇ ਆ ਹੋਰ ਸਾਡੇ 'ਤੇ ਜਾਨਲੇਵਾ ਹਮਲੇ ਵੀ ਕੀਤੇ ਆ ਕਿਉਂਕਿ ਇਲੈਕਸ਼ਨ ਚੱਲ ਰਹੀ ਹੈ ਕਮੇਟੀ ਦੀ ਇਹਨਾਂ ਦੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ ਜੇ ਇਹਨਾਂ ਕੋਲ ਹਥਿਆਰ ਹੁੰਦੇ ਤਾਂ ਸਾਡੇ 'ਤੇ ਗੋਲੀਆਂ ਵੀ ਮਾਰ ਸਕਦੇ ਸੀ। ਆਪਾਂ ਕਾਫੀ ਸਮੇਂ ਤੋਂ ਸਾਡੇ ਬਜ਼ੁਰਗ ਹੀ ਸੇਵਾ ਕਰਦੇ ਆ ਰਹੇ ਨੇ ਇੱਥੇ ਇਸ ਅਸਥਾਨ 'ਤੇ ਬਾਬਾ ਸ਼੍ਰੀ ਚੰਦ ਜੀ ਦੇ ਸੇਵਾ ਕਰਦੇ ਹਾਂ। ਇਹ ਜਿਹੜੇ ਜਗ੍ਹਾ ਜਿਹੜੇ ਆਪਾਂ ਕਿਹੜੇ ਮਹਾਂਪੁਰਸ਼ਾਂ ਦੀ ਹੈ? ਇਹ ਬਾਬਾ ਸ਼੍ਰੀ ਚੰਦ ਜੀ ਦੇ ਦਰਬਾਰ ਦੇ, ਹਾਂਜੀ, ਗੁਰੂ ਨਾਨਕ ਸਾਹਿਬ ਦੇ ਵੱਡੇ ਸਪੁੱਤਰ ਦੇ ਜੀ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਮਤਲਬ ਇੱਥੇ ਕੋਈ ਟਾਈਮ ਕੱਢਿਆ ਸੀ ਸਮਾਂ ਕੱਢਿਆ ਸੀ ਉਹਨਾਂ ਦੇ ਮਤਲਬ ਦਰਬਾਰ 'ਤੇ ਆਪਾਂ ਸੇਵਾ ਕਰਦੇ ਹਾਂ ਸਾਡੇ ਬਜ਼ੁਰਗ ਵੀ ਕਰਦੇ ਆ ਰਹੇ ਨੇ ਅਤੇ ਜਦੋਂ ਆਪਾਂ ਇਸ ਦਰਬਾਰ ਦੀ ਉਸਾਰੀ ਕਰਨ ਲੱਗੇ ਸਾਂ ਤਾਂ ਮਹਾਰਾਜ ਸਰੂਰ ਛੋਟੇ ਹਾਲ ਦੇ ਵਿੱਚ ਖੜਿਆ ਸੀ। ਸੰਗਤ ਆਉਂਦੀ ਜਾਂਦੀ ਰਹੀ ਉਸਾਰੀ ਚੱਲਦੀ ਰਹੀ ਕੁਝ ਚਿਰ ਬਾਅਦਾਂ ਉਸਾਰੀ ਪੂਰੀ ਹੋ ਗਈ ਆ ਅਤੇ ਆਪਾਂ ਉਸੇ ਬੁੰਗੇ ਨੂੰ ਸੋਹਣਾ ਅਤੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਮਹਾਰਾਜ ਸਰੂਪ ਉੱਥੇ ਬਿਰਾਜਮਾਨ ਕਰ ਦਿੱਤਾ ਗਿਆ ਹੈ। ਇਹ ਇਸੇ ਗੱਲ ਤੋਂ ਵਿਵਾਦ ਖੜਾ ਕਰ ਲਿਆ ਇਹਨਾਂ ਨੇ ਕਿ ਸਰੂਪ ਖੁੱਲ੍ਹੇ ਥਾਂ ਕੀਤਾ ਜਾਵੇ ਅਤੇ ਜਾਂ ਮਤਲਬ ਇਹਨੂੰ ਮਤਲਬ ਸਰੂਪ ਜਿਹੜਾ ਇੱਥੋਂ ਚੁਕਾ ਦਿੱਤਾ ਜਾਵੇ ਕਿਉਂਕਿ ਇੱਥੋਂ ਸਦੀਆਂ ਤੋਂ ਹੀ ਇੱਥੇ ਪਿਆ ਹੈ ਦਰਬਾਰ ਸਾਹਿਬ ਮਹਾਰਾਜਾ ਸਰੂਪ ਜੋ ਵੀ ਇੱਥੇ ਸੰਗਰਾਂਦ ਚੱਲਦੀ ਹੈ ਇੱਥੇ ਹੀ ਨਗਰ ਨਿਵਾਸੀ ਆਣ ਕੇ ਮੇਲਾ ਮਸਾਦੀ ਮਨਾਉਂਦੇ ਹਨ। ਸਰ ਕਾਰਵਾਈ ਹੋਈ ਆ ਉਹ ਕਾਰਵਾਈ ਦੇ ਹੋਣ ਦੇ ਨਾਤੇ ਇੰਨਾ ਜ਼ੋਰ ਪਾ ਕੇ ਮਤਲਬ ਨਾਅਰੇਬਾਜ਼ੀ ਕਰਕੇ ਉਹ ਕਾਰਵਾਈ ਦੇ ਮਤਲਬ ਜਿਹੜੇ ਧਾਰਾਵਾਂ ਤੋੜਨ ਦਾ ਮਤਲਬ ਇਹਨਾਂ ਨੇ ਯਤਨ ਕੀਤਾ ਵਾ ਇਕੱਤਰ ਹੋ ਕਰਕੇ ਅੱਜ ਜੋ ਵੀ ਇਹਨਾਂ ਨਾਅਰੇਬਾਜ਼ੀ ਕੀਤੀ ਆ ਅਤੇ ਦਰਬਾਰ ਦੀ ਜ਼ਮੀਨ ਜਿਹੜੀ ਆ ਹੜੱਪਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਜੇ ਇਹ 100% ਸਿੱਖ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ 100% ਇਹ ਹਿੰਦੂ ਰੈਜੀਮੈਂਟ ਨੂੰ ਵੀ ਦਰਬਾਰ ਰੱਖਦਾ ਵਾ ਇਹ ਦਰਬਾਰ ਜਿਹੜਾ ਬਾਬਾ ਸ਼੍ਰੀ ਚੰਦ ਜੀ ਦਾ ਉਹ ਸਾਂਝਾ ਵਾ ਕਿਉਂਕਿ ਸਾਰੇ ਨਗਰ ਨਿਵਾਸੀਆਂ ਦਾ ਡੇਰਾ ਬਾਬਾ ਨਾਨਕ ਦਾ ਵੀ ਸਾਂਝਾ ਵਾ ਇਹ ਨਹੀਂ ਵੀ ਇੰਨਾ ਇਕੱਲਿਆਂ ਦਾ ਆ ਇਹ 3-4 ਘਰ ਜਿਹੜੇ ਨੇ ਇਹ ਬਹੁਤ ਜ਼ਿਆਦਾ ਤੰਗ ਕਰਦੇ ਨੇ ਅਤੇ ਮਤਲਬ ਦਰਬਾਰ ਦੀ ਜ਼ਮੀਨ ਜਿਹੜੀ ਹੜੱਪਣ ਨੂੰ ਤਿਆਰ ਬੈਠੀ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕੀਤੀ ਆ ਕਿ ਜਿੱਦਾਂ ਮੇਲਾ ਮਸਾਦੀ ਪਹਿਲਾਂ ਮਨਾ ਰਿਹਾ ਜਾ ਰਿਹਾ ਜਾਂ ਪਹਿਲਾਂ ਸਾਂਝੇ ਤੌਰ 'ਤੇ ਆਪਾਂ ਇਕੱਤਰ ਹੋ ਕੇ ਸਾਰੇ ਕੰਮ ਕਰਦੇ ਹਾਂ ਉਹ ਕੀਤੇ ਜਾਣ। ਮੇਰਾ ਨਾਮ ਪ੍ਰਭਜੋਤ ਕੌਰ ਹੈ ਜੀ। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਆ ਜੀ ਇੱਥੇ ਅਸੀਂ ਰਹਿੰਦੇ ਸੇਵਾਦਾਰ ਹਾਂ ਸੇਵਾ ਕਰਦੇ ਹਾਂ। ਕਿੰਨੇ ਕੁ ਸਾਲਾਂ ਤੋਂ ਰਹੇ? ਸਦੀਆਂ ਤੋਂ ਚੱਲਦੇ ਆ ਰਹੇ ਹਾਂ ਸਾਡੇ ਸਹੁਰਾ